ਪੁਆਇੰਟ ਲੈ ਕੇ ਆਪਣੇ ਬਾਰੇ ਵਾਲ ਕਾਲੀ ਕਾਨੀ ਮਿੱਤਰਾਂ ਦੀ ਮੁੰਡੇ ਨੇ ਪਾਈ ਹੋਈ ਆ ਰਾਤੀ ਟੁੱਟ ਗਈ ਨੀਂਦ ਨਹੀਂ ਆਈ ਆ ਅੱਜ ਕੱਲ ਜਿਵੇਂ ਕਹਿੰਦੇ ਵੀ ਕਾਨੀਆਂ ਦਾ ਬੜਾ ਰਵਾਜ ਚੱਲਿਆ ਬਾਬੇ ਵਹਿਮ ਪਰਮਚਪਾ ਕੇ ਆ ਮੈਨਾ ਮੁੰਡਿਆਂ ਨੂੰ ਚੈੱਕ ਲੈਂਦੇ ਆ ਪਰ ਇਹ ਡਾਲੇ ਦੇਖ ਲਓ ਮੁੰਡੇ ਦੇ ਆ ਇੰਨਾ ਡਾਲੇ ਦੇ ਉੱਤੇ ਸ਼ੇਰ ਥਾਪਾਂ ਲਈ ਤੁਹਾਨੂੰ ਪਤਾ ਪੂਰਾ ਥਾ ਚਾਹੀਦਾ ਲੈ ਵੀ ਆ ਮੀਂਹ ਘਾ ਦੁਨੀਆ ਦਾ ਤੇਜ਼ ਤਰਾਰ ਉਧਰ ਕਹਿੰਦਾ ਕਹਿੰਦਾ ਗੱਭਰੂ ਆ ਖਾ ਗਿਆ ਗੇੜਾ ਉਂਗਲ ਖੜੀ ਹੈ ਤੇਰੀ ਬਹਿ ਜਾ ਬਹਿ ਜਾ ਹੋਈ ਪਈ ਆ ਦਰਸ਼ਨੀ ਅੱਜ ਦਾ ਜਿਹੜਾ ਕੱਪ ਹੈ ਹਮਲਟਨ ਸਪੋਰਟਸ ਕਲੱਬ ਨੂੰ ਅਸੀਂ ਬਹੁਤ ਬਹੁਤ ਵਧ ਹਾਂ ਬਹੁਤ ਹੀ ਤਕੜਾ ਮੁੰਡਾ ਇਹਨੂੰ ਕਹਿੰਦੇ ਵੀ ਹੈਪੀ ਜਮਿਆਰੇ ਵਾਲਾ ਆ ਇੰਗਲੈਂਡ ਦੇ ਵਿੱਚ ਖੇਡਣ ਆਇਆ ਤੇ ਉੱਥੋਂ ਉਹਨਾਂ ਨੇ ਕਹਿੰਦੇ ਵੀ ਤੈਨੂੰ ਹੁਣ ਆ ਕਨੇਡਾ ਵੀ ਲੈ ਕੇ ਜਾਣਾ ਤੇਜੀ ਸੋਰੀ ਤੇਜੀ ਸੀ ਮੁੰਡੇ ਦਾ ਨਾਮ ਇਹ ਇੰਗਲੈਂਡ ਦੀਆਂ ਟੀਮਾਂ ਦੇ ਪ੍ਰਸਿੱਧ ਜਿਹੜੀ ਸ਼ਰਬਤ ਪਿਆ ਦੇ ਮਿੱਤਰਾ ਆ ਸਦੀਕ ਦਾ ਗੀਤ ਹੁੰਦਾ ਜੀ ਬੜਾ ਹਿੱਟ ਲੈ ਵੀ ਰੇਡ ਦੇ ਉੱਤੇ ਦੁਨੀਆ ਦਾ ਤੇਜ਼ ਤਰਾਰ ਗੱਭਰੂ ਆ ਬਹਿ ਜਾ ਬਹਿ ਜਾ ਹੋਈ ਪਈ ਆ ਇੰਗਲੈਂਡ ਵਾਲਾ ਆ ਇਹਨੂੰ ਕਹਿੰਦੇ ਵੀ ਤੇਜੀ ਕਹਿੰਦੇ ਨਿਜ਼ਾਮਪੁਰਿਆ ਖਿਲਾੜੀਆਂ ਬਾਹਾਂ ਮੂਹਰੇ ਪਾਸੇ ਬਿੱਟੂ ਨੇ ਕੀਤੀ ਡਰਾਈ ਸਰਦਾਰ ਗਗਨ ਸਿੰਘ ਗਲਗੋੜਾਵਾਂ ਵੱਲੋਂ ਤੇਜ਼ੀ ਨੂੰ 20 ਡਾਲਰ ਦਿੱਤੇ ਜਾਂਦੇ ਆ ਆ ਆਪਣਾ ਗੱਲ ਸਾਹਿਬ ਚੜਿਆਕਾਲੇ ਵੀਰ 10 ਸਾਲਾਂ ਤੋਂ ਸਵਾਵਾ ਦਿੱਤੀਆਂ ਅੱਜ ਫੇਰ ਇੱਕ ਵਾਰੀ ਸਵਾਵਾ ਦਿਓ ਆ ਇਹਦਾ ਨਾਮ ਲਿਖ ਲਾ ਬਾਈ ਦਾ ਉੱਤੇ ਦਰੀਅਰਗਾ ਨੋਟ ਆ 43 ਦਾ ਰੇਟ ਆ ਸਾਰੇ ਟੱਬਰ ਦਾ ਪ੍ਰਦੇਸ਼ ਤੋਂ ਕਬੱਡੀ ਦੀਆਂ ਗੱਲਾਂ YouTube ਚੈਨਲ ਵੇਖ ਰਹੇ ਔਰ ਸੁਣ ਰਹੇ ਸਾਰੇ ਹੀ ਰੱਬ ਵਰਗੇ ਦਰਸ਼ਕਾਂ ਨੂੰ ਔਰ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਆਪਣੇ ਸਵਰਨ ਸਿੰਘ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਸਮੇਂ-ਸਮੇਂ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੈ ਉਹ ਕਬੱਡੀ ਜਗਤ ਨਾਲ ਜੁੜੀ ਹੋਈ ਕਿਸੇ ਨਾ ਕਿਸੇ ਨਾਮ ਵਰ ਸ਼ਖਸੀਅਤਾਂ ਕਰਵਾਉਂਦੇ ਰਹਿੰਦੇ ਆ ਭਾਵੇਂ ਉਹ ਕਬੱਡੀ ਦੇ ਖਿਡਾਰੀ ਆ ਭਾਵੇਂ ਪ੍ਰਮੋਟਰ ਆ ਭਾਵੇਂ ਪਹਿਲਵਾਨ ਆ ਜੋ ਵੀ ਸਪੋਰਟਸ ਨਾਲ ਜੁੜਿਆ ਸ਼ਖਸੀਅਤਾਂ ਉਹਨਾਂ ਨੇ ਤੁਹਾਡੀ ਮੁਲਾਕਾਤ ਕਰਵਾਉਂਦੇ ਆ। ਸੋ ਉਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਸਿੱਧ ਪਿੰਡ ਨਿਜ਼ਾਮਪੁਰ ਦੇ ਵਿੱਚ। ਜਦੋਂ ਦੋਸਤੋ ਨਿਜ਼ਾਮਪੁਰ ਪਿੰਡ ਦਾ ਨਾਂ ਆਉਂਦਾ ਤਾਂ ਆਪ ਮਾਰੇ ਬੁੱਲਾ ਤੇ ਨਾਂ ਆ ਜਾਂਦਾ ਹੈ ਕਬੱਡੀ ਦੇ ਪ੍ਰਸਿੱਧ ਖਿਡਾਰੀ ਨਿਜ਼ਾਮਪੁਰ ਦੇ ਤੇਜੀ ਦਾ। ਹਾਂਜੀ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਤੇਜੀ ਨਿਜ਼ਾਮਪੁਰ ਦੇ ਘਰ ਉਹਨਾਂ ਦੇ ਜ਼ਿੰਦਗੀ ਦੇ ਸਫਰ ਦੀਆਂ ਗੱਲਾਂ ਬਾਤਾਂ ਕਰਾਂਗੇ ਜਿੰਨੀ ਦੇਰ ਉਹਨਾਂ ਨੇ ਆਪਣੀ ਲਾਈਫ ਇਸ ਧਰਤੀ ਤੇ ਜਿਉਂ ਹੀ ਆ ਕੱਟੀ ਆ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਖੁੱਲ੍ਹ ਕੇ ਗੱਲਾਂ ਬਾਤਾਂ ਉਹਦੇ ਉਸ ਲਾਈਫ ਦੀਆਂ ਕਰਾਂਗੇ ਕਿਉਂਕਿ ਤੇਜੀ ਦੇ ਨਾਲ ਉਹਨਾਂ ਦਾ ਭਰਾ ਵੱਡਾ ਵੀਰ ਜਗਦੀਪ ਸਿੰਘ ਉਹ ਵੀ ਬੜਾ ਤਕੜਾ ਖੇਡਿਆ ਤੇ ਦੋਨੇ ਭਰਾਵਾਂ ਨੇ ਕਬੱਡੀ ਦੀ ਸ਼ੁਰੂਤ ਇਕੱਠਿਆਂ ਕੀਤੀ ਤੇ ਜਿੱਥੇ ਆਪਾਂ ਤੇਜੀ ਦੇ ਉਹ ਜ਼ਿੰਦਗੀ ਦੇ ਸਫਰ ਦੀਆਂ ਗੱਲਾਂ ਬਾਤਾਂ ਕਰਨੀਆਂ ਉਹਦੇ ਨਾਲ ਨਾਲ ਜਗਦੀਪ ਦੇ ਕਬੱਡੀ ਸਫਰ ਦੀਆਂ ਗੱਲਾਂ ਵੀ ਆਪਾਂ ਤੁਹਾਡੇ ਨਾਲ ਅੱਜ ਕਰਨ ਜਾ ਰਹੇ ਹਾਂ ਤੇ ਆਓ ਫਿਰ ਮਿਲਦੇ ਹਾਂ ਆਪਾਂ ਜਗਦੀਪ ਨਿਜ਼ਾਮਪੁਰ ਦੇ ਨਾਲ ਜਗਦੀਪ ਜੀ ਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਭਾਈ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਵਧੀਆ ਹੋਰ ਚੜ੍ਹਦੀ ਕਲਾ ਚੜ੍ਹਦੀ ਕਲਾ ਬਾਜੀ ਘਰ ਪਰਿਵਾਰ ਘਰ ਪਰਿਵਾਰ ਠੀਕ ਆ ਬਾਜੀ ਮੈਂ ਤੁਹਾਡਾ ਧੰਨਵਾਦ ਕਰਦਾ ਸੰਧੂ ਬਾਜੀ ਕਬੱਡੀ ਦੀਆਂ ਗੱਲਾਂ YouTube ਚੈਨਲ ਤੇ ਜਿਹੜੇ ਸਰੋਤੇ ਮੈਨੂੰ ਦੇਖ ਰਹੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਜੀ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ ਤੁਸੀਂ ਸਾਨੂੰ ਅੱਜ ਟਾਈਮ ਦੇ ਰਹੇ ਹੋ ਕਿਉਂਕਿ ਤੁਹਾਡਾ ਟਾਈਮ ਲੈਣਾ ਸਾਡਾ ਬੜਾ ਜ਼ਰੂਰੀ ਸੀ ਤੁਸੀਂ ਕਬੱਡੀ ਦੇ ਮਰਹੂਮ ਇੰਟਰਨੈਸ਼ਨਲ ਕਬੱਡੀ ਖਿਡਾਰੀ ਤੇਜੀ ਨizampur ਦੇ ਵੀਰੋਂ ਤੇ ਆਪਾਂ ਜਾਣਦੇ ਆ ਕਿ ਜਿੱਥੇ ਕਬੱਡੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਤੇਜੀ ਦਾ ਉਹਦੇ ਚਲੇ ਜਾਣ ਦੇ ਨਾਲ ਉਸ ਤੋਂ ਵੱਧ ਕਿਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਪਿਆ ਹਾਂਜੀ ਆਪਾਂ ਤੇਜ਼ੀ ਦੀ ਜ਼ਿੰਦਗੀ ਦੀਆਂ ਔਰ ਤੁਹਾਡੇ ਕਬੱਡੀ ਸਫਰ ਦੀਆਂ ਗੱਲਾਂ ਬਾਤਾਂ ਅੱਜ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨੀਆਂ ਨੇ ਸਭ ਤੋਂ ਪਹਿਲਾਂ ਇਹ ਦੱਸੋ ਜਗਦੀਪ ਭਾਜੀ ਕਿ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਮੈਨੂੰ 41ਵਾਂ ਸਾਲ ਲੱਗ ਜਾਣਾ ਭਾਜੀ 41ਵਾਂ ਸਾਲ 40 ਪੂਰੇ ਹੋ ਜਾਣੇ ਨੇ ਤੇਜ਼ੀ ਦੀ ਉਮਰ ਕਿੰਨੀ ਸੀ ਤੇਜ਼ੀ ਨੂੰ 38ਵਾਂ ਲੱਗ ਜਾਣਾ ਭਾਜੀ ਜੇ ਹੁੰਦਾ ਤਾਂ 83 ਸਾਲ ਉਹਨੂੰ 49ਵਾਂ ਲੱਗ ਜਾਣਾ ਮੇਰੇ ਤੋਂ 2 ਸਾਲ ਛੋਟਾ ਸੀ ਤਤ ਤੋਂ ਛੋਟਾ ਸੀ ਤੇ ਜੀ ਤੁਸੀਂ ਮੇਰਾ 81 ਦਾ ਡੇਟ ਆਫ ਬਰਥ ਆ 1981 ਦਾ ਤੇ ਉਹਦਾ 83 ਦਾ ਡੇਟ ਉਹਦਾ 83 ਦਾ ਸੀ ਠੀਕ ਤੇ ਤੁਹਾਡੀ ਪੜ੍ਹਾਈ ਕਿਦਾਂ ਰਹੀ ਪੜ੍ਹਾਈ ਭਾਜੀ 5ਵੀਂ ਤੱਕ ਅਸੀਂ ਇਕੱਠੇ ਪੜ੍ਹੇ ਹਾਂ ਦੋਨੋਂ ਇਕੱਠੇ ਪੜ੍ਹੇ ਇਕੱਠੇ ਪੜ੍ਹੇ ਹਾਂ ਚਲੋ ਮੇਰੇ ਤੋਂ 2 ਸਾਲ ਪਿੱਛੇ ਦੀਗਾ ਛੋਟਾ ਦੀ ਬਾਦ ਲੱਗਿਆ ਤੇ ਮੈਂ 2 ਸਾਲ ਅੱਗੇ ਦੀਗਾ ਤੇ ਉਹ ਪ੍ਰਾਇਮਰੀ ਸਕੂਲ ਤੋਂ ਹੀ ਉਹਨੂੰ ਉਹਨਾ ਸ਼ੌਂਕ ਤੀਗਾ ਖੇਡਾਂ ਦਾ ਪਹਿਲਾਂ ਤੋਂ ਹੀ ਸ਼ੌਂਕ ਸੀ ਪ੍ਰਾਇਮਰੀ ਦੇ ਵਿੱਚ ਨੈਸ਼ਨਲ ਸਟਾਈਲ ਤੋਂ ਸਟਾਰਟਿੰਗ ਉਹਦੀ 100 ਮੀਟਰ 200 ਮੀਟਰ ਜੋ ਛੋਟੀਆਂ ਗੇਮਾਂ ਉਸ ਤੋਂ ਬਾਅਦ ਸੰਘਰਸ਼ ਚੱਲਦਾ ਰਿਹਾ ਵੀ ਪੰਜਵੀਂ ਤੋਂ ਬਾਅਦ ਭਾਜੀ ਸਾਡੇ ਫਾਦਰ ਸਾਹਿਬ ਫੌਜੀ ਨੇ ਸਾਡੇ ਆਰਮੀ ਦੀ ਨਾ ਬॉय ਸਪੋਰਟਸ ਕਹਿੰਦੇ ਹੁੰਦੇ ਨੇ ਆਰਮੀ ਦੇ ਵਿੱਚ ਉਹਦੇ ਵਿੱਚ ਉਹਦੀ ਸਿਲੈਕਸ਼ਨ ਹੋ ਗਈ ਸੀ ਉਹਨੇ ਟ੍ਰਾਇਲ ਕਲੀਅਰ ਕਰਤਾ ਸੀਗਾ ਮਿਲਟਰੀ ਦੇ ਵਿੱਚ ਮਿਲਟਰੀ ਦੇ ਵਿੱਚ ਉਹ 2 ਸਾਲ ਸਪਾਟੂ ਰਿਆ ਸ਼ਿਮਲੇ ਕੋਲੇ ਫਟਵਾਲ ਖੇਡਦਾ ਦੀ ਉਹ ਅਚਬ ਫੁੱਟਬਾਲ ਦਾ ਵਧੀਆ ਕਹਿ ਸਕਦੇ ਹਾਂ ਵੀ ਬਹੁਤ ਵਧੀਆ ਪਲੇਅਰ ਸੀਗਾ। ਉਸ ਤੋਂ ਬਾਅਦ ਉਹਦੀ ਸਿਲੈਕਸ਼ਨ ਹੋ ਗਈ ਏਸੀ ਸੈਂਟਰ ਬੈਂਗਲੌਰ। ਏਸੀ ਸੈਂਟਰ ਮੈਟ੍ਰਿਕ ਜੁਆਰੀ ਦੇ ਨੈਵੋ ਸੈਂਟਰ ਏਸੀ ਸਪੋਰਟਸ ਦੇ ਵਿੱਚ ਬੈਂਗਲੌਰ। ਉੱਥੇ 2 ਸਾਲ ਦੇ ਤਕਰੀਬਨ ਹੋ ਰਿਹਾ ਉੱਥੇ ਕੋਈ ਪ੍ਰੋਬਲਮ ਆ ਗਈ। ਫਿਜ਼ੀਕਲ ਪ੍ਰੋਬਲਮ। ਉਹਨੂੰ ਜੋ ਮੁੰਡੇ ਤੋਂ ਪੰਜਾਬ ਦੇ ਨੌ ਮੁੰਡੇ ਸਿਲੈਕਟ ਹੋਏ ଥିਗੇ। ਫੁੱਟਬਾਲ ਦੇ ਮੱਚਵਾਲ ਦੇ ਵਿੱਚ ਨੌ ਦੇ ਵਿੱਚੋਂ ਤੀਏ ਨੰਬਰ ਤੇ ਦਾ ਨੌ ਸੀਗਾ। ਤੀਜੇ ਨੰਬਰ ਤੇ ਇਹਦੀ ਸਿਲੈਕਸ਼ਨ ਹੋਈ ਸੀਗੀ ਤੇ ਉਹ ਨੌ ਦੇ ਨੌ ਵਾਪਸ ਆਉਣੇ ਪਏ ਉਹਨਾਂ ਨੂੰ ਕੋਈ ਰੀਜਨ ਲਾ ਲੋ ਵੀ ਜਾਂ ਕੋਈ ਉਹਨਾਂ ਨੂੰ ਪਾਣੀ ਨਹੀਂ ਸੱਟ ਬਟਿਆ ਜਾਂ ਖਾਣਾ ਨਹੀਂ ਜੱਟ ਬਟਿਆ ਡੇਢ ਸਾਲ ਬਾਅਦ ਉਹਨਾਂ ਨੂੰ ਵਾਪਸ ਆਉਣਾ ਪਿਆ ਡੇਢ ਸਾਲ ਤੋਂ ਆਉਂਦੇ ਉਹਦੇ ਵਿੱਚ ਇੱਕ ਥੋੜਾ ਜਿਹਾ ਨਾ ਹਾਦਸਾ ਹੋਇਆ ਵੀ ਅਸੀਂ ਉਹਨੂੰ ਨਾ ਟ੍ਰੇਨ ਚੜਾਉਣ ਜਾਂਦੇ ਸੀਗੇ ਖੰਨੇ ਤੋਂ 2000 ਦੋ ਦੀ ਗੱਲ ਲਾ ਲੋ ਜਾਂ ਤਿੰਨ ਦੀ ਗੱਲ ਪਾਕਿਸਤਾਨ ਦੀ ਟੀਮ ਆਈ ਹੋਈ ਸੀ ਅੱਛਾ ਹਾਂਜੀ ਉੱਥੇ ਅਸੀਂ ਖੰਨੇ ਜਾਂਦੇ ਸਾਡੇ ਕੋਲ ਟਾਈਮ ਸੀ ਤੇ ਅਸੀਂ ਮੈਚ ਦੇਖਣ ਲੱਗ ਪਏ ਚਲੋ ਉੱਥੋਂ ਇਹ ਜਿਆ ਥੋੜਾ ਜਿਹਾ ਕੌਡੀ ਨੂੰ ਆਪ ਨੂੰ ਵੀ ਹੋਇਆ ਮੈਂ ਮਾੜਾ ਮੋਟਾ ਉਹ ਤਾਂ ਉੱਥੇ ਦੀਗਾ ਅਸੀਂ ਉਰੇ ਮਾੜਾ ਮੋਟਾ ਪਿੰਡ ਖੇਡਣ ਖੁੱਡਣ ਲੱਗ ਗਏ ਚਲੋ ਉੱਥੋਂ ਨਾ ਆਇਆ ਤਾਂ ਇਹ ਵਾਪਸ ਆ ਗਿਆ ਵਾਪਸ ਆ ਕੇ ਸਿਉੜੇ ਪੜਾਈ ਕਰਨ ਲੱਗ ਗਿਆ ਕੇ ਸਿਉੜੇ ਪੜਾਈ ਦੇ ਵਿੱਚ ਇਹਨੇ ਨਾ 100 ਮੀਟਰ 200 ਮੀਟਰ ਤੇ ਲੰਬੀ ਛਾਲ ਜ਼ਿਲ੍ਹਾ ਫਾਸਟ ਦੀ ਇਹਦਾ ਇਹਦੀ ਸਿਲੈਕਸ਼ਨ ਅੱਗੇ ਹੋ ਗਈ ਸੀ ਆਪਣੀ ਪੰਜਾਬ ਖਾਤਰ ਸਿਲੈਕਸ਼ਨ ਹੋਈ ਸੀ ਸਟੇਟ ਦੇ ਲਈ ਸਟੇਟ ਦੇ ਲਈ ਸਿਲੈਕਸ਼ਨ ਹੋ ਗਈ ਪਰ ਜੋ ਇਹਨਾਂ ਦਾ ਕੋਚ ਸੀ ਪੀੜੀ ਸਾਹਿਬ ਤੇ ਡੀਪੀ ਸਾਹਿਬ ਉਹਨਾਂ ਦੀ ਡੈਥ ਹੋ ਗਈ ਅੱਛਾ ਤੇ ਚਲੋ ਉਹ ਉੱਥੇ ਇਹਨਾਂ ਨੂੰ ਰੁਕਣਾ ਪਿਆ ਤੇ ਪਲੱਸ 1 ਦੀ ਪੜ੍ਹਾਈ ਜਾ ਕੇ ਕਿਉਂ ਮੈਂ ਖੁਦ ਪਲੱਸ 1 ਤੇ ਪਲੱਸ 2 ਲਸੋਈ ਕੀਤੀ ਸੀ ਚਾਹੀਏ ਚਲੋ ਮਾੜਾ ਮੋਟਾ ਸਕੂਲ ਦੇ ਬੇਸ ਤੇ ਕਬੱਡੀ ਖੇਡਦੇ ਦੀਏ ਤੇ ਜਦੋਂ ਇਹ ਨੂੰ ਲਸੋਈ ਲੱਗਿਆ ਤਾਂ ਤੁਹਾਨੂੰ ਪਤਾ ਇਹ ਨਜਾਮਪੁਰ ਤੋਂ ਲਸੋਈ ਦਾ ਸਿਰਫ 8 ਕਿਲੋਮੀਟਰ ਦਾ فاਸਲਾ ਲਸਾੜਾ ਸਾਤ ਤੋਂ 4 ਕਿਲੋਮੀਟਰ ਤੇ ਹਾਂਜੀ ਉੱਥੇ ਜਾ ਜਾਂਦੇ ਜਾਂਦੇ ਸਕੂਲ ਜਾਂਦੇ ਜਾਂਦੇ ਜਦ ਵਾਪਸ ਆਉਣਾ ਸ਼ਾਮ ਨੂੰ ਉੱਥੇ ਮੁੰਡੇ ਕਬੱਡੀ ਖੇਡਦੇ ਆਉਣੇ ਸਾਰੇ ਉੱਥੋਂ ਇਹਨੂੰ ਕਬੱਡੀ ਦਾ ਚਸਕਾ ਪੈ ਗਿਆ ਪਹਿਲਾਂ ਪਹਿਲਾਂ ਇਹ ਜੇ ਮੈਂ ਮੰਨ ਲਵਾਂ ਵੀ ਕਰਾਂ ਥੋੜਾ ਜਿਹਾ ਇੱਕ ਦੋ ਵਾਰੀ ਬਿਨਾ ਦੱਸੇ ਵੀ ਖੇਡਣ ਗਿਆ ਕੋਪੀ ਚੋਰੀ ਖੇਡਣ ਗਿਆ ਚੋਰੀ ਖੇਡਣ ਗਿਆ ਭਾਜੀ ਚਲੋ ਥੋੜਾ ਜਿਹਾ ਠੀਕ ਹੋਇਆ ਪੜ੍ਹਾਈ ਚੱਲਦੀ ਰਹੀ ਇਹਦੀ ਨਾਲ ਦੀ ਨਾਲ ਪਲੱਸ 2 ਕਲੀਅਰ ਕੀਤੀ ਸਕੂਲਾਂ ਦੇ ਬਹੁਤ ਵਧੀਆ ਮੈਚ ਖੇਡੇਆ ਸਕੂਲ ਕੰਨੀ ਹੋਏ ਨੈਸ਼ਨਲ ਦੇ ਮੈਚ ਖੇਡੇਆ ਤੇ ਉਦੋਂ ਬਾਅਦ ਭਾਜੀ ਇਹਦੀ ਨਿਗਾ ਨੀਟੂ ਆ ਮੁੰਡਾ ਲਸਾੜੇ ਤੋਂ ਜੋ ਇਹਦਾ ਕੋਚ ਆ ਅੱਛਾ ਨੀਟੂ ਸਵਰਨੀ ਜਿੰਦਰਾ ਤੇ ਜਿੰਦਰ ਹਮਮ ਇਹ ਥੋੜੇ ਜਿਹੇ ਸਾਡੇ ਸੀਨੀਅਰ ਪਲੇਅਰ ਦੀ ਸਾਥ ਠੀਕ ਹੈ ਜਣਦੀ ਜਿਆਦਾ ਹੀ ਸੀਨੀਅਰ ਦੀ ਇਹ ਹਟ ਚੁੱਕ ਕੇ ਦੀ ਖੇਡ ਕੇ ਨੀਟੂ ਦੀ ਨਿਗਾਹ ਪੈ ਗਈ ਇਹਦੇ ਉੱਤੇ ਨੀਟੂ ਨੇ ਇਹਨੂੰ ਕਿਹਾ ਵੀ ਤੂੰ ਖੇਡਣ ਵਾਲਾ ਥੋੜਾ ਜ ਇਹਨੂੰ ਹੁੱਲੜਵਾਜੀ ਵਾਲਾ ਬੰਦਾ ਸੀ ਖੁੱਲੇ ਸੁਭਾਅ ਦਾ ਦੀਗਾ ਵੀ ਸ਼ਾਲਾ ਮਾਰਨੀਆ ਦੂਏ ਲੁੱਟ ਵੀ ਹੁੰਦੜ ਹੇਲ ਦੀਗਾ ਇਹ ਉੱਥੇ ਨੀਟੂ ਕੋਲੇ ਮਿਹਨਤ ਕਰਨ ਲੱਗ ਗਿਆ ਤੇ ਇੱਕ ਦਿਨ ਲਸਾੜੇ ਵਾਲੇ ਅਸੀਂ ਖੇਤ ਕੰਮ ਕਰ ਰਹੇ ਸੀ ਭਾਜੀ ਇਹ ਕਹਿੰਦੇ ਵੀ ਸਾਨੂੰ ਰੀਡਰ ਦੀ ਲੋੜ ਤੇ ਪੌਰਲੇ ਦਾ ਪਹਿਲਾ ਟੂਰਨਾਮੈਂਟ ਖੇਡਿਆ ਦੀ ਤੇ ਜੀ ਜੋ ਅਸਲੀ ਖੇਡਿਆ ਦੀ ਵੀ ਸਾਡੇ ਥਰੂ ਗਿਆ ਚੋਰੀ ਦਾ ਕੋਈ ਉਹ ਨਹੀਂਗਾ ਵਿਚਾਰੋ ਪਹਿਲਾ ਮੈਚ ਕਦੇ ਕਿਸੇ 'ਚ ਖੇਡ ਲਿਆ ਜੋ ਅਸਲੀ ਘਰੋਂ ਗਿਆ ਦੀ ਖੇਡਣਾ ਖੇਤ ਹਰਾ ਬੜ ਦੇ ਦੀ ਕੰਮ ਕਰਦੇ ਦੀ ਉੱਥੋਂ ਕਲਜੀਤ ਲਸਾੜਾ ਪ੍ਰਗਟ ਗਿਆਨੀ ਇਹ ਆਏ ਕਹਿੰਦੇ ਵੀ ਮੈਚ ਖੇਡਣ ਜਾਣਾ ਤੇ ਜੀ ਸਾਡੇ ਨਾਲ ਖੇਡੇਗਾ ਇਹ ਉੱਥੇ ਹੀ ਘਰੇ ਆ ਕੇ ਤਿਆਰ ਹੋ ਕੇ ਖੇਡਣ ਚਲੇ ਗਏ ਪਹਿਲੇ ਦਿਨ ਹੀ ਪੌਰਲੇ ਟੂਰਨਾਮੈਂਟ ਤੋਂ ਸੈਕੰਡ ਦੀ ਜਾਨੀ ਅਸਲੀ ਰੂਪ ਦੇ ਵਿੱਚ ਜਦੋਂ ਇਹਨੇ ਆਪਣਾ ਪਹਿਲਾ ਟੂਰਨਾਮੈਂਟ ਖੇਡਿਆ ਤਾਂ ਉਹ ਪੌਰਲੇ ਪਿੰਡ ਵਿੱਚ ਖੇਡਿਆ ਪੌਰਲੇ ਪਿੰਡ ਵਿੱਚ ਖੇਡਿਆ ਘਰੋਂ ਦੱਸ ਕੇ ਗਿਆ ਵੀ ਮੈਂ ਅੱਜ ਕਬੱਡੀ ਖੇਡਣ ਲੇ ਖੁਦ ਮੈਂ ਭੇਜਿਆ ਵੀ ਤੇ ਜੀਜਾ ਮੈਨੂੰ ਵੀ ਕਿਸੇ ਬੰਦੇ ਨੇ ਸਪੋਰਟ ਕੀਤੀ ਵੀ ਯਾਰ ਤੇਰਾ ਕੰਮ ਮੈਂ ਕਰੂੰ ਜਰਨੈਲ ਸਿੰਘ ਆ ਸਾਡੇ ਤੇ ਅਸੀਂ ਪਿਆਰ ਨਾਲ ਉਹਨੂੰ ਨੈਲਾ ਕਹਿੰਦੇ ਆ ਉਹਨੇ ਕਿਹਾ ਵੀ ਤੇਰਾ ਕੰਮ ਮੈਂ ਕਰੂੰਗਾ ਵੀ ਤੁਸੀਂ ਤੇਜੀ ਨੂੰ ਕਬੱਡੀ ਖੇਡਣਾ। ਅੱਛਾ ਵੀ ਕੰਮ ਨਹਿਲਾ ਕਰੂਗਾ। ਹਾਂ ਬਈ ਨੂੰ ਕਬੱਡੀ ਦਾ। ਇਦਾਂ ਦੇ ਦੀ ਪੇਪਰਾ ਜੀ ਸਾਡੇ ਕੋਲ ਤੁਹਾਨੂੰ ਪਤਾ ਹੀ ਆ ਵੀ ਨਾਉ ਦੇ ਜੱਟ ਹੁੰਦੇ ਨੇ ਕਿਲਾ ਜ਼ਮੀਨ ਦਾ। ਆਪ ਦਾ ਕਰਦੇ ਦੀ ਡੰਗਰਾਂ ਦਾ ਕਰਦੇ ਦੀ ਕਰਦੇ ਦੀ ਸਾਰਾ ਕੰਮ ਉਹ ਕਰਦੇ ਦੀਗੇ। ਅੱਛਾ ਅੱਛਾ। ਦੂਜੇ ਦਿਨ ਫੇਰ ਬੰਦਾ ਸਾਡੇ ਕੋਲ ਘੱਟਤਾ ਫਿਰ ਇਹਨਾਂ ਨੇ ਮੈਨੂੰ ਗਿਆ। ਵੀ ਆਪਾਂ ਨੇ ਮਦੇਵੀ ਖੇਡਣਾ। ਦੂਸਰੇ ਦਿਨ ਦੂਸਰੇ ਦਿਨ ਅਸੀਂ ਮਦੇਵੀ ਖੇਡੇ। ਮਦੇਵੀ ਵੀ ਅਸੀਂ ਦੋਏ ਦਿਨ ਵਧੀਆ ਟੀਮਾਂ ਰਾਈਆਂ ਸੈਮੀਫਾਈਨਲ ਮੈਚ ਸਾਡਾ ਸੁਲਤਾਨ ਨਾਲ ਲੱਗਿਆ ਸੀਹਾ ਦੌਦ ਵਾਲੇ ਨਾਲ ਸੀਹਾ ਦੌਦ ਵਾਲੇ ਸੁਲਤਾਨ ਨਾਲ ਉਹ ਕਿਸੇ ਚ ਖੇਡ ਰਿਆ ਸੀ ਮੈਨੂੰ ਪਿੰਡ ਦੀ ਟੀਮ ਦਾ ਨੀ ਨਾਉ ਪਤਾ ਵੀ ਕਿਹੜੀ ਸੀ ਤੇ ਅਸੀਂ ਉਹਨੂੰ ਹਰਾ ਕੇ ਸੈਮੀ ਦਾ ਮੈਨੂੰ ਪਤਾ ਉਹਨੂੰ ਹਰਾ ਕੇ ਤੇਜੀ ਨੇ ਗੋਡੀਆਂ ਪਾਈਆਂ ਇਕੱਲੇ ਨੇ ਤੇ ਕਲਜੀਤ ਨੇ ਸਾਡੇ ਨਾਲ ਫੜਨ ਤੇ ਖੜਿਆ ਪਹਿਲਾਂ ਵੈਸੇ ਦੋਏ ਗੋਡੀਆਂ ਪਾਉਂਦੇ ਸੀ ਸੁਲਤਾਨ ਸਾਤੋਂ ਲੋਟ ਨਹੀਂ ਆਇਆ ਤਾਂ ਕਲਜੀਤ ਨੇ ਫੜਿਆ ਤਾਂ ਅਸੀਂ ਮੈਚ ਜਿੱਤੇ ਫੇਰ ਮੈਚ ਜਿੱਤੇ ਫੇਰ ਅਸੀਂ ਫਾਈਨਲ ਮੈਚ ਕੋਈ ਜ਼ਿਆਦਾ ਟਫ ਟੀਮ ਧੀਗੀ ਵਧੀਆ ਟੀਮ ਤੀ ਉਹ ਉਹਨੂੰ ਅਸੀਂ ਮੈਚ ਹਾਰੇ ਫਾਈਨਲ ਹੰਟਾ ਦੇ ਹਾਂ ਪੈਨਲ ਮੈਚ ਸੀ ਉੱਥੇ ਵੀ ਸੈਕੰਡ ਆਏ ਉੱਥੇ ਵੀ ਸੈਕੰਡ ਆਏ ਬਸ ਇਹ ਕਿਹੜੇ ਸੰਦੀ ਗੱਲ ਹੈ ਜਗਦੀਪ ਜਦੋਂ ਤੁਸੀਂ ਪਹਿਲੀ ਸ਼ੁਰੂਆਤ ਕੀਤੀ ਪੰਜਕ ਦੇ ਅੱਧਕ ਦੀ ਗੱਲ ਆ ਭਾਜੀ 2005 ਚ ਹਾਂਜੀ 2005 ਜਦੋਂ ਪੌਰਲੇ ਪਹਿਲਾ ਮੈਚ ਖੇਡਿਆ ਪਹਿਲਾ ਮੈਚ ਖੇਡਿਆ ਵੀ ਕੀ ਤੁਸੀਂ ਪਹਿਲਾਂ ਤੇਜ਼ੀ ਤੇ ਤੁਸੀਂ ਸਕੂਲ ਦੇ ਵਿੱਚ ਵੀ ਖੇਡਦੇ ਸੀ ਨਹੀਂ ਸਕੂਲ ਦੇ ਵਿੱਚ ਕਬੱਡੀ ਨੈਸ਼ਨਲ ਖੇਡੇ ਆ ਮੈਂ ਨਹੀਂ ਖੇਡਿਆ ਨੈਸ਼ਨਲ ਤੇ ਜੀ ਨੈਸ਼ਨਲ ਖੇਡਦਾ ਸੀ ਬਸ ਜਾਂ ਮਾੜਾ ਮੋਟਾ ਇਹ ਲਸਾੜੇ ਗਰਾਊਂਡ ਚ ਲਿਆ ਜਾਂਦਾ ਦੀਗਾ ਉਹ ਵੀ ਸਕੂਲੋਂ ਆਉਂਦੇ ਸਕੂਲੋਂ ਆਉਂਦੇ ਹਾਂਜੀ ਸਕੂਲੋਂ ਆਉਂਦੇ ਫਿਰ ਉਦੋਂ ਫੁੱਟਬਾਲ ਦੇ ਨਾਲ ਉਹਦਾ ਲਿੰਕ ਟੁੱਟ ਗਿਆ ਫੁੱਟਬਾਲ ਦੇ ਲਿੰਕ ਤਾਂ ਭਾਈ ਜਦ ਬੈਂਗਲੌਰ ਤੋਂ ਆਇਆ ਦੀ ਜੱਤੂ ਟੁੱਟ ਉਹਦੀ ਟੁੱਟ ਗਿਆ ਅਸਲੀ ਉਤਸ਼ਾਹ ਹੋਇਆ ਨਾ ਵੀ ਜਿਹੜਾ ਤੁਸੀਂ ਉਹਨੇ ਪਾਕਿਸਤਾਨ ਤੇ ਇੰਡੀਆ ਦਾ ਮੈਚ ਅਸੀਂ ਖੰਨੇ ਦੇਖਿਆ ਖੰਨੇ ਵੇਖਿਆ ਉਹਨੂੰ ਦੇਖ ਕੇ ਕਬੱਡੀ ਦੀ ਆਪਣੀ ਇੰਡੀਆ ਦੀ ਟੀਮ ਇੱਥੇ ਵੱਲ ਕੇ ਲੂਜ਼ ਹੋਈ ਦੀ ਹਰੀ ਦੀ ਮੈਚ ਅਲੀ ਦੀ ਆਪਣਾ ਰੱਬੋਂ ਵਾਲਾ ਹਰਵਿੰਦਰ ਇੰਡੀਆ ਦੀ ਟੀਮ ਚ ਖੇਡ ਰਿਆ ਸੀ ਇੰਡੀਆ ਦੀ ਟੀਮ ਬਾਜੀ ਦੇ ਨਾਲ ਬਾਜੀ ਦੇ ਨਾਲ ਬਹੁਤ ਵਧੀਆ ਇਹਨੇ ਅਲੀ ਨੂੰ ਜਫਾ ਲਾਇਆ ਦੀ ਰੱਬੋ ਨੇ ਆਪਣੇ ਨੇ ਇੱਕ ਜਫਾ ਲਾਇਆ ਦੀ ਇੱਕ ਵਾਰੀ ਇਹ ਹੌਲਾ ਦੀਗਾ ਜਦ ਤੇ ਇਹਨੂੰ ਖਿੱਚ ਕੇ ਲੈ ਗਿਆ ਦੀ ਜਾਨੀ ਕਿ ਉਸ ਮੈਚ ਨੂੰ ਦੇਖ ਕੇ ਉਹ ਮੈਚ ਨੂੰ ਤੇਜੀ ਨੇ ਮਨ ਬਣਾਇਆ ਕਿ ਮੈਂ ਵੀ ਕਬੱਡੀ ਖੇਡਾਂ ਮੈਂ ਵੀ ਕਬੱਡੀ ਖੇਡਾਂ ਮੈਂ ਯਾਰ ਹਰਵਿੰਦਰ ਰੱਬੂ ਅਸੀਂ ਲਸੋਈ ਪੜੇ ਆ ਮੈਂ ਯਾਰ ਅਰਵਿੰਦਰ ਨੇ ਪਲੱਸ 1 ਤੇ ਪਲੱਸ 2 ਇਕੱਠਿਆਂ ਨੇ ਕੀਤੀ ਆ ਤੇ ਅਸੀਂ ਮੈਚ ਵੀ ਖੇਡੇ ਨੇ ਇਕੱਠਿਆਂ ਨੇ ਸਕੂਲ ਇੱਕ ਜਿਗ ਦੀ ਪੇ ਦੱਸੋ ਵੀ ਜ਼ਿਆਦਾਤਰ ਜਿਹੜੇ ਪਲੇਅਰ ਹਿੱਟ ਹੋਇਆ ਜਾਨੀ ਕਿ ਪ੍ਰਸਿੱਧ ਹੋਇਆ ਸੁਪਰਸਟਾਰ ਹੋਇਆ ਕਈ ਐਸੇ ਖਿਡਾਰੀ ਨੇ ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੀ ਵਜਾਏ ਜਿਵੇਂ ਤੇਜੀ ਦਾ ਪਿੰਡ ਨਗਾਮਪੁਰ ਹੈ ਤਾਂ ਸ਼ੁਰੂ ਦੇ ਵਿੱਚ ਉਸ ਤੇਜੀ ਨੂੰ ਤੇਜੀ ਲਸਾੜੇ ਵਾਲਾ ਆਖਿਆ ਗਿਆ ਉਹ ਕਿਉਂ ਭਾਈ ਜੀ ਉਹ ਖੇਡਿਆ ਹੀ ਲਸਾੜੇ ਚ ਸੀ ਰਹਿੰਦਾ ਵੀ ਇਤਰਾਜ਼ ਨਹੀਂ ਕੀਤਾ ਦਾ ਕੋਈ ਆਪਣੇ ਦੇਖੋ ਜਰਗੜੀ ਦੀ ਟੀਮ ਆ ਆਪਾਂ ਇਹਨਾਂ ਦੇ ਤਾਂ ਨਹੀਂ ਆ ਜਰਗੜੀ ਦੀ ਟੀਮ ਦੇ ਕਦੇ ਇਤਰਾਜ਼ ਨਹੀਂ ਕੀਤਾ ਇਹਨਾਂ ਨੇ ਕਿਉਂ ਤੇਜੀ ਕਿਸੇ ਚ ਖੇਡਿਆ ਹੀ ਨਹੀਂਗਾ ਪਿੰਡ ਚ ਨਹੀਂ ਖੇਡਿਆ ਉਹ ਸ਼ੁਰੂਆਤ ਲਸਾੜੇ ਤੋਂ ਲਸਾੜੇ ਤੋਂ ਹੀ ਕੀਤੀ ਆ ਤਕਰੀਬਨ 2008 ਤੱਕ ਲਸਾੜੇ ਚ ਹੀ ਖੇਡਿਆ ਕੰਟੀਨਿਊ ਕੰਟੀਨਿਊ ਉਦੋਂ ਬਾਅਦ ਵੀ ਲਸਾੜੇ ਦੀ ਖੇਡਿਆ ਇਹ ਨਹੀਂ ਵੀ ਲਸੜ ਦੀ ਨਹੀਂ ਖੇਡੇ ਚਲੋ ਜਦ ਤੁਹਾਨੂੰ ਪਤਾ ਵੀ ਜਦ ਬੰਦਾ ਫੇਮਸ ਹੋ ਜਾਂਦਾ ਥੋੜਾ ਜਿਹਾ ਪਿੰਡਾਂ ਦਾ ਪਤਾ ਲੱਗ ਜਾਂਦਾ ਤੇ ਪੰਜ ਚ ਖੇਡਣ ਲੱਗੇ ਆ ਤੇ ਪਹਿਲਾਂ ਅਸੀਂ ਰੰਗੀਆਂ ਜਦ ਦੀ ਪਹਿਲਾ ਪਹਿਲੇ ਸਾਲ ਕੈਨੇਡਾ ਗਿਆ ਨਾ ਭਾਜੀ ਉੱਥੇ ਪੱਪੂ ਮੈਚ ਸੀ ਸਾਡਾ ਸਾਡੀ ਟੀਮ ਨੂੰ ਬਾਈ ਲੱਗ ਗਈ ਚਨੇਰ ਤੇ ਰੰਗੀਆਂ ਦੀਆਂ ਟੀਮਾਂ ਸੈਮੀ 'ਚ ਪੜ ਗਈਆਂ ਉੱਥੇ ਉਹਨਾਂ ਨੇ ਇੱਕ ਨੇ ਤਾਂ ਹਰਨੈ ਦੀ ਗਾ ਉਹਨਾਂ ਚੋਂ ਤਕੜੀ ਟੀਮ ਨੇ ਮਾਰੀ ਉੱਥੇ ਪੱਪੂ ਨਹੀਂ ਹਰਗੇ ਮੈਚ ਪਰ ਪੱਪੂ ਨੇ ਤੇਜੀ ਦੀਆਂ ਕੌਡੀਆਂ ਦੇਖੀਆਂ ਬਾਈ ਉੱਥੇ ਤੇਜੀ ਕਾਰਾ ਪੱਪੂ ਝੂਟ ਜਾ ਕਰਨ ਪੱਪੂ ਝੂਟ ਜਾ ਕਰਨ ਤੇਜੀ ਕਾਰਾ ਮੈਂ ਗਿਆਨੀ ਲਸਾਰੇ ਵਾਲਾ ਵੱਡਾ ਗਿਆਨੀ ਆ ਆਪਣਾ ਵੱਡਾ ਕਰਮਜੀਤ ਹਾਂ ਪ੍ਰਗਟ ਮੱਖਣ ਅੱਛਾ ਮੱਖਣ ਦੇ ਦੇ ਜੀ ਦਾ ਬਹੁਤ ਪਿਆਰ ਕੀਤਾ ਭਾਈ ਸਹੀ ਹੈ ਤੇ ਉਸ ਤੋਂ ਬਾਅਦ ਪਲਜੀਤ ਵੀ ਦੀਗਾ ਤੇ ਜਦ ਬਾਹਰ ਆਏ ਨਾ ਪੱਪੂ ਕਿਸੇ ਨਾ ਫੋਨ ਤੇ ਗੱਲਾਂ ਕਰੇ ਕਹਿੰਦਾ ਯਾਰ ਵੀ ਰੈਡਰ ਹੈਗਾ ਤੁਸੀਂ ਟੈਨਸ਼ਨ ਨਾ ਲਓ ਰੈਡਰ ਇੱਕ ਛੱਡ ਕਹਿੰਦਾ ਦੋ ਨੇ ਸਹੀ ਹੈ ਤੇ ਮੈਂ ਦੇ ਜੀ ਨੂੰ ਕਿਹਾ ਕਾਰਾ ਮੈਂ ਤੁਰੇ ਆਉਂਦੀ ਮੈਂ ਯਾਰ ਪੱਪੂ ਨੂੰ ਰੈਡਰ ਚਾਹੀਦਾ ਕੋਈ ਮੈਂ ਖਬਰ ਆਪਾਂ ਨੂੰ ਇਹ ਕਹਿ ਦੇਵੇ ਬਈ ਪੱਪੂ ਬਾਈ ਨੇ ਹਾਕ ਮਾਰੀ ਕਹਿੰਦਾ ਵੀ ਉਰੇ ਆਓ ਲਸਾੜੇ ਵਾਲਿਓ ਹੂੰ ਇੰਨਾ ਵੀ ਤੁਹਾਡੇ ਚੋਂ ਵੀ ਰੀਡਰ ਚਾਹੀਦਾ ਸਾਨੂੰ ਵੀ ਕਿਹੜਾ ਚਾਹੀਦਾ ਉੱਥੇ ਆਪਸ਼ਨ 1 ਤੀ ਬੰਦੇ ਦੋ ਸੀ ਦੋ ਸੀ ਹਾਂ ਕਾਰਾ ਤੇ ਤੇਜ਼ ਕਾਰਾ ਤੇ ਤੇ ਇਹਨਾਂ ਚੋਂ ਇੱਕ ਲੈਣਾ ਸੀ ਇੱਕ ਚਾਹੀਦਾ ਦੀਗਾ ਉਹ ਹੁਣ ਇਹਨਾਂ ਚ ਦੀ ਵੀ ਕੀ ਨਾ ਜਾਣਾ ਪਰ ਉੱਥੇ ਬਈ ਪਹਿਲੇ ਹੀ ਕਾਰੇ ਨੇ ਕਹਿਤਾ ਦੀਗਾ ਵੀ ਤੇਜ਼ੀ ਜਾਊਗਾ ਵੀ ਤੇਜ਼ੀ ਤੂੰ ਆਪ ਦੀ ਗੱਲ ਕਰ ਕਾਰੇ ਨੇ ਖੁਦ ਆਖਤਾ ਵੀ ਮੈਂ ਨਹੀਂ ਜਾਂਦਾ ਮੇਰਾ ਤਾਂ ਫੇਰ ਕੱਲ ਨੂੰ ਬਣ ਜਾਊਗਾ ਵੀ ਤੂੰ ਨਵਾਂ ਪਲੇਅਰਾਂ ਬਣਨ ਆਲਾ ਤੇ ਕੁਝ ਕਾਰੇ ਦੇ ਨਾਲ 60 ਬੱਜੀ ਹੋਈ ਦੀਗੀ ਉਹਦੀ ਪ੍ਰੋਬਲਮ ਦੀਗੀ ਦੂਜੇ ਸਾਲ ਕਾਰਾ ਚੱਲਿਆ ਗਿਆ ਦੀ ਸ਼ਾਇਦ ਉਸੇ ਸਾਲ ਚੱਲਿਆ ਗਿਆ ਦੀ ਆ ਕਾਰ ਕਾਰਾ ਵੀ ਚੱਲ ਗਿਆ ਤੇ ਤੇਜ਼ੀ ਨੂੰ ਫਸਟ ਪ੍ਰਾਇਓਰਿਟੀ ਦਿੱਤੀ ਜਾਂਦੀ ਹਾਂ ਬਾਈ ਜੀ ਪਹਿਲੇ ਸਾਲ ਮੈਂ ਆਹਨ ਦੀ ਕੋਲੇ ਖੜਾ ਬੱਪੂ ਉਹਨਾਂ ਨੇ ਲੱਖ ਰੁਪਈਆ ਗਿਆ ਦੀ ਦੇ ਜੀ ਨੂੰ ਵੀ ਲੱਖ ਰੁਪਈਆ ਦਵਾਂਗੇ ਬੱਪੂ ਨੇ ਆਪਦੇ ਮੂੰਹ ਹੀ ਕਿਹਾ ਦੀ ਕਹਿੰਦਾ ਵੀ ਟਿਕਟ ਦੇਣੀ ਪਊਗੀ ਨਾਲ ਅੱਛਾ ਤੇ ਨਾਲ 1,41,000 ਰੁਪਈਆ ਸਾਨੂੰ ਮਿਲਿਆ ਦੀਗਾ ਤੇ ਬਾਕੀ ਉਧਰ ਤਿੰਨ ਮੈਚੇ ਮੇਜਰ ਭਲੂਰ ਕੰਨੀਓ ਖੇਡਿਆ ਉਹਨਾਂ ਨੇ 1500 ਰੁਪਿਆ ਅਲੱਗ ਨਹੀਂ ਹੁੰਦਾ ਜਿੰਮੇ ਵੀ ਐਕਸਟਰਾ ਐਕਸਟਰਾ ਮੈਚ ਇੱਕ ਦਿਨ ਇੱਧਰ ਖੇਡ ਲੇ ਰਾਂਟੋ ਖੇਡ ਲੇ ਤੇ ਦੂਏ ਦਿਨ ਬੈਂਕੋਵਰ ਖੇਡ ਲੇ ਦੋ ਸੀਰੀ ਚੱਲਦੀ ਹੁੰਦੀਆਂ ਨੇ ਉੱਥੇ ਤਿੰਨ ਮੈਚ ਇਹ ਆਪਣੇ ਸਰਦਾਰ ਮੇਜਾ ਸਿੰਘ ਬਰਾੜ ਉਹਨਾਂ ਦੇ ਹਾਂ ਮੇਜਰ ਮੇਜਰ ਭਲੂਰ ਦੇ ਗਿਲੰਦਰ ਸਿੱਧੂ ਰੀ ਹਾਂਜੀ ਤੇ ਉਹਦੇ ਨਾਲ ਦੀਗੇ ਆਪਣਾ ਅੰਬੀਯੋਣੀ ਤੇ ਦੂਜਾ ਆਪਣਾ ਸ਼ੀਰਾ ਹੁੰਦਾ ਦੀਗਾ ਠੂਰ ਵਾਲੇ ਸੀਗੇ ਸਿਰਾ ਠੂਰ ਹਾਂ ਉੱਥੇ ਇੱਕ ਗੱਲ ਹੋਰ ਵੀ ਹੋਈਦੀ ਉਹ ਕਹਿੰਦੇ ਵੀ ਯਾਰ ਵੀ ਕੋਈ ਤੇਜੀ ਤੇਜੀ ਮੁੰਡਾ ਨਜਾਮਪੁਰ ਵਾਲਾ ਅੱਛਾ ਉਹ ਕਹਿੰਦਾ ਯਾਰ ਮੈਂ ਤਾਂ ਜਾਣਦਾ ਨਹੀਂ ਕਹਿੰਦਾ ਦੱਸਿਆ ਵੀ ਪਲੇਅਰ ਵਧੀਆ ਉੱਥੇ ਫਿਰ ਨਾ ਸੀਰੇ ਨੇ ਇਹ ਗੱਲ ਕਹੀਦੀ ਕਹਿੰਦਾ ਬਾਈ ਤੇਜੀ ਨਜਾਮਪੁਰ ਵਾਲੇ ਤਾਂ ਤੂੰ ਜਾਣਦਾ ਨਹੀਂ ਤੇਜੀ ਲਸਾੜੇ ਵਾਲੇ ਨੂੰ ਜਾਣਦਾ ਕਹਿੰਦਾ ਹਾਂ ਯਾਰ ਕਹਿੰਦਾ ਉਹ ਉਹ ਆ ਉਹ ਆ ਅੱਛਾ ਉੱਥੇ ਪਿੰਡ ਦੇ ਨਾਮ ਤੇ ਹੋ ਗਿਆ ਤੇ ਪਿੰਡ ਦੇ ਨਾਮ ਤੇ ਫਿਰ ਤੁਹਾਨੂੰ ਦੱਸਿਆ ਵੀ ਨਾ ਹੁਣ ਵੀ ਉਹ ਜਦ ਤੇਜੀ ਹੁਣ ਵੀ ਗਰਾਉਂਡ ਜਾਂਦਾ ਤੀਗਾ ਕਹਿੰਦੀ ਵੀ ਮੇਰਾ ਲਸਾੜਾ ਬੋਲੋ ਜਾਦਾ ਲੋਕ ਲਸਾੜੇ ਵਾਲਾ ਤੇਜੀ ਕਹਿੰਦੇ ਸਾੜੇ ਵਾਲਾ ਕਹਿੰਦੀ ਫਿਰ ਇਹ 6 ਚ ਬਾਜੀ ਪਹਿਲੇ ਸਾਲੇ ਬਾਹਰ ਚ ਲਿਆ ਗਿਆ 5 ਚ ਖੇਡਣ ਲੱਗੇ ਅਪ੍ਰੈਲ ਚ 2006 ਚ ਪਹਿਲਾ ਟੂਰ ਹੋਇਆ ਕੈਨੇਡਾ ਦਾ ਕੈਨੇਡਾ ਦਾ ਹੋ ਗਿਆ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਚਲੋ ਕੋਈ ਬੈਸਟ ਨਹੀਂ ਕੋਈ ਮੈਚ ਨਹੀਂ ਜਿੱਤੇ ਕੋਈ ਸੈਕਿੰਡ ਨਹੀਂ ਬਹੁਤ ਸੋਹਣਾ ਖੇਡਿਆ ਜਾਂਦਾ ਛਾਲ ਮਾਰਨੀ ਵੀ ਇਹਨੇ ਉੱਥੇ ਹੀ ਲੱਲੀ ਵਾਲੇ ਜਿਹੜੀ ਸੰਦੀਪ ਦੀ ਛਾਲ ਤੀਗੀ ਨਾ ਇਹਨੇ ਉੱਥੇ ਦੇਖ ਕੇ ਹੀ ਮਾਰਨੀ ਸਿੱਖੀ ਮਾਰਨੀ ਕਿਸ ਜਗ੍ਹਾ ਤੇ ਸਿੱਖੀ ਜੋ ਬੱਚੇ ਜੰਪ ਨਹੀਂ ਲੈਂਦੇ ਹੁੰਦੇ ਉਹ ਛਾਲਾ ਮਾਰਦਿਆਂ ਉਹਦੇ ਉੱਤੇ ਸਿੱਖੀ ਦੀ ਗੱਲ ਇਹਨੇ ਲੱਲੀਆਂ ਦੇ ਸੰਦੀਪ ਤੋਂ ਬਾਅਦ ਤੇਜੀ ਦੀ ਛਾਲ ਜਿਹੜੀ ਬਹੁਤ ਪ੍ਰਸਿੱਧ ਹੋਈ ਇਹ ਉੱਥੋਂ ਕੈਨੇਡਾ ਤੋਂ ਸਿੱਖੀ ਕੈਨੇਡਾ ਤੋਂ ਸਿੱਖੀ ਦੀ ਇਹਨੇ ਜਨਦੀ ਸੰਦੀਪ ਨੂੰ ਹੀ ਦੇਖ ਕੇ ਛਾਲ ਮਾਰਨ ਲੱਗਿਆ ਉਹਨੂੰ ਦੇਖ ਕੇ ਛਾਲ ਮਾਰਨ ਲੱਗ ਗਿਆ ਉਸ ਤੋਂ ਬਾਅਦ ਅੱਗੇ ਫਿਰ ਕਿਹੜੀ ਕਲੱਬ ਵੱਲੋਂ ਖੇਡਿਆ ਪੰਜਾਬ ਦੇ ਜਿਹੜੇ ਕਬੱਡੀ ਕੱਪ ਸੀ ਕਾਲਖ ਕਲੱਬ ਕਾਲਖ ਵੱਲੋਂ ਹਾਂਜੀ ਕਾਲਖ ਕੰਨੀ ਜਿਹੜਾ ਬਹੁਤ ਵਧੀਆ ਖੇਡਿਆ ਪੂਰਾ ਤੁਸੀਂ ਵੀ ਮੈਚ ਦੇਖੇ ਨੇ ਲਗਭਗ ਲੰਮ ਸਮੇਂ ਵੀ 80% ਤੇ ਤੁਸੀਂ ਕਮੈਂਟਰੀ ਕਰਦੇ ਹੁੰਦੇ ਸੀਗੇ ਪਿੰਡਵਾਰ ਦੇ ਟੂਰਨਾਮੈਂਟ ਚ ਵੀ ਆਪਣਾ ਕਿੰਨਾ ਬਾਹ ਰਿਹਾ ਵੀ ਬਿਲਕੁਲ ਬਿਲਕੁਲ ਹਾਂ ਪਹਿਲਾਂ ਇਦਾਂ ਨਹੀਂ ਸੀਗਾ ਵੀ ਟਾਵੇਂ ਟਾਵੇਂ ਕਮੈਂਟਰ ਟੂਰਨਾਮੈਂਟ ਤੇ ਟਾਵੇਂ ਟਾਵੇਂ ਟੂਰਨਾਮੈਂਟ ਤੇ ਕਮੈਂਟ ਨੂੰ ਸਾਦੇ ਹੁੰਦੇ ਸੀ ਸਹੀ ਹੈ ਸਹੀ ਹੈ ਤੇ ਜਗਦੀਪ ਭਾਈ ਜਦੋਂ ਤੇਜ਼ੀ ਤੇ ਸ਼ੁਰੂ ਤੋਂ ਰੇਡ ਪਾਉਂਦਾ ਸੀ ਹਾਂਜੀ ਤੇ ਅਸੀਂ ਤੁਹਾਨੂੰ ਪਹਿਲਾਂ ਫੜਦੇ ਦੇਖਿਆ ਨਾ ਯਾਨੀ ਕਿ ਸਟਾਪਰ ਦੇ ਰੂਪ ਵਿੱਚ ਤੁਹਾਨੂੰ ਦੇਖਿਆ ਮੈਂ ਭਾਜੀ ਨਾਲ ਇਹ ਕਹਿੰਦੀ ਵੀ ਸਾਡਾ ਕੁਦਰਤੀ ਹੁਦਿਗਾ ਜੇ ਇਹ ਖੇਡ ਵੀ ਦੀ ਗਈ ਤੇ ਕੰਮ ਵੀ ਕਰਦੇ ਦੀ ਅਸੀਂ ਇਕੱਠੇ ਕਰਦੇ ਦੀ ਇਹ ਕਹਿੰਦੀ ਵੀ ਯਾਰ ਰਹਿਣਾ ਦਾ ਸਾਥ ਰਹਿਣਾ ਬਸ ਮੈਂ ਨਾ ਕਾਲਖ ਚ ਇੱਕ ਸਿਲੈਕਸ਼ਨ ਹੋ ਗਈ ਛੇ ਤੋਂ ਬਾਅਦ ਦੀ ਪੱਕਾ ਹੀ ਖੇਡਣ ਲੱਗ ਗਿਆ ਪਰਮਾਨੈਂਟ ਕਿਉਂ ਭੇਜਿਆ ਹੀ ਕਾਲਖ ਵਾਲਿਆਂ ਨੇ ਠੀਕ ਕਿਉਂ ਕਿਹੜਾ ਅਕੈਡਮੀ ਖੇਡਦਾ ਦੀਗਾ ਪਹਿਲਾਂ ਕੋਈ ਕੋਈ ਜ਼ਿਆਦਾ ਹੁੰਦਾ ਦੀ ਆਪਣੇ ਨੋਟ ਕੋਈ ਕਾਗਜ਼ ਲੱਗਦਾ ਹੁੰਦਾ ਦੀ ਵੀ ਕਿਹੜੇ ਅਕੈਡਮੀ ਕਿੰਨੀ ਉਹ ਖੇਡਦਾ ਬਿਲਕੁਲ ਤੇ ਉੱਥੋਂ ਫਿਰ 6 ਚੋਂ ਅਸੀਂ ਇਹ ਬਾਹਰੋਂ ਆਇਆ ਤੇ ਮੈਚ ਚੱਲ ਪੇ ਪਿੰਡਵਾਰ ਵੀ ਖੇਢੀ ਗਏ ਇਹ ਆਨਸਾਰ ਬਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਲੰਗ ਟੂਰਨਾਮੈਂਟ ਹੋਇਆ ਉੱਥੇ ਪੂਰੇ ਟੂਰਨਾਮੈਂਟ ਤੇ ਇੱਕ ਬੈਸਟ ਕੱਢਦੇ ਹੁੰਦੇ ਨੇ 골ਡ ਮੈਡਲ ਪਾਉਂਦੇ ਹੁੰਦੇ ਨੇ ਉੱਥੇ ਨੇ 80 ਗੋਡੀਆਂ ਪਾਈਆਂ ਇਹਨੂੰ ਇੱਕ ਜੱਫਾ ਦੀ ਸੈਮੀਫਾਈਨਲ ਦੇ ਲੰਗ ਜਿਲ੍ਹਾ ਪਟਿਆਲਾ ਜਿਲ੍ਹਾ ਪਟਿਆਲਾ ਇਹ ਵੀ 2006 ਦੀ ਗੱਲ ਆ 2006 ਦੀ ਹਾਂ ਆਉਣ ਤੋਂ ਜਦੋਂ ਦੀ ਕੈਨੇਡਾ ਆਉਣ ਤੋਂ 5-7 ਦਿਨ ਦੀ ਬਾਅਦ ਦੀ ਗੱਲ ਆ ਤੇ ਉਹ ਉੱਥੇ ਵੀ ਬੈਸਟ ਨਿਕਲਿਆ ਦੀ ਆਏ ਉੱਥੇ ਬੈਸਟ ਬੈਸਟ ਤਾਂ ਬਹੁਤ ਜਿਆਦਾ ਨਿਕਲਿਆ ਪਰ ਜਦ ਬੈਸਟ ਨੂੰ ਕੀ ਹੁੰਦਾ ਉਹਦੀ 1100 2100 ਜਾਂ ਸ਼ੀਲਡ ਹੁੰਦੀ ਦੀਗੀ ਤਾਂ ਹੁਣ ਤਾਂ ਕੱਪ ਵੀ ਬਹੁਤ ਵਧੀਆ ਨੇ ਪੈਸਾ ਬਹੁਤ ਆ ਗਿਆ ਪਰ ਬਾਜੀ ਜਿਆਦਾ ਨਾਲ ਪਿਆਰ ਬਹੁਤ ਹੀ ਪਿਆਰ ਸੀ ਬਹੁਤ ਪਿਆਰ ਸੀ ਕੀ ਇਹ ਜਿਹੜਾ ਲੰਗ ਵਾਲਾ ਟੂਰਨਾਮੈਂਟ ਸੀ ਇਹ ਪਹਿਲੀ ਵਾਰ ਬੈਸਟ ਵਾਂਣਾ ਸੀ ਉੱਥੇ ਹਾਂ ਪਹਿਲੇ ਟੂਰਨਾਮੈਂਟ ਤੇ ਬੈਸਟ ਸੀ ਪਹਿਲੇ ਟੂਰਨਾਮੈਂਟ ਤੇ ਪਹਿਲੀ ਵਾਰੀ ਬੈਸਟ ਬਣਿਆ ਸੀ ਉੱਥੋਂ ਜਿਹੜਾ ਪੂਰੇ ਟੂਰਨਾਮੈਂਟ ਦਾ ਪੂਰੇ ਟੂਰਨਾਮੈਂਟ ਤੇ ਬੈਸਟ 80 ਰੇਡਾਂ ਪਾ ਕੇ 80 ਰੇਡਾਂ ਪਾ ਕੇ ਦੀ ਇੱਕ ਜਫਾ ਦੀ ਫਾਈਨਲ ਮੈਚ ਸਾਡਾ ਜਰਗੜੀ ਨਾਲ ਲੱਗਿਆ ਸੀ ਠੀਕ ਹੈ ਮੈਚ ਕੌਣ ਦਿੱਤੇ ਮੈਚ ਆਪਣਾ ਸਿਉੜਾ ਭਰੀ ਹੋਈ ਸੀ ਉੱਥੇ ਸਿਉੜਾ ਜਿੱਤੇ ਹਾਂ ਉੱਥੇ ਤਿੰਨ ਬੰਦ ਦੋ ਬੰਦੇ ਬਾਹਰੋਂ ਸੀ ਕਾਰਾ ਤੇ ਤੇਜ਼ੀ ਬਾਹਰੋਂ ਖੇਡਦੇ ਸੀ ਪਹਿਲੀ ਵਾਰ ਬੈਸਟ 2006 ਚ ਕੈਨੇਡਾ ਤੋਂ ਆਉਣ ਤੋਂ ਆਉਣ ਤੋਂ ਬਾਅਦ ਪਹਿਲੀ ਵਾਰੀ ਲੰਗ ਲੰਗ ਨਿਕਲਿਆ ਦੀ 골ਡ ਮੈਡਲ ਉਸ ਤੋਂ ਬਾਅਦ ਹੋਰ ਕਿੰਨੇ ਮੈਚ ਫਿਰ ਜਿੱਤੇ ਉਸ ਤੋਂ ਬਾਅਦ ਆਪਾ ਜੀ ਫਿਰ ਲੜੀ ਚੱਲ ਗਈ ਲੜੀ ਚੱਲ ਬਈ ਲਸਾੜੇ ਵੱਲੋਂ ਤੇ ਕਾਲਖ ਵੱਲੋਂ ਲਸਾੜੇ ਵੱਲੋਂ ਖੇਡੀ ਜਾਂਦਾ ਹਾਂ ਲਸਾੜੇ ਤੇ ਕਾਲਖ ਕੰਨੀ ਜਦੋਂ ਅਕੈਡਮੀ ਦੇ ਮੈਂ ਤਾਂ ਕਾਲਖ ਵੱਲੋਂ ਹਾਂ ਕਾਲਖ ਕੰਨੀ ਪਿੰਡ ਵੱਰ ਤਾਂ ਲਸਾੜਾ ਤਾਂ ਫਿਰ ਤੁਹਾਨੂੰ ਪਤਾ ਵੀ ਹੁਣ ਤਾਂ ਅਕੈਡਮੀ ਜਾਦੇ ਹੋ ਗਈ ਜਿਆਦਾ ਨਾ ਹਫਤੇ ਚ ਦੋ ਜਾਂ ਇੱਕ ਮੈਚ ਹੁੰਦਾ ਸੀ ਪਹਿਲਾਂ ਮੈਚ ਘਟੋ ਹਾਂ ਪੰਜਾਬ ਫਾਊਂਡੇਸ਼ਨ ਚ ਖੇਡ ਦੇ ਦਿੱਗੇ ਤੇ ਜੀ ਟੋਨੀ ਬਾਜੀ ਕਰਨੀ ਤੇ ਉਦੋਂ ਬਾਅਦ ਸੱਤ ਇਹਦੀ ਫਿਰ ਬਾਜੀ ਸੰਮੀਪੁਰ ਟੂਰਨਾਮੈਂਟ ਤੇ ਇੰਗਲੈਂਡ ਦੀ ਗੱਲ ਹੋਈ ਸੀ ਅੱਛਾ ਜਲੰਧਰ ਚ ਸੀਰਾ ਸੀਰਾ ਸ਼ਮੀਪੁਰ ਤੇ ਵਿੱਕੀ ਸ਼ਮੀਪੁਰ ਦਾ ਹਾਂ ਜੀ ਉਹਨਾਂ ਦੇ ਪਿੰਡ ਤੋਂ ਉੱਥੇ ਫਾਈਨਲ ਮੈਚ ਮੀਰੀਪੀਰੀ ਨਾ ਦੀਗਾ ਕਾਲਖਵਾ ਅੱਛਾ ਜੋਗੀ ਬਾਬਾ ਤੇਜੀ ਤੇ ਰੰਗੀਆਂ ਵਾਲਾ ਪਹਿਲਵਾਨ ਇਹ ਕੌਡੀ ਪਾਉਂਦੇ ਸੀ ਅੱਛਾ ਫਾਈਨਲ ਮੈਚ ਦੇ ਵਿੱਚ ਪਹਿਲੇ ਹੀ ਰੇਡ ਤੋਂ ਤੇਜੀ ਦੇ 5000 ਮੀਰੀ ਪੀਰੀ ਕੰਨੀਆ ਦੁੱਲੇ ਦੇ 5000 ਰੁਪਏ ਲੱਗਿਆ ਅੱਛਾ ਦੁੱਲੇ ਨੂੰ ਪੰਜਵੀਂ ਕੌਡੀ ਆ ਕੇ ਆਪਣਾ ਮਟੋੜਲੇ ਵਾਲਾ ਮਿੰਦੀ ਫੜ ਗਿਆ ਸੀ ਤੇਜੀ ਦੀਆਂ ਨੌ ਕੌਡੀਆਂ ਬਣੀਆਂ ਸੀ ਉੱਥੇ ਪੂਰੇ ਇਦਾਂ ਨਹੀਂ ਦੀ ਵੀ ਤਿੰਨ ਕੌਡੀਆਂ ਦੇ ਪੈਸੇ ਲੱਗ ਗਏ ਪੂਰੇ ਮੈਚ ਤੇ ਪੈਸੇ ਸੀ ਕਿੱਥੇ ਵੀ ਜੱਫਾ ਲੱਗ ਗਿਆ ਉਹ ਪੈਸੇ ਜਾਫੀ ਦੇ ਨੇ ਜਾਫੀ ਦੇ ਸੀ ਕਿਤੇ ਵੀ ਲੱਗ ਗਿਆ ਹਾਂ ਕਿਤੇ ਵੀ ਲੱਗ ਗਿਆ ਉੱਥੇ ਬਈ 45000 ਰੁਪਇਆ ਫਿਰ 9 ਕੋਡੀਆਂ ਪਾਈਆਂ ਤੇਜੀ ਨੇ 9 ਇਹਦੇ ਹਿੱਸੇ ਚ ਆਈਆਂ ਤੇ ਰੇਤੇ ਵਾਲਾ ਬਾਤੀਆਂ ਹਾਂ ਇਹਨੇ ਆਪਦੇ ਹਿੱਸੇ ਦੇ ਨੌਨ ਸਟਾਪ ਕੋਡੀਆਂ ਪਾਈਆਂ ਪੂਰੇ ਜਾਫ ਲੈਨ ਵੀ ਤੁਹਾਨੂੰ ਪਤਾ ਕਿੰਨੀ ਵਧੀਆ ਦੀ ਮੇਰੀ ਬੀਬੀ ਸਕੰਦਰ ਕਾਂਜਲੀ ਨੇਕਾ ਮਨਸੂਰ ਵਾਲਾ ਰੂਬੀ ਹਰਖੋ ਵਾਲੀਆ ਹੋਰ ਵੀ ਵਧੀਆ ਸਾਰੇ ਪਲੇਅਰਸ ਦੀਗੇ ਤੇ ਇਹਨੂੰ ਕੋਈ ਜੱਫਾ ਨਹੀਂ ਦੀ ਇਹ ਉੱਥੇ ਬੈਸਟ ਵੀ ਨਿਕਲਿਆ ਸੀ ਤੇ ਇਹ ਨੂੰ ਕੋਈ ਜਫਾ ਵੀ ਨਹੀਂ ਦੀ ਜਫਾ ਨਹੀਂ ਸੀ 45000 ਰੇਡਾ ਬਾਕੀ ਜਿੱਤਿਆ ਹਾਂ ਤੇ ਇੰਗਲੈਂਡ ਦੀ ਗੱਲ ਉੱਥੇ ਫਸਟ ਟਾਈਮ ਹੋਈ ਉੱਥੇ ਫਸਟ ਟਾਈਮ ਗੱਲ ਹੋਈ ਦੀ ਭਾਜੀ ਟੋਨੀ ਭਾਜੀ ਦੇ ਘਰੇ ਸਰਿੰਦਰਪਾਲ ਸਿੰਘ ਦੀ ਟੋਨੀ ਹਾਂਜੀ ਉੱਥੇ 골ਡੀ ਆਪਣਾ ਸਾਹਨੇ ਵਾਲੀ ਹੈ 골ਡੀ ਸਾਹਨੇ ਵਾਲੀ ਹਾਂ ਉੱਥੇ ਇਹ ਕਾਦ ਵੀ ਤੇਜੀ ਬਹੁਤ ਤਕੜਾ ਖੇਡ ਰਿਹਾ ਵੀ ਇਹਦੀ ਗੱਲ ਉਹਦੀ ਭਾਜੀ 4000 ਪਾਉਂਡ ਦੇ ਵਿੱਚ ਅੱਛਾ ਟੋਨੀ ਭਾਜੀ ਨੇ ਅਸੀਂ ਕੋਈ ਗੱਲ ਨਹੀਂ ਕੀਤੀ ਇਸਕੇ ਭਾਜੀ ਵੀ ਕੋਈ ਚੱਕਰ ਨਹੀਂ ਛੜਨਾ ਮਨਜੀਤ ਸਿਉੜਾ ਮੈਂ ਤੇਜੀ ਟੋਨੀ ਭਾਜੀ ਆਪਸ ਵਿੱਚ ਬੈਠੇ ਸੀ ਤੇ ਕੋਈ ਗੱਲ ਨਹੀਂ ਦੀ ਕਿ ਅਸਕੇ ਭਾਈ ਜਿਹੜੀ ਗੱਲ ਤੁਸੀਂ ਕਰਦੇ ਪਰ ਟੋਨੀ ਭਾਜੀ ਨੇ ਇਹ ਗੱਲ ਕਹੀ ਤੀ ਵੀ ਪੈਸੇ ਕੱਟਨੇ ਵੀ ਜਿੱਡਾ ਪਲੇਅਰ ਆ ਜਿੱਡੀ ਕੌਡੀ ਪਾਰਿਆ ਤੇ ਭਾਜੀ ਮੂਹਰੇ ਇਹ ਗੱਲ ਕਹੀ ਤੀ ਕਿ ਵੀ ਇਹਦੇ ਦੇਖ ਕੇ ਆਪਾਂ ਪੈਸੇ ਦਵਾਂਗੇ ਵੀ ਜੇ ਤੇਜੀ ਤਕੜਾ ਖੇਡਿਆ ਸਲੋ ਵਾਲਾ ਕੱਪ ਚੱਕ ਕੇ ਦਿੰਦਾ ਤਾਂ ਤੇਜੀ ਨੂੰ ਦੁੱਗਣੇ ਪੈਸੇ ਦਵਾਂਗੇ ਭਾਜੀ ਦਿੱਤੇ ਵੀ 8000 ਪਾਉਂਡ ਗੋਲਦੀ ਬਾਜੀ ਨੇ ਦਿੱਤਾ 4000 ਚ ਗੱਲ ਹੋਈ ਤੇ ਦਿੱਤਾ 8000 ਪਾਉਂਡ ਤੇ 3500 ਪਾਉਂਡ ਇਹਨੂੰ ਉੱਤੋਂ ਬਣਿਆ ਤੇ ਉੱਤੋਂ ਬਣਿਆ ਇੰਗਲੈਂਡ ਦੇ ਵਿੱਚ ਫਸਟ ਟਾਈਮ 2007 ਦੇ ਹਾਂਜੀ 7 ਕੱਪ ਹੋਏ 7 ਮੈਚ ਹੋਏ ਸਲੋ ਦੀ ਟੀਮ ਵੱਲੋਂ ਖੇਡਿਆ ਸਲੋ ਦੀ ਟੀਮ ਕੰਨੀ ਉਹ ਖੇਡਿਆ ਸਲੋ ਨੇ ਉਹ ਸਾਲ ਉਸ ਸਾਲ ਜਿਹੜੇ ਸਾਲ ਤੇਜੀ ਗਿਆ ਪ੍ਰੇਮ ਗੋਲਦੀ ਪੱਪੀ ਬੱਟ ਤੇਜੀ ਰੇਡਰ ਦੀਗੇ ਇਹ ਜੋਗੀ ਤੇ ਕਾਕਾ ਕਾਰੀ ਸਾਰੀ ਇੱਕ ਪਾਕਿਸਤਾਨ ਵਾਲਾ ਮੁੰਡਾ ਹੋਰ ਹੁੰਦਾ ਦੀ ਸੌਖਤ ਸੌਖਤ ਉਹ ਉੱਥੇ ਦਾ ਹੀ ਪੀਆਰਟੀ ਯੂਨੀਅਰ ਸੀਗਲ ਹੈ ਉਹ ਉੱਥੇ ਦੇ ਇਹ ਟੀਮਾਂ ਨੇ 7 ਮੈਚ ਹੋਏ ਸੱਤਾਂ ਤੇ ਤੀਜੀ ਬੈਸਟ ਆ ਦੇਖੋ ਹਰੇ ਸ਼ੀਲਡ ਦੇ ਉੱਤੇ ਬਿਨਰ ਅਪ ਲਿਖਿਆ ਹੋਇਆ ਰਨਰ ਆ ਗਿਆ ਹਰੇਕ ਤੇ ਦੇਖੋ ਰਨਰ ਅਪ ਲਿਖਿਆ ਹੋਇਆ ਬਿਨਰ ਲਿਖਿਆ ਹੋਇਆ ਸੱਤ ਸ਼ੀਲਡਾਂ ਨੇ ਭਾਜੀ ਸੱਤਾਂ ਤੇ ਬਿਨਰ ਲਿਖਿਆ ਹੋਇਆ ਗ੍ਰੇਵਜ਼ ਐਂਡ 2000 ਇਹ 8 ਦੀ ਹੋਊਗੀ ਇਹ 8 ਦੀ ਆ ਬਾਕੀ ਆ ਮੰਨ ਲਓ ਦੇਖੋ ਉਹ ਦੂਜੀ ਆ 7 ਦੀ ਆ ਇਹ ਆ ਦੇਖੋ ਇਹਨਾਂ ਤੇ ਇਹ 7 ਆਪਣੀਆਂ ਇਹਦੀਆਂ ਨੇ ਆ 2007 ਹਾਂਜੀ ਇਹ 7 ਟੈਲਫੋਰਡ ਕਬੱਡੀ ਕੱਪ ਟੂਰਨਾਮੈਂਟ 2007 ਬਿੰਦਰ ਬਿੰਦਰ ਇਹ ਜਣੀ ਸੁਭਗਤਾ ਤੁਹਾਡੇ ਕੋਲ ਵੀ ਵੀ ਹਾਂ ਮੇਰੇ ਪੱਲੇ ਬਾਜੀ ਇਹ ਆ 2007 ਦੇ ਸਾਰੇ ਕੱਪਾਂ ਦਾ ਵੈਸਟ ਬਣਿਆ ਇਹੀ ਗੱਲ ਹੁੰਦੀ ਦੀ ਜਦ ਵੀ ਕਿੱਥੇ ਵੀ ਹੁੰਦਾ ਦੀ ਮੇਰਾ ਸ਼ੌਂਕ ਸੀ ਵੀ ਯਾਰ ਕਿਸੇ ਨੇ ਨਾ ਪੈਸਾ ਦੇਖਣਾ ਮਰੇ ਤੋਂ ਬਾਅਦ ਨਾ ਕਿਸੇ ਨੇ ਕੁਝ ਹੋਰ ਦੇਖਣਾ ਇਹ ਚੀਜ਼ ਨੂੰ ਦੇਖਣਾ ਬਿਲਕੁਲ 8ਵਾਂ ਹੋਇਆ ਦੀ ਤੁਹਾਨੂੰ ਪਤਾ ਹੋਊਗਾ ਉੱਥੇ 2007 ਚ ਵਰਲਡ ਕੱਪ ਇਸ ਕੋ ਬਰਡ ਕੱਪ ਹੋਇਆ ਇੰਗਲੈਂਡ ਦੇ 2008 ਦੇ ਵਿੱਚ ਨਹੀਂ 7 ਚ ਹੀ ਹੋਇਆ ਦੋ 7 7 ਚ ਹੀ ਹੋਇਆ ਦੀਗਾ ਹਾਂਜੀ 7 ਚ ਹੀ ਹੋਇਆ ਹੋਇਆ ਤੇ ਨਹੀਂ ਆਪਾਂ ਕਲੀਅਰ ਕਰ ਲੈਨੇ ਆ 7 ਚ ਹੀ ਹੋਇਆ 2007 ਹਾਂ 7 ਚ ਹੀ ਹੋਇਆ 2007 ਚ ਹੀ ਹੋਇਆ ਇੰਗਲੈਂਡ ਵਰਲਡ ਕੱਪ ਇੰਗਲੈਂਡ ਵਰਲਡ ਕੱਪ ਉੱਥੇ ਵੀ ਇਹ ਬੈਸਟ ਦੀਗਾ ਇੰਗਲੈਂਡ ਵਰਲਡ ਕੱਪ ਦਾ ਇੰਗਲੈਂਡ ਵਰਲਡ ਕੱਪ ਦਾ ਫਿਰ ਇਹਦੀ ਸਿਲੈਕਸ਼ਨ ਹੋਈ ਕੈਨੇਡਾ ਵਰਲਡ ਕੱਪ ਦੀ ਜੋ ਟ੍ਰਾਂਟੋ ਆਪਣਾ ਮੈਚ ਤੇ ਟੂਰਨਾਮੈਂਟ ਹੁੰਦਾ ਟ੍ਰਾਂਟੋ ਦਾ ਵਰਲਡ ਕੱਪਾ ਟ੍ਰਾਂਟੋ ਦਾ ਵਰਲਡ ਉਹ ਚ ਖੇਡਿਆ ਉੱਥੇ ਦੋ ਮੈਚ ਲੱਗੇ ਉੱਥੇ ਲੀਗ ਸਿਸਟਮ ਨਾਲ ਖੇਡਦੇ ਨੇ ਪਰ ਰਹੇ ਹਰਗੇ ਮੈਚ ਦੋਨੇ ਇਹ ਤੇ ਪਰ ਕੌਡੀ ਬਹੁਤ ਵਧੀਆ ਟੀਮ ਨੇ ਵੀ ਪੂਰਾ ਵਧੀਆ ਪ੍ਰਦਰਸ਼ਨ ਕੀਤਾ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਇਹਨਾਂ ਦੀ ਬਹੁਤ ਵਧੀਆ ਤੇਜ਼ੀ ਦੀ ਪਰਫਾਰਮੈਂਸ ਵੀ ਹੋਈ ਇੱਕ ਅੱਦੇ ਜੱਫੇ ਨਾਲ ਸਾਰਿਆਂ ਨੇ ਇੱਕ ਦੋ ਜੱਫੇ ਨਾਲ ਦਤੀ ਹੁਣ ਦਾ ਜਦ ਤਾ ਜਾਂਦੀ ਜੇ ਰੇਡਰ ਤੇਜ਼ੀ ਦੋ ਜੱਫੇ ਖਾਣ ਦਾਤੀ ਤਾਂ ਦੁੱਗਣੀ ਮਿਹਨਤ ਹੋ ਜਾਂਦੀ ਸੀ ਬਾਜੀ ਅੱਛਾ ਹੁਣ ਤਾਂ ਇਹ ਕਹਿੰਦਾ ਵੀ ਯਾਰ ਵੀ ਅਧੀਆਂ ਕੌਡੀਆਂ ਮੋੜਦਾ ਤਾਂ ਉਹ ਰੀਡਰ ਆ ਪਰ ਜਦ ਇਹ ਪਹਿਲੇ ਪਲੇਅਰਸ ਦੀ ਏਜ ਅਸੀਂ ਖੇਡ ਦੇ ਦੀਏ ਤੇ ਜਿਓਨੀ ਦੀ ਹੋਰ ਵੀ ਦੇਖੋ ਕਿੰਨੇ ਪਲੇਅਰ ਦੀ ਅਕੈਡਮੀ ਦੇ ਮੈਚ ਸਿਰਫ 8 ਜੱਫੇ ਮਾਫ ਹੁੰਦੇ ਸੀ ਰੀਡਰਾਂ ਅੱਛਾ ਹੁਣ ਤਾਂ 15-15 20-20 ਜੱਫੇ ਵੀ ਲੱਗ ਜਾਂਦੇ ਨੇ ਨਾ ਤੇ ਜਦ ਫਿਰ 2008 ਦੇ ਵਿੱਚ ਫਿਰ ਇੰਗਲੈਂਡ ਗਿਆ ਸਲੋ ਕੰਨੀਓ ਹੀ ਖੇਡਿਆ 2007 ਤੇ 8 ਫੇਰ ਸੈਕੰਡ ਟਾਈਮ 8 ਚ ਵੀ ਸਲੋ ਵਨ ਜੀ ਸਲੋ ਕੰਨੀਓ ਖੇਡਿਆ ਉੱਥੇ ਉਹ ਸੀਜ਼ਨ ਕਿਦਾਂ ਰਿਹਾ ਦੁਆੜ ਸੀਜ਼ਨ ਉਥੇ 4 ਮੈਚ ਜਿੱਤੇ ਇਹਨਾਂ ਨੇ ਫਾਸਟ ਫਿਰ 4 ਹਾਂ ਤੇ ਨਾ ਸੈਕੰਡ ਦੀਏ ਕੋਈ ਬਸ 4 ਫਾਸਟ ਦੇ ਦੀ ਬਾਕੀ ਮੈਚ ਇਹਨਾਂ ਨੇ ਲੂਜ਼ ਕੀਤੇ ਬਾਕੀ ਲੂਜ਼ ਕੀਤੇ ਹਾਂ ਉਹ ਸਾਲ ਇਹਦੇ ਨਾਲ ਹਰਦਾਸਾ ਦੀਗਾ ਅੱਛਾ ਵਿੜਾ ਮੁੰਡਾ ਹਰਦਾਸਾ ਦੀਗਾ ਸੁੱਖ ਹਰदयाल ਹਰदयाल ਹਰਦਾਸ ਹਰदयाल ਹਾਂ ਉਹ ਮੁੰਡਾ ਦੀਗਾ ਉਸ ਸਾਲ ਇਹਦੇ ਨਾਲ ਰਿਡ ਜਾਫ ਲੈਂਡ ਦਾ ਵੀ ਫਰਕ ਦੀਗਾ अच्छा ਤੇ ਇਹ ਜਾਫ ਚਾਰ 2008 ਚਾਰ ਮੈਚ ਜਿੱਤ ਗਏ ਤੇ ਚਾਰ ਲੂਜ਼ ਕਰ ਗਏ ਚਾਰ ਲੂਜ਼ ਕਰਕੇ ਦੀਗੇ ਦੋ ਵਾਰ ਇੰਗਲੈਂਡ ਹੋ ਗਿਆ ਤੇ ਉਸ ਵਾਰ ਕੈਨੇਡਾ ਕਿੰਨੀ ਵਾਰ ਗਿਆ ਭਾਈ ਜੀ ਇਹ ਨਾ ਫਿਰ ਜਦ ਕੈਨੇਡਾ 2008 ਦੇ ਵਿੱਚ ਨਾ ਟੈਸਟ ਹੋਇਆ ਦੀਗਾ ਇਹਨਾਂ ਨੇ ਫਿਰ ਬੈਨ ਹੋ ਗਏ ਦੀਗੇ ਸਾਰੀ ਪਲੇਅਰ ਆਪਣੀ ਬੈਨ ਹੋ ਗਏ ਸੀ 80% ਪਲੇਅਰ ਬੈਨ ਹੋਏ ਦੀਗੇ ਠੀਕ ਹੈ ਤੇ ਇਧਰ ਇੰਡੀਆ ਵਿੱਚ ਜੋ ਟੈਸਟ ਹੋਇਆ ਦੀਗਾ 50% ਛੱਡੇ ਦੀਗੇ ਵੀ 50% ਜਿਹਦੇ ਵਿੱਚ ਮੰਨ ਲਓ ਜਾਂ ਸਟੀਰ ਔੜਾ ਹਾਂ ਹਾਂ ਇਹ ਕਾਫੀ ਹਾਈ ਲੈਵਲ ਦਾ ਹੋਇਆ ਦੀ ਜਦ ਜੇ ਕਿਤੇ ਨੱਥ ਪੈ ਜਾਂਦੀ ਤਾਂ ਅੱਜ ਗੌਡੀ ਦਾ ਹਾਲ ਨਹੀਂ ਸੀ ਹੋਣਾ ਉਸ ਤੋਂ ਬਾਅਦ ਇਹ 25% ਆਇਆ ਤੀਗੇ ਇਹਨਾਂ ਨੂੰ 25% ਸਟੀਰੋਡ ਆਇਆ ਤੀ ਇਹਨਾਂ 'ਚ ਇਹਨਾਂ 'ਚ ਫਿਰ ਇਹ ਵੀ ਬੈਨ ਹੋਏ ਇਹ ਵੀ ਤੇਜ਼ੀ ਵੀ ਬੈਨ ਹੋਇਆ ਆ ਕੇ ਖੇਡੇ ਅਸੀਂ ਉਦਾਂ ਹੀ ਮੈਚ ਉਦਾਂ ਖੇਡੇ ਬਾਈ ਫਿਰ 8 ਜੋ ਜਾਂ ਤੇਜ਼ੀ ਆ ਗਿਆ ਨਾ ਫਿਰ ਖੇਡੇ ਮੈਚ ਜਲਾਲਦੀਵਾਲ ਕੰਨੀਓ ਵਿੱਚ ਵੀ ਪਹਿਲਾਂ ਵੀ ਖੇੜਦੇ ਰਹੇ ਜਲਾਲਦੀਵਾਲ ਕੰਨੀਓ ਜੱਸੇ ਬਾਈ ਕੰਨੀਓ ਜੱਸੇ ਬਾਈ ਵੱਲੋਂ ਹਾਂ ਜਲਾਲਦੀਵਾਲ ਵਾਲੇ ਜੋ ਸੇਵਾਈ ਕੀਤੀ ਉਹ ਵੱਡੀ ਟੀਮ ਬਾਈ ਉਹਦੇ ਵਰਗਾ ਨਾ ਕੋਚ ਬਣ ਸਕਦਾ ਜਨਦੀ ਆਪਣੇ ਛੋਟੇ ਜਿਵੇਂ ਤਿੰਨ ਬਾਹਰੋਂ ਨੇ ਜਾਂ ਆਲ ਆਪਨ ਨੇ ਉਹ ਚੀਜ਼ ਨਾ ਕੋਈ ਓਦਾਂ ਦੀ ਟੀਮ ਬਣਾ ਸਕਦਾ ਜੱਜ ਬਗਲੇ ਚ ਖੜਾਉਣ ਦਾ ਬਾਈ ਖੜਾਉਣ ਦਾ ਉਹ ਬੰਦਾ ਪੈਸੇ ਖਾਤਰ ਨਹੀਂ ਖੇਡਿਆ ਕਦੇ ਉਹਨੇ ਜਿੱਤ ਵੀ ਜਾਂਦੇ ਦੀ ਤਾਂ ਵੀ ਕਹਿੰਦੇ ਖਾਓ ਹਰਗੇ ਚ ਦੁੱਖ ਚ ਵੀ ਖਾਓ ਜਿੱਤੇ ਚ ਵੀ ਖਾਓ ਉਹਦਾ ਬੰਦੇ ਦਾ ਇਹ ਸੱਟ ਜਨੂਨੀ ਪਲੇਅਰ ਜਨੂਨੀ ਪਲੇਅਰ ਬਾਈ ਫਿਰ ਕਿਹੜੇ ਹੁੰਦੇ ਦੀਗੇ ਪਲੇਅਰ ਜੱਸੇ ਬਾਈ ਨਾਲ ਆਪਾਂ ਤਾਂ ਜਾਣ ਦੀ ਹਰ ਟਾਈਮ ਬਾਈ ਨਾਲ ਹੀ ਰਹੇ ਹਾਂ ਕਿਤੇ ਵੀ ਕਿਸੇ ਪਲੇਅਰ ਨੂੰ ਪੁੱਛ ਲਿਓ ਨੋਨਾ ਬਾਈ ਦੀਗਾ ਆਪਣੇ ਨੋਨੇ ਨਾਲ ਸਾਡੇ ਫਿਰ ਲਸਾੜੇ ਵਾਲਾ ਗਿਆਨੀ ਹੋ ਜਾਂਦਾ ਦੀਗਾ ਤੇ ਗੋਲਡੀ ਪ੍ਰੇਮ ਬਾਬਾ ਸਿਰਾ ਪੱਪੂ ਆਲ ਓਪਨ ਦੀ ਟੀਮ ਹੁੰਦੀ ਦੀ ਫਿਰ ਪੱਪੂ ਵੀ ਪਹਿਲਾਂ ਕਾਫੀ ਤੁਸੀਂ ਸੈੱਟ 'ਚ ਲੱਗਦੇ ਸੀ ਹਾਂ ਬਾਈ ਸੈੱਟ 'ਚ ਲੱਗਦਾ ਸੀ ਜੱਫੇ ਕਾਢਦੇ ਸੀ ਕਾਢ ਦਿੰਦੇ ਦੀ ਪ੍ਰੇਮ ਹੁਣੀ ਕਢਾਉਂਦੇ ਦੀ ਬਾਈ ਪ੍ਰੇਮ ਪੱਪੀ ਕਢਾਉਂਦਾ ਦੀ ਗੋਲਡੀ ਕਢਾ ਦਿੰਦਾ ਦੀ ਠੀਕ ਹੈ ਕਾਉ ਇਹ ਥੋੜੇ ਸੀਨੀਅਰ ਪਲੇਅਰ ਦੀ ਮੇਰੇ ਤੇ ਨਿਗਾਹ ਘੱਟ ਆਉਂਦੀ ਸੀ ਮੈਨੂੰ ਬਈ ਯਾਰ ਆਲਰਾਊਂਡਰ ਜਿਆ ਕੰਮ ਵੀ ਲੈ ਲੈਂਦੇ ਦੀ ਇਹ ਮਾੜੀ ਟੀਮ ਆ ਮੈਨੂੰ ਕੋਡੀ ਵੀ ਪਾ ਬਾਅਦ ਚੋਂ ਤੁਹਾਨੂੰ ਅਸੀਂ ਰੈਡਾ ਪਾਉਂਦੀ ਦੇਖ ਬਈ ਫਿਰ ਤੇਜੀ ਸੱਟ ਲਗਾਉਣ ਤੋਂ ਬਾਅਦ ਫਿਰ ਮੈਨੂੰ ਤੇਜੀ ਨੇ ਕਹਿਤੀ ਜਲੋ ਸੱਟ ਮਾਰੋ ਹਾਂ ਵੀ ਤੂੰ ਕੋਡੀ ਇਹ ਮੇਰੇ ਨਾਲ ਤੇ ਕਿਉਂ ਇਹਨੂੰ ਪਤਾ ਸੀ ਇਹ ਮੈਨੂੰ ਪਹਿਲਾਂ ਹੀ ਕਹਿੰਦੀ ਵੀ ਤੂੰ ਜਾਫਨਾਗਰ ਕੋਈ ਸਮਾਨ ਦੀ ਤਮੰਨਾ ਦੀ ਮੈਂ ਜਾਪੀ ਬਣਾ ਪਰ ਇਹ ਕਹਿੰਦੀ ਤੂੰ ਕੋਡੀ ਬਾਦ ਜੀ ਮੇਰੇ ਮੇਰੇ ਬਰਾਬਰ ਜਾਵੇਂਗਾ ਪਰ ਇਹ ਜਿਵੇਂ ਕਹਿੰਦੇ ਨਾ ਵੀ ਤੇਰਾ ਭਾਈ ਇੰਨਾ ਤਕੜਾ ਹੀ ਤੈਨੂੰ ਬਾਹਰ ਨਹੀਂ ਲੈ ਗਿਆ ਇਹ ਗੱਲ ਮੈਂ ਪਹਿਲਾਂ ਹੀ ਕਹਿ ਦਿੱਤੀ ਇਹਨੇ ਵੀ ਮੈਨੂੰ ਕਹਿ ਦਿੱਤੀ ਮੈਂ ਵੀ ਕਹਿੰਦੀ ਵੀ ਅਸੀਂ ਕਹਾ ਕੇ ਬਾਹਰ ਨਹੀਂ ਜਾਣਾ ਹੈਗਾ ਇੱਕ ਜਾਂਦਾ ਪਰ ਮਗਰ ਵੀ ਮੰਮੀ ਡੈਡੀ ਇਕੱਲੇ ਰਹਿ ਜਾਂਦੇ ਦੀ ਕਿ 2 ਸਾਲ ਇਕੱਲੇ ਦੀ ਕਿ 2007 ਚ ਮੇਰੀ ਮੈਰਿਜ ਹੋ ਗਈ ਦੀ 9 ਚ ਬਾਈ ਬੈਨ ਹੋਏ ਫਿਰ ਲਾਸਟ ਮੈਚ ਖੇਡੇ ਬਾਈ ਕਟਾਰੀ ਪਿੰਡ ਅੱਛਾ 31 ਤਰੀਕ ਦਾ ਮੈਚ ਦੀਗਾ 2009 ਚ 9 ਚ ਬੈਨ ਹੋਏ ਫਿਰ ਉਦੋਂ ਸਾਨੂੰ ਕਹਿੰਦੇ ਵੀ ਫੋਨ ਆਗੇ ਦੀਗੇ ਹਾਂ ਵੀ ਤੁਸੀਂ ਬਈ ਬੈਨ ਹੋ ਇੱਕ ਸਾਲ ਨਹੀਂ ਖੇਡਣਾ ਅੱਛਾ ਇੱਕ ਸਾਲ ਚ ਇਹ ਦੀਗਾ ਵੀ ਬਸ 9 ਵਾਲਾ ਹੀ ਸੀਜ਼ਨ ਨਹੀਂ ਖੇਡਣਾ 10 ਚ ਫੇਰ ਸਟਾਰਟਿੰਗ ਹੋਊਗੀ ਦੀਗੇ ਹਾਂ 10 ਚ ਇਹ ਗਿਆ ਕੈਨੇਡਾ ਗੱਲ ਹੋਈ ਸੀ ਆਪਣੀ ਆਨੰਦਪੁਰ ਸਾਹਿਬ ਅੱਛਾ ਸੈਮੀ ਫਾਈਨਲ ਮੈਚ ਫਾਈਨਲ ਜਿੱਤੇ ਦੀਗੇ ਸੈਕੰਡ ਦੀਗੇ ਨੰਦਪੁਰ ਸਾਹਿਬ ਤੇ ਜਾਣ ਦੀ ਗੱਲ ਹੋਈ ਸੀ ਕਿ ਵੀ ਮੈਂ ਵਿੱਚੇ ਦੀਗਾ ਨਾਲ ਸੀ ਪਰ ਆਪਣੇ ਉੱਥੇ ਥੋੜੇ ਜਿਹਾ ਜ਼ਿਲ੍ਹਾ ਲੈਵਲ ਤੇ ਪਲੇਅਰ ਖੇਡਦੇ ਨੇ ਨਾ ਤੇ ਆਪਾਂ ਵੈਸੇ ਨਾਲ ਦੀ ਟੀਮ ਦੇ ਨਾਲ ਜਿਵੇਂ ਮੰਨ ਲਓ ਵੀ ਬਾਮ ਲਾ ਲਈ ਜਾਂ ਇਦਾਂ ਵੀ ਕੁਝ ਵੀ ਲਾ ਲਓ ਭਰਾ ਤੌਰ ਤੇ ਆਪਾਂ ਇਹ ਨਹੀਂ ਸੀ ਵੀ ਮੈਂ ਤੇਜੀ ਨੂੰ ਇਕੱਲੀ ਸਭ ਉੱਥੇ ਸਾਡੇ ਵੇਲੇ ਚੱਲਦਾ ਕੀ ਦੀ ਇਕੱਲੀ ਬਾਮ ਹੁੰਦੀ ਸੀ ਹੁਣ ਤਾਂ 100 ਚੀਜ਼ਾਂ ਲਾਉਂਦੇ ਨੇ ਜਾਂ ਘਰੋਂ ਣਾਉਣ ਵੇਲੇ ਜਿਹੜਾ ਤੇਲ ਲਾ ਲਿਆ ਲਾ ਲਿਆ ਚਲੋ ਹਰੇਕ ਪਲੇਅਰ ਕਰਦਾ ਹੀ ਆ ਬਿਲਕੁਲ ਠੀਕਾ ਹੁਣ ਤਾਂ ਮਿੱਟੀਆਂ ਲਾਉਂਦੇ ਨੇ ਜਲੂਸ ਨਿਕਲਦਾ ਪਰ ਜਦ ਇਹ ਕੰਮ ਨਹੀਂ ਕੀਤਾ ਹੁੰਦਾ ਕੋਈ ਮਿੱਟੀ ਨਹੀਂ ਦੀ ਲਾਉਂਦਾ ਪੜਦੇ ਨਾ ਕੱਪੜਾ ਪੇਰ ਜਾਂਦਾ ਦੀ ਇੱਕ ਸਭ ਤੋਂ ਵੱਡਾ ਘਾਟਾ ਸਾਨੂੰ ਇਹ ਪਿਆ ਕਿ ਸਾਡੇ ਕੋਲੇ ਲਾਈਵ ਨਹੀਂ ਦੀ ਲਾਈਵ ਨਹੀਂ ਸੀ ਉਦੋਂ ਭਾਈ ਜੇ ਜਿਵੇਂ ਹੁਣ ਮੋਟਰਸਾਈਕਲ ਨੇ ਸਾਡੇ ਘਰੇ ਤਾਂ ਏਜੰਸੀਆਂ ਲੱਗੀਆਂ ਹੁੰਦੀਆਂ ਸਾਡੇ ਘਰੇ ਏਜੰਸੀ ਲੱਗੀ ਹੁੰਦੀ ਮੋਟਰਸਾਈਕਲਾਂ ਦੀ ਪ੍ਰੇਮ ਦੇ ਘਰੇ ਏਜੰਸੀ ਲੱਗੀ ਹੁੰਦੀ 골ਟੀ ਪਰ ਭਾਈ ਇੱਕ ਅਸੂਲ ਦੀਗਾ ਇਹਨਾਂ ਦੀ ਟੀਮ ਦਾ ਪ੍ਰੇਮ ਬੈਸਟ ਨਿਕਲਿਆ ਤਾਂ ਗੋਲਡੀ ਨਾਲ ਬੈਸਟ ਦੀ ਬਰਾਬਰ ਹੁੰਦਾ ਸੀ ਚਾਹੇ 2100 ਹੋਵੇ ਚਾਹੇ 1100 ਬਰਾਬਰ ਕਰਦੇ ਤੇਜੀ ਨੇ ਬੈਸਟ ਨਿਕਲਿਆ ਫਿਰ ਪਹਿਲਾਂ ਤਾਂ ਕਦੇ ਕਦੇ ਇਹਦੇ ਨਾਲ ਸੁਲਤਾਨ ਹੁੰਦਾ ਸੀਗਾ ਆਪਣੇ ਅੱਜ ਉਹ ਮੁੰਡਾ ਵਧੀਆ ਪਲੇਅਰ ਸੀ ਉਹ ਵੀ ਤੇ ਉਹ ਵੀ 2007 ਚ ਮੈਂ 8 ਚ ਇੰਗਲੈਂਡ ਗਿਆ ਸੀਗਾ ਤੇ ਉਹ ਬੈਸਟ ਆ ਤੇਜੀ ਬੈਸਟ ਆ ਤਾਂ ਵੀ ਉਹ ਨਾਲ ਉਹ ਬੈਸਟ ਆ ਤਾਂ ਤੇਜੀ ਬੈਸਟ ਸੀਰਾ ਬੈਸਟ ਆ ਤਾਂ ਤੇਜੀ ਬੈਸਟ ਬਰਾਬਰ ਇੱਕੋ ਹੀ ਬੁਲਾਉਂਦੇ ਸੀ ਇਹਨਾਂ ਨੇ ਕਦੇ ਫਰਕ ਨਹੀਂ ਦੀ ਰੱਖਿਆ ਜਗਦੀਪ ਕਿੰਨੀ ਕ ਵਾਰ ਬਸਤ ਬਣਿਆ ਬਈ ਪਤਾ ਹੀ ਨਹੀਂ ਪੁੱਛ ਨਾ ਕੋਈ ਰੋਜ਼ ਤੁਸੀਂ ਰਸੂਲਪੁਰੀਏ ਕਾਲੂ ਦੀ ਜੋ ਗੱਲ ਆ ਨਾ ਬਾਈ ਸੱਚੀ ਆ ਮੈਂ ਹਰ ਟਾਈਮ ਨਾਲ ਰਹਿਆ ਹਾਂ 30 ਮੈਚ ਲਗਾਤਾਰ ਫਾਸਟ ਰਹੇ ਆ ਬਾਈ 30 ਮੈਚ ਲਗਾਤਾਰ ਦਿੱਲੀ ਮੈਚ ਖੇਡੇ ਆ ਦਿੱਲੀ ਮੈਚ ਇਹ ਕਿਹੜੇ ਸਾਲ ਚ ਇਹ ਤਕਰੀਬਨ 10 ਦੀ ਗੱਲ 2010 ਦੀ ਗੱਲ ਜਦ ਵੀ ਖੇਡੇ ਆ ਹਾਂ ਇਹ ਕੰਟੀਨਿਊ 30 ਮੈਚਾਂ ਦੇ ਬਿਨਰ ਰਹੇ ਸੀ ਬਾਈ ਤੀ ਤਾਂ ਚਲੋ ਉਹ ਤਾਂ ਲੈਗੂਰਲੇ ਹੋਗੇ ਨਾ ਆਪਾਂ ਉਹਦੇ ਵਿੱਚ ਖੇਡ ਦੇ ਦੀਏ ਰਸੂਲਪੁਰ ਦੇ ਵਿੱਚ ਅੱਛਾ ਜਿਵੇਂ ਕਦੇ ਪੱਪੂ ਨੇ ਬਣਾ ਲੈਣੀ ਹਾਂ ਜੱਸੇ ਨੇ ਬਣਾ ਲੈਣੀ ਉਹ ਕਦੇ ਯਾਰ ਕਦੇ ਹੀ ਮੈਚ ਹਾਰਦੇ ਦੀ ਪੁੱਛਣਾ ਵੀ ਕਿਹੜਾ ਪਿੰਡ ਪੰਜਾਬ ਦੇ ਵਿੱਚ ਮੈਂ ਨਹੀਂ ਦੇਖਿਆ ਜਿਹੜੀ ਜਣੀ ਟੀਮ ਵੱਲੋਂ ਜੋ ਮਰਦੀ ਟੀਮ ਵੱਲੋਂ ਖੇਡਣਗੇ ਜਿੱਤ ਕੇ ਆਏ ਜਿੱਤ ਕੇ ਆਏ ਆ ਬਈ ਬੈਸਟ ਇਹ ਨਹੀਂ ਦੀ ਹੁੰਦਾ ਵੀ ਉੱਥੇ ਲੜਾਈ ਨਹੀਂ ਦੀ ਹੁੰਦੀ ਹੁਣ ਤਾਂ ਲੜਾਈ ਹੁੰਦੀ ਆ ਨਾ ਬੈਸਟ ਪਿੱਛੇ ਉੱਥੇ ਜਿਹੜਾ ਨਿਕਲਦਾ ਤੂੰ ਆ ਯਾਰ ਤੇ ਚਾਰ ਚਾਰ ਕਾਉਡੀਆਂ ਵੱਧ ਪਾ ਉਥੇ ਤੇਜੀ ਵੈਸਟ ਪਰ ਪੈਸੇ ਸਾਂਝੇ ਹੁੰਦੇ ਦੀ ਪੈਸੇ ਹੁੰਦੇ ਕੀਤੇ 2100 1100 ਕਿਤੇ 5100 ਹੁੰਦਾ ਸੀ ਅੱਛਾ ਜਿੰਨੀ ਵਾਰ ਵੈਸਟ ਬਣਿਆ ਸਿਰਫ ਨਗਦ ਰਕਮ ਹੀ ਮਿਲੀ ਚਾਹੇ ਘੱਟ ਜਾਏ ਬੰਦ ਆਈ ਸ਼ਾਂਪਾਂ ਵੀ ਮਿਲੀਆਂ ਨੇ ਮੋਟਰਸਾਈਕਲ ਕੋਈ ਨਹੀਂ ਸੀ ਮੋਟਰਸਾਈਕਲ ਬਾਜੀ ਮਿਲੇ ਨੇ ਉਹਨੂੰ ਸਾਰਨੋਂ ਪਹਿਲਾਂ ਮੋਟਰਸਾਈਕਲ ਤੋਂ ਦੱਸਿਆ ਵੀ ਨਾ ਤੇਜੀ ਜਦ ਖੇਡ ਕੇ ਆਇਆ ਇੱਕ ਇਹਨਾਂ ਨੇ 8000 ਪਾਉਂਡ ਦਾ ਦਿੱਤਾ ਹੀ ਦਿੱਤਾ ਬਿਲਕੁਲ ਇੱਕ ਸਾਨੇ ਵਾਲੇ ਦੇ ਟੂਰਨਾਮੈਂਟ ਤੇ ਤੇਜੀ ਨੂੰ ਬੋਲਟ ਨਾਲ ਸਨਮਾਨ ਵੀ ਕੀਤਾ ਸਨਮਾਨ ਕੀਤਾ ਉਹ ਪਹਿਲਾ ਸਨਮਾਨ ਸੀਗਾ ਉਹ ਪਹਿਲਾ ਸਨਮਾਨ ਦੀ ਸੀਰੇ ਤੇ 골ਡੀ ਪਾਜੀ ਕਰਨੀ ਸੀਰਾ ਸ਼ਮੇ ਉੱਪਰ ਤੇ 골ਡੀ ਸਨਮਾਨ ਦੀ ਸਨਿਆ ਉਹਨਾਂ ਵੱਲੋਂ ਬੋਲਟ ਦਿੱਤਾ ਗਿਆ ਉਹਦਾ ਬੋਲਟ ਦਿੱਤਾ ਗਿਆ ਫਿਰ ਇੱਕ ਬੋਲਟ ਮਿਲਿਆ ਲਲਤੋਂ ਤੋਂ ਬਾਈ ਲਲਤ ਹਾਂ ਲਲਤੋਂ ਦੇ ਬਹੁਤ ਪਿਆਰ ਸੀ ਉਹਨਾਂ ਨਾਲ ਅੱਜ ਮੁੰਡਾ ਨਹੀਂ ਰਿਹਾ ਉਹ ਕੈਨੇਡਾ ਪਹਿਲੇ ਸਾਲ ਉਹਦੇ ਕੋਲ ਹੀ ਰਿਹਾ ਸੀ ਤੇਜ਼ੀ। ਉਹ ਭਰਾ ਉਹਨਾਂ ਦੇ ਹਾਂ ਉੱਥੋਂ ਉਹਨਾਂ ਦਾ ਪਿਆਰ ਪਿਆ। ਕੀ ਨਾਂ ਸੀ ਉਹਦਾ? ਨੌ ਬਈ ਨੌ ਨਹੀਂ ਮੇਰੇ ਦਿਮਾਗ 'ਚ। ਸੋਨੀ ਸੋਨੀ ਕਹਿੰਦੇ ਨੇ ਦੀ ਸ਼ਾਰਟ 'ਚ ਨਾਂ ਸੀ। ਤੇ ਸੋਨੀ ਲਲਤੋਂ ਕੈਨੇਡਾ। ਹਾਂ ਕੈਨੇਡਾ। ਉਹਨਾਂ ਨੇ ਦਿੱਤਾ। ਹਾਂ ਅੱਜ ਉਹ ਬੰਦਾ ਉਹ ਵੀ ਨਹੀਂ ਰਿਹਾ। ਹਾਂ ਉਹਦੀ ਡੈਥ ਪਹਿਲਾਂ ਹੋ ਗਈ ਦੀਗੀ। ਤਕਰੀਬਨ 10-11 ਦੇ ਦਰਮਿਆਨ। ਹੋਰ ਕਿੰਨੇ ਸਨ ਸਨਮਾਨ? ਸਨਮਾਨ ਤਾਂ ਬਈ ਪੁੱਛਣਾ ਬਹੁਤ ਹੋਏ ਨੇ। ਨਗਦਰਾਸੀਨਾ ਬਹੁਤ ਹੋਏ ਨੇ। ਖੇਡ ਦੇ ਟਾਈਮ 'ਤੇ ਜਿਵੇਂ ਹੁਣ ਮੰਨ ਲਓ ਜੋ ਸੈਨਾ ਟੀਮ ਬਣਾਈ ਆ ਬਾਈ ਤੇਜੀ ਨੂੰ ਖੜਾ ਲਓ ਪ੍ਰੇਮ ਨੂੰ ਖੜਾ ਲਓ 골ਡੀ ਨੂੰ ਖੜਾ ਲਓ ਪੱਪੂ ਨੂੰ ਖੜਾ ਲਓ ਇਹਨਾਂ ਦਾ ਚਾਰਾਂ ਦਾ ਅਸੀਂ 11-11000 ਦਾ ਸਨਮਾਨ ਲੱਗ ਕਰਾਂਗੇ ਪਰ ਸਾਡੇ ਟੂਰਨਾਮੈਂਟ ਤੇ ਖੇਡ ਕੋਈ ਹੋਰ ਬਹੁਤ ਵਧੀਆ ਯਾਦਗਾਰੀ ਮੈਚ ਤੁਹਾਡਾ ਬਾਈ ਯਾਦਗਾਰੀ ਮੈਚ ਤਾਂ ਬਹੁਤ ਨੇ ਇੱਕ ਨਾ ਮੈਚ ਨਵੇਂ ਸ਼ਹਿਰ ਚ ਦੀਗਾ ਅਸੀਂ ਕੁੱਲ 9 ਬੰਦੇ ਗਏ ਦੀ ਹੈ ਅੱਛਾ ਤਿੰਨ ਜਾਫੀ ਦੀਗੇ ਬਾਕੀ ਅਸੀਂ ਪੰਜ ਸਟਾਪਰ ਦੀ ਇੱਕ ਸਾਡਾ ਕੋਚ ਦੀ ਉਹ ਟਾਈਮ ਚੰਨਾ ਚਾਚਾ ਆਇਆ ਹੋਇਆ ਧੀ ਕਾਲ ਖਾਲਾ ਕਾਲ ਕੈਨੇਡਾ ਤੋਂ ਆਏ ਹੋਏ ଥିਗੇ ਸਾਡਾ ਮੈਚ ਲੱਗਿਆ ਬਈ ਮੌਲੀ ਨਾਲ ਮੌਲੇ ਨਾਲ ਯਾਨੀ ਸਾਡਾ ਪਹਿਲਾ ਮੈਚ ਬਹੁਤ ਵਧੀਆ ਲੱਗਿਆ ਦੂਆ ਮੈਚ ਸਾਡਾ ਮੌਲੀ ਨਾਲ ਲੱਗਿਆ ਇਹਨਾਂ ਨੇ ਬਹੁਤ ਵਧੀਆ ਕੌਡੀਆਂ ਪਾਈਆਂ ਕੌਡੀ ਪਾਰਿਆ ਦੀ ਜਾਂਦੀ ਉਹੀ ਵੈਸੀ ਖੇਡਣ ਗਏ ਸੀ ਉਹ ਟਾਈਮ ਮੈਚ ਵਿੱਚ ਛੱਕੇ ਪਏ ਦੀ ਵੀ ਜਾਂਦੇ ਨਹੀਂ ਸੀ ਤੇ ਓਨੀ ਬਾਜੀ ਨੇ ਨਾ ਉਦਾਂ ਹੀ ਚੱਲ ਗਏ ਕੁੱਟ ਕੇ ਤੋੜਿਆ ਸਾਨੂੰ ਅੱਛਾ ਵੀ ਤੇਜੀ ਜਾਣਾ ਹੀ ਜਾਣਾ ਜਾਣਾ ਹੀ ਬਾ ਹਾਂ ਉੱਥੇ ਗਏ ਸੀਗੇ ਤੇਜੀ ਰੇਡਰ ਦੀਗਾ ਰੈਂਬੋ ਓਨੀ ਬਾਜੀ ਦਾ ਮੁੰਡਾ ਤੇ ਸੁਲਤਾਨ ਦੀਗਾ ਜਾਫੀ ਦੀਗੇ ਮੈਂ ਪ੍ਰੇਮ 골ਡੀ ਕੌਰਾ ਅੱਛਾ ਪਾ ਪੂਰੇ ਪੂਰੇ ਜੇ ਦੀਗੇ ਵੀ ਇੱਕ ਬੰਦਾ ਨਿਕਲਦਾ ਦੀ ਦੂਜਾ ਸੈੱਟ ਚ ਖੜ ਜਾਂਦਾ ਖੜ ਜਾਂਦਾ ਸੀਗਾ ਉੱਥੇ ਮੈਂ ਭਾਈ ਕੌਡੀਆਂ ਵੀ ਪਵਾਈਆਂ ਤੇ ਜੀ ਨੇ ਮੈਂ ਤੁਸੀਂ ਜੇ ਮੈਚ ਲੂਜ਼ ਹੋਣ ਲੱਗ ਗਏ ਨਾ ਵਿੱਚ ਦੀ ਕੌਡੀ ਵੀ ਪਵਾਈਆ ਮੇਤੋਂ ਤੇ ਜੱਫੇ ਵੀ ਲੈ ਜੱਫੇ ਵੀ ਤੁਸੀਂ ਭਾਈ ਰੇਤ ਵਾਲਾ ਗਰਾਊਂਡ ਦੀ ਗਾ ਮੌਲੇ ਦਾ ਇਹਨਾਂ ਨੇ ਜ਼ੋਰ ਕਰਾਤਾ ਮੌਲਾ ਲੋਟ ਨਾ ਆਵੇ ਅੱਛਾ ਕੁਦਰਤੀ ਮੈਂ ਉਹਨਾਂ ਥੋੜੀ ਜੀ ਪ੍ਰੇਮ ਮੇਰਾ ਫੇਵਰਿਟ ਜਾਫੀ ਰਿਹਾ ਹਮਮ ਪ੍ਰੇਮ ਮੇਰਾ ਮੈਂ ਪੂਰਾ ਫੇਵਰਿਟ ਜਾਫੀ ਮੰਨਦਾ ਪ੍ਰੇਮ ਨੂੰ ਤੇ ਉਹਨੇ ਮੈਨੂੰ ਗਾਣਾ ਜਦੀਪ ਲੱਗ ਜਾ ਬਸ ਆ ਗਿਆ ਹੁਣ ਲੱਗ ਜਾ ਉਹਨੇ ੱੱਕੇ ਧੁੱਕੇ ਨਾਲੇ ਛੱਟ ਸੁੱਟ ਕੇ ਮੇਰੇ ਤੁੱਫੇ ਲਵਾਣ ਦਤੀ ਦੋ ਲਵਾ ਲੰਦਾ ਸੀ ਹਾਂ ਬਈ ਉਹ ਜੱਕੀ ਮੌਲਾ ਤੁਸੀਂ ਫੜਿਆ ਫਿਰ ਉੱਥੇ ਕਿਹਦੇ ਹਾਂ ਬਈ ਫੜਿਆ ਮੈਂ ਦੋ ਵਾਰੀ ਤਿੰਨ ਟੱਚ ਲੱਗ ਦੋ ਵਾਰੀ ਤੁਸੀਂ ਮੌਲੇ ਨੂੰ ਫੜਿਆ ਮੈਂ ਮੌਲੇ ਨੂੰ ਪੁੱਠੀਆਂ ਮਾਰੀਆਂ ਜਾਣ ਦੀ ਚਿੱਡਾ ਹੀ ਰੇਤ ਵਾਲਾ ਗਰਾਊਂਡ ਸੀ ਉਹ ਕਹਿੰਦੀ ਡਿਪ ਆ ਜਿਵੇਂ ਤੂੰ ਡਿੱਗਦਾ ਵੀ ਬਸ ਜੱਫਾ ਲੱਗ ਜਾਂਦਾ ਮੈਚ ਪਰ ਅਸੀਂ ਲੂਜ਼ ਹੋ ਗਏ ਠੀਕ ਹੈ ਸੈਮੀ ਫਾਈਨਲ ਮੈਚ ਅਸੀਂ ਹਾਰ ਗਏ ਯਾਨੀ ਬਹੁਤ ਵਧੀਆ ਮੈਚ ਲੱਗਿਆ ਮੈਚ ਹਾਰ ਕੇ ਹਾਂ ਮੈਚ ਹਾਰ ਕੇ ਬਈ ਫਿਰ 20 हां भाई जंगकनियों कनाडा पर ओदे तो पहला ना एक ਘਰ ਚ ਤੁਹਾਨੂੰ ਪਤਾ ਵੀ ਘਰੇ ਭਾਂਡੇ ਹੁੰਦੇ ਨੇ ਖੜਕਦਾ ਜਾਂਦੇ ਬਿਲਕੁਲ ਭਈ 2011 ਚ ਜਾਣ ਤੋਂ ਪਹਿਲਾਂ 2011 ਦੀ 7ਵੇਂ ਮਹੀਨੇ ਦੀ 7 ਤਰੀਕ ਨੂੰ ਅੱਡ ਹੋ ਗਿਆ ਸੀ ਸਾਡੀ ਸਭ ਪੂਰੀ ਫੈਮਿਲੀ ਨਾਲੋਂ ਇਹ ਅੱਡ ਹੋ ਗਿਆ ਸੀ ਤੇਜੀ ਤੁਹਾਡੇ ਤੋਂ ਅਲੱਗ ਹੋ ਗਿਆ ਹਾਂ ਮੰਨ ਲਓ ਵੀ ਕੋਈ ਗਲਤ ਅੰਡਰਸਟੈਂਡਿੰਗ ਹੋ ਗਈ ਕੁਛ ਵੀ ਲਾ ਲੋ ਵੀ ਪਰ ਅਸੀਂ ਇਹਨੂੰ ਬਥੇਰਾ ਸਮਝਾਇਆ ਪਰ ਇਹ ਸਮਝਿਆ ਨਹੀਂਗਾ ਤੇਜੀ ਦੀ ਮੈਰਿਜ ਕਦੋਂ ਹੋਈ ਤੇਜੀ ਦੀ ਮੈਰਿਜ 2008 ਚ 2008 ਚ ਪਹਿਲਾਂ 11 ਦਾ ਇਕੱਠੇ ਰਹੇ ਹਾਂ 11 ਦਾ 11 ਦੇ ਇਦਾਂ ਦੀ 7ਵੇਂ ਮਹੀਨੇ ਜਾ ਕੇ ਤੁਸੀਂ ਅਲੱਗ ਹੋ ਗਏ ਹਾਂ ਬਸ ਥੋੜਾ ਜਿਹਾ ਮਹੀਨਾ ਪਹਿਲਾਂ ਥੋੜਾ ਜਿਹਾ ਲੱਗਿਆ ਮੈਂ ਇਹਨੂੰ ਘੂਆ ਜੀ ਦੇ ਮੁੰਡੇ ਕੋਲ ਭੇਜਿਆ ਵੀ ਚਲੋ ਹੋ ਜਾਂਦਾ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਘਰਦਿਆਂ ਦੇ ਵੀ ਸਾਡੇ ਵਿੱਚ ਕੋਈ ਨਹੀਂ ਧੀ ਮੇਰੀ ਤੇਜੀ ਵਿੱਚ ਕੋਈ ਨਹੀਂ ਤੁਹਾਡਾ ਪਿਆਰ ਉਨੇ ਹੀ ਸੀ ਸਾਡਾ ਉਨੇ ਹੀ ਦੀ ਬਸ ਮੈਨੂੰ ਇਹ ਦੀ ਉਹ ਕਹਿੰਦਾ ਵੀ ਦੇਖ ਤੇ ਜੀ ਮੈਨੂੰ ਕਹਿੰਦੀ ਜਗਦੀਪ ਅੱਡ ਹੋਣਾ ਇੱਕ ਦਿਨ ਵੀ ਹੋਣਾ ਹੀ ਹੈ ਹੋਣਾ ਹੀ ਕੋਈ ਚੱਕਰ ਨਹੀਂਗਾ ਕੋਈ ਜ਼ਮੀਂਦਾਰ ਰੋਲਾ ਨਹੀਂ ਭਾਜੀ ਇੱਕ ਕੀਲਾ ਜ਼ਮੀਨ ਹੈ ਜਣੀ ਪਿਆਰ ਨਾਲ ਹੀ ਅਚਾ ਜ਼ਮੀਨ ਥੋੜੀ ਹੈ ਜ਼ਮੀਨ ਬਹੁਤ ਥੋੜੀ ਆ ਬਹੁਤ ਸੰਘਰਸ਼ ਕਰਕੇ ਇੱਥੇ ਤੱਕ ਆਏ ਆ ਆ ਤੇ ਉਸ ਤੋਂ ਬਾਅਦ ਜਣੀ ਕੁੱਲ ਕਹਿਣ ਦਾ ਮਤਲਬ ਕਿ ਤੁਹਾਡੀ ਕਬੱਡੀ ਕਰਕੇ ਤੁਹਾਡੇ ਪਰਿਵਾਰ ਦਾ ਬੀਜ ਜਾਣਾ ਹੈ ਜੋ ਅਸੀਂ ਅੱਜ ਪੋਜੀਸ਼ਨ 'ਚ ਵੀ ਤੇਜ਼ੀ ਦੇ ਸਰ ਤੇ ਤੇਜ਼ੀ ਦੇ ਸਰ ਤੇ ਆ ਗੋਡੀ ਦੇ ਸਰ ਤੇ ਆ ਜੋ ਵੀ ਮਿਲਨੇ ਪੈਸੇ ਉਹਨੇ ਚਲੋ ਘਰ ਦੇ ਆਪਣੇ ਪਹਿਲਾਂ ਹਾਲਾਤ ਠੀਕ ਨਹੀਂ ਧੀਗੇ ਤੇ ਉਹ ਉਹਨੇ ਘਰ ਇਹੀ ਦੇਨੇ ਪਏ ਇਹ ਨੀਤੀ ਵੀ ਆਪ ਕਰ ਦਦੀ ਚਲੋ ਟ੍ਰੈਕਟਰ ਲੈਣੀ ਉਹ ਅਸੀਂ ਵੀ ਘਰੋਂ ਕਰਦੇ ਦੀ ਥਰੇਸ਼ਰ ਦਾ ਸੀਜ਼ਨ ਲਾਉਂਦੇ ਦੀ ਮੈਂ ਬਾਹੀ ਦਾ ਕੰਮ ਕਰਦਾ ਦੀਗਾ ਚਲੋ ਇਹ ਬਾਹਰ ਚਲੇ ਜਾਂਦਾ ਦੀ ਮੈਂ ਆਪਦਾ ਇੱਧਰ ਕਿਰਾਏ ਗੁਰੂ ਦਾ ਕੰਮ ਕਰ ਲੈਂਦਾ ਦੀਗਾ ਤੇ ਫਿਰ ਜਦੋਂ ਅੱਡ ਹੋਗੇ ਤੇ ਇਹ ਅੱਡ 2011 ਦਾ ਸੀਜ਼ਨ ਜੋ ਇਹ ਜਦੋਂ 2011 ਕੈਨੇਡਾ ਖੇਡਿਆ ਫਿਰ ਉਹ ਅੱਡ ਹੋਣ ਤੋਂ ਬਾਅਦ ਟੂਨ ਤੋਂ ਬਾਅਦ ਖੇਡਿਆ ਬਈ ਫਿਰ ਆਇਆ ਪਿੰਡ ਸਨਮਾਨਦਰ ਆ ਇਹਦਾ ਅੱਛਾ ਫਿਰ ਘਰੇ ਲੈ ਜਾਂਦਾ ਭਾਈ ਫਿਰ ਘਰੇ ਲਿਆਂਦਾ ਹਾਂ ਘਰੇ ਲੈ ਜਾਂਦਾ ਸਾਡੇ 6 ਮਹੀਨੇ ਬਹੁਤ ਵਧੀਆ ਚੱਲੇ ਇੱਕ ਦਿਨ ਫਿਰ ਪਤਾ ਨਹੀਂ ਕੀ ਹੋਇਆ ਇਹ ਤੇ ਦੀ ਵਾਈਫ ਦੇ ਇਹਦੇ ਸਹੁਰੇ ਜਾਣ ਦੀ ਆਪਦੇ ਚਲਿਆ ਗਿਆ ਬਰਸਾਲਪੁਰ ਨੇ ਇਹਦੇ ਜਿੱਥੇ ਦਾ ਅਰਸ਼ ਆਪਣਾ ਮੁੰਡਾ ਜਾਫੀ ਆ ਹਾਂ ਹਾਂ ਉੱਥੇ ਇਹਦੇ ਸਹੁਰੇ ਨੇ ਤੇ ਉੱਥੇ ਚਲਿਆ ਗਿਆ ਫਿਰ ਤਿੰਨ ਚਾਰ ਦਿਨ ਬਾਅਦ ਵਾਪਸ ਆ ਗਿਆ ਹਾਂ ਫਿਰ ਅਨਸਾਰ ਇਹਨੇ ਬਾਬਾ ਗਾਜੀਦਾਸ ਗਿਆ ਆਪਣੇ ਲਸਾਰੇ ਡੇਰਾ ਸਾਡੇ ਉੱਤੇ ਅਸੀਂ ਉਹਨੂੰ ਜਿਆਦਾ ਇਹ ਕੁਦੇ ਵੀ ਖੇਡਣ ਵੀ ਜਾਣੇ ਆ ਤਾਂ ਅਸੀਂ ਉੱਥੇ ਮੱਥਾ ਟੇਕ ਕੇ ਜਾਂਦੇ ਆ ਸਹੀ ਉੱਥੇ ਜਾ ਕੇ ਇਹਨੇ ਸੌਂ ਖਾਦੀ ਵੀ ਮੈਂ ਨਾ दारू ਚਲੋ ਠੀਕ ਹੈ दारू-ਦੂਰੂ ਪੀਂਦਾ ਦੀਗਾ ਵੀ ਮੈਂ ਕੁਛ ਨਹੀਂ ਖਾਣਾ ਪੀਣਾ ਹੈਗਾ ਇਹਨੇ ਸੌ ਪਾ ਲਈਦੀ ਭਾਈ ਬਹੁਤ ਵਧੀਆ ਕੰਮ ਚੱਲਿਆ ਤੋਂ ਚਲੋ ਮਹੀਨੇ ਕੇ ਬਾਅਦ ਇਹ ਲੈਣ ਚ ਲਿਆ ਗਿਆ ਆਪਦੀ ਵਾਈਫ ਨੂੰ ਮੇਰੇ ਇਹ ਮਾਂ ਮੇਰੀ ਘਰ ਵਾਲੀ ਤੇ ਤੇਜੀ ਦੀ ਘਰ ਵਾਲੀ ਮਾਮੇ ਭੂਆ ਦੀਆਂ ਕੁੜੀਆਂ ਆ ਅੱਛਾ ਨਾ ਮੇਰੇ ਬਿਆਹ ਦੇ ਵਿੱਚ ਦੇਖ ਲਈ ਤੇ ਉੱਥੇ ਇਹਨਾਂ ਦਾ ਮੰਨ ਲਓ ਲਵ ਮੈਰਿਜ ਕਹਿ ਲੋ ਵੀ ਇਹਨਾਂ ਦੀ ਲਵ ਮੈਰਿਜ ਹੈ ਲਵ ਮੈਰਿਜ ਹੋਈ ਸੀ ਤੇ ਇਹਨਾਂ ਦੀ ਲਵ ਮੈਰਿਜ ਹੋਈ ਸੀ ਪਰ ਇਹ ਬਹੁਤ ਮਾੜੀ ਗੱਲ ਆ ਤੇ ਜਿਲੇ ਵੀ ਸਾਡੇ ਲਈ ਤੀ ਅਸੀਂ ਰੋਕ ਦੇਦੀ ਉਹਨੂੰ ਪਰ ਲਵ ਮੈਰਿਜ ਕਰਾਉਣੀ ਨਹੀਂ ਚਾਹੀਦੀ ਮੈਂ ਤਾਂ ਇੱਕੋ ਹੀ ਸੰਦੇਸ਼ ਦਿੰਨਾ ਬਈ ਬਈ ਮਾਂ ਪਿਓ ਦੀ ਸਹਿਮਤੀ ਨਾਲ ਬਿਆਹ-ਗਿਆ ਕਰਾਉਣਾ ਚਾਹੀਦਾ ਉੱਥੇ ਫਿਰ ਨਾ ਸੌ ਰਾਹ ਹੁੰਦੇ ਨੇ ਲਵ ਮੈਰਿਜ ਦੇ ਵਿੱਚ ਕੋਈ ਰਾਹ ਨਹੀਂ ਹੁੰਦਾ ਉੱਥੇ ਮੁੰਡੇ ਨੂੰ ਇਹ ਹਮੇਸ਼ਾ ਪਿੱਛੇ ਹਟਣਾ ਪੈਂਦਾ ਘਰ ਵਾਲੇ ਦੀ ਸੁਣਨੀ ਪੈਂਦੀ ਆ ਕਿਉਂ ਵਾਅਦੇ ਕਰ ਲੈਂਦੇ ਨੇ ਵੱਡੇ ਬਿਲਕੁਲ ਹੋਈ ਗੱਲ ਚਲੋ ਵੀ ਬਾਜੀ ਇਹ ਫਿਰ ਉਹਨਾਂ ਨੇ ਟਾਈਮ ਦਿੱਤਾ ਤੇਜੀ ਨੂੰ 1 ਮਹੀਨੇ ਦਾ ਵੀ ਤੂੰ 1 ਮਹੀਨੇ ਚ ਆਪਦਾ ਮਕਾਨ ਪਾ ਜਦ ਇਹ ਅੱਡ ਹੋਇਆ ᱛੀ ਜਦ ਬਾਜੀ 14 ਲੱਖ ਰੁਪਿਆ ਬਣਿਆ ᱛੀ ਸਾਰਾ ਅੱਛਾ ਜੋ ਹੋ ਜਾਣ ਦੀ ਘਰ ਦੇ ਵਿੱਚ ਨਹੀਂ ਦੀ ਅੱਡ ਹੋਇਆ ਸਾਰਾ ਹਿੱਸਾ ਦਿੱਤਾ ਦੀ ਘਰ ਦੇ ਵਿੱਚ 14 ਲੱਖ ਤੁਸੀਂ ਤੇਜੀ ਨੂੰ ਦਿੱਤਾ ਹਾਂ ਤੇਜੀ ਨੂੰ ਦਿੱਤਾ ਅੱਡ ਹੋਣ ਦਾ ਅੱਡ ਹੋਣ ਦਾ ਉਹ ਜੋ ਵੀ ਆਇਆ ਹਾਂ ਉਹਦੇ ਜੋ ਵਾਈਫ ᱛੀ ਉਹ ਕਹਿੰਦੀ ਵੀ ਅਸੀਂ ਰਹਿਣਾ ਨਹੀਂ ਹੈਗਾ ਵੀ ਅਲੱਗ ਰਹਿਣਾ ਵੀ ਸਾਨੂੰ ਚੀਜ਼ਾਂ ਦੇ ਦੋ ਉਹਦੇ ਵਿੱਚ ਜਾਣ ਦੀ ਇਹ ਨਹੀਂ ਵੀ 14 ਲੱਖ ਮੈਂ ਕੈਸ਼ ਦੇਤਾ ਪੈਸੇ ਦੀਗੇ ਕੈਸ਼ ਕੁਝ ਉਹਦੇ ਹਿੱਸੇ ਦੇ ਡੰਗਰ ਆਏ ਦੀਗੇ ਜੋ ਵੀ ਸਮਾਨ ਉਹਦੇ ਰਸਤੇ ਸੋਨਾ ਆਇਆ ਦੀਗਾ ਜੋ ਸੋਨਾ ਦੀ ਉਹ ਉਹਦੀ ਚੀਜ਼ ਉਹਦੀ ਆ ਜੋ ਘਰ ਦੀ ਚੀਜ਼ ᱛੀ ਉਹਦੇ ਵਿੱਚ ਉਹ ਅੱਦ ਦਿੱਤਾ ਹਾਂ ਬਸ ਇੱਕ ਗੱਲ ਥੋੜੀ ਜੀ ਉਹਦੀ ਵਾਈਫ ਗਲਤ ਕਰ ਗਈ ᱛੀ ਮੰਮੀ ਤੇ ਦਾਦੀ ਦੇ ਹੱਥ ਚੋਂ ਚੂੜੀਆਂ ਲਹਾ ਲੀਆਂ ᱛੀ ਉਹਨਾਂ ਤੇਜੀ ਨੇ ਬਾਹਰੋਂ ਆ ਕੇ ਗਿਫਟ ਪਾਈ ਦੀ ਉਹਨਾਂ ਨੂੰ 2007 ਦੇ ਵਿੱਚੋਂ ਆ ਦਾਦੀ ਜੀ ਦੇ ਦਾਦੀ ਜੀ ਦੇ ਆਪਣੀ ਮੰਮੀ ਦੇ ਹੱਥੋਂ ਤੇਜੀ ਦੇ ਮੇਰੇ ਮੰਮੀ ਦੇ ਹੱਥੋਂ ਜਾਨ ਵੇਲੇ ਜਾਂ ਘਰ ਉਹਨਾਂ ਨੇ ਛੱਡਿਆ ਦਾ ਚੂੜੀਆਂ ਲਾ ਲਈਆਂ ਸੀ ਬਲਕਿ ਗੱਲ ਇਹ ਹੋਈ ਸੀ ਵੀ ਚਲੋ ਠੀਕ ਆ ਤੇਰੀਆਂ ਦਿੱਤੀਆਂ ਹੋਈਆਂ ਨੇ ਤੇਜੀ ਪਰ ਪਤਾ ਨਹੀਂ ਕੀ ਮਜਬੂਰੀ ਸੀ ਕਿ ਉਹਦੀ ਜੋ ਉਹਨੂੰ ਕਰਨਾ ਪਿਆ ਤੇ ਉਹ ਚਲੇ ਗਏ ਭਾਜੀ ਤੇ ਬਾਹਰੋਂ ਆ ਕੇ ਵਧੀਆ ਖੇਡਿਆ ਜੱਸੀ ਨਾਲ ਹੀ ਖੇਡਿਆ ਕਾਲਕਚੇ ਖੇਡਦਾ ਰਿਹਾ ਮੈਂ ਨਹੀਂ ਮੈਂ ਨਹੀਂ ਖੇਡਿਆ ਮੈਂ ਨਜਾਮਪੁਰ ਚ ਆ ਕੇ ਖੇਡਣ ਲੱਗ ਗਿਆ ਦੀ ਬਾਜੀ ਅੱਛਾ ਪਰ ਬਲਕੇ ਵੀ ਮੈਂ ਫਿਰ ਥੋੜਾ ਜਿਹਾ ਤੁਸੀਂ ਪਿੰਡ ਚ ਖੇਡਣ ਲੱਗ ਗਏ ਮੈਂ ਪਿੰਡ ਚ ਨਹੀਂ ਵਧੀਆ ਟੀਮ ਸੀ ਸਾਡੇ ਆਪਣੇ ਜੋਤ ਦੀ ਮੁੰਡਾ ਅੱਜ ਪੁਲਿਸ ਚਾ ਸ਼ੀਮਾ ਮੁੰਡਾ ਪੁਲਿਸ ਚਾ ਜੈਬੀ ਤਾਂ ਤੁਸੀਂ ਜਾਣਦੇ ਹੋ ਉਹਦਾ ਵੀ ਆਪਾਂ ਦੇਣ ਨਹੀਂ ਦੇ ਸਕਦੇ ਉਹ ਬੰਦੇ ਦਾ ਜੈਬੀ ਦਾ ਦੇਣ ਨਹੀਂ ਦੇ ਸਕਦੇ ਤੇਜੀ ਨੂੰ ਉਸਤਾਦ ਵੀ ਮੰਨਦਾ ਦੀਗਾ ਤੇ ਸਾਡੀ ਟੀਮ ਦੀ ਹੈਲਪ ਬਹੁਤ ਕਰਦਾ ਦੀ ਬਾਜੀ ਉਹ ਸਾਡੀ ਟੀਮ ਮਾਰੀਦੀ ਓਪਨ ਦੀ ਉਹਨੇ 75 ਖੇਡਣਾ 70 ਖੇਡਣਾ ਜਿੱਤਣਾ ਜੋ ਪੈਸੇ ਮਿਲਣ ਨੇ ਨਾ ਬਾਹਰਲੇ ਪਲੇਅਰਾਂ ਨੂੰ ਦੇ ਕੇ ਸਾਰੇ ਪੈਸੇ ਓਪਨ ਚ ਖਰਚ ਦਦਿਓ ਬੰਦਾ ਇੱਕ ਬਿੱਲੀ ਹੁੰਦਾ ਸੀ ਮੁੰਡਾ ਤੇ ਇੱਕ ਆਪਣਾ ਅਸੀਂ ਉਹਨੂੰ ਝੁਰਲੂ ਕਹਿੰਨੇ ਆ ਪਿਆਰ ਨਾਲ ਨਾਮ ਵੈਸੇ ਕਾਲਾ ਉਹਦਾ ਅਸੀਂ ਉਹਨੂੰ ਝੁਰਲੂ ਕਹਿੰਨੇ ਆ ਇਹ ਜਾਣ ਦੀ ਛੋਟੀ ਜੀ ਮੀਡੀਅਮ ਜੀ ਟੀਮ ਸੀ ਦੋ ਬੰਦੇ ਸਾਡੇ ਚ ਬਾਹਰੋਂ ਖੇਡਦੇ ਹੁੰਦੇ ਸੀ ਰਾਮਗੜ੍ਹ ਸਰਦਾਰ ਵਾਲਾ ਮੁੰਡਾ ਜੋਤ ਤੇ ਇੱਕ ਕੱਦੋਂ ਵਾਲਾ ਮੁੰਡਾ ਹੁੰਦਾ ਸੀ ਤੇ ਇੱਕ ਆਪਣੇ ਮੁੰਡਾ ਰੀਡਰ ਤੇ ਜੈਬੀ ਦੇ ਨਾਲ ਪੀਤਾ ਹੁੰਦਾ ਦੀਗਾ ਉਹ ਮੇਰੇ ਨਾਲ ਓਪਨ ਚ ਵੀ ਕਾਫੀ ਲੰਬਾ ਸਾਡੇ ਨਾਲ ਖੇਡਿਆ ਤੁਸੀਂ ਕਿੰਨੀ ਵਾਰ ਬੈਸਟ ਬਾਈ ਜੀ ਮੈਂ ਬੈਸਟ ਬਹੁਤ ਥੋੜੀ ਵਾਰੀ ਬਣਿਆ ਥੋੜੀ ਵਾਰ ਬਹੁਤ ਥੋੜੀ ਵਾਰੀ ਬਣਿਆ ਕੋਈ ਮੋਟਰਸਾਈਕਲ ਤੁਸੀਂ ਜਿੱਤਿਆ ਨਹੀਂ ਨਹੀਂ ਬਾਜੀ ਮੈਂ ਕੋਈ ਮੋਟਰਸਾਈਕਲ ਨਹੀਂ ਜਿੱਤਿਆ ਤੇ ਆਪਣਾ ਸਨਮਾਨ ਵੀ ਇੱਕ ਹੋਇਆ ਉਹ ਆਪਣਾ ਸਨਮਾਨ ਕੀਤਾ ਜੱਗੀ ਆਸਟ੍ਰੇਲੀਆ ਜੱਗੀ ਆਸਟ੍ਰੇਲੀਆ ਸਾਡੇ ਨਾਲ ਮੈਨੂੰ ਸੋਨੇ ਦੀ ਮੁੰਦੀ ਪਈ ਮੁੰਦੀ ਦਾ ਇੱਕ ਸਨਮਾਨ ਹੋਣਾ ਤੁਹਾਡੀ ਜਿਹੜਾ ਕੈਰੀਅਰ ਸੀ ਇੱਕ ਵਾਰੀ ਹਾਂ ਕੈਰੀਅਰ ਦਾ ਜੋ ਸਨਮਾਨ ਆ ਉਦਾਂ ਚ ਚਲੋ ਟੂਰਨਾਮੈਂਟ ਤੇ ਜਾਂਦੇ ਆ ਤੇ ਜਿਹਦੇ ਨਾਲ ਕਾਫੀ ਸਨਮਾਨ ਮੇਰਾ ਵੀ ਕੀਤਾ ਬੰਦਿਆਂ ਨੇ ਬੜੀ ਸਪੈਸ਼ਲ ਤੁਹਾਡਾ ਇੱਕ ਵਾਰ ਹੋਇਆ ਹਾਂ ਸਪੈਸ਼ਲ ਇੱਕ ਵਾਰੀ ਹੋਇਆ ਤੇ ਇੱਕ ਵਾਰੀ ਬੈਸਟ ਬਾਈ ਸਾਡਾ ਨਾ ਮਠੱਡਿਆਂ ਕੋਲੇ ਟੂਰਨਾਮੈਂਟ ਚੱਲਦਾ ਦੀ ਮੈਂ ਕੋਟਲੀ ਖਾਨ ਚ ਖੇਡਿਆ ਅੱਛਾ ਤੇ ਜਿਹਦੇ ਸਾਟ ਲੱਗਣ ਤੋਂ ਬਾਅਦ ਮੈਂ ਮੈਨੂੰ ਮੱਖਣ ਨੇ ਖੜਾਇਆ ਅਕੈਡਮੀ ਦੇ ਮੈਚ ਵੀ ਮੈਨੂੰ ਮੱਖਣ ਨੇ ਖੜਾਇਆ ਲਸਾੜੇ ਵਾਲੇ ਨੇ ਲਸਾੜੇ ਵਾਲੇ ਹਾਂ ਮੈਨੂੰ ਲੈ ਕੇ ਗਿਆ ਤੇ ਉੱਥੇ ਨਾ ਸਾਡਾ ਸੈਮੀ ਫਾਈਨਲ ਮੈਚ ਡੜਬੇ ਨਾਲ ਦੀਆ अच्छा जद उस टाइम 1.5 ਦੀ ਟੀਮਾਂ ਚ ਪਾਲਾ ਸੰਦੀਪ ਕਾਫੀ ਹੈਵੀ ਟੀਮ ਦੀ ਵੱਡੀ ਟੀਮ ਸੀ ਵੱਡੀ ਟੀਮ ਸੀ ਉੱਥੇ ਨਾ ਹਰੇਕ ਟੀਮ ਦੇ ਵਿੱਚੋਂ ਵੈਸਟ ਨੂੰ ਘੜਦੇ ਦੀਗੇ ਅੱਛਾ ਤੇ ਚਲੋ ਮੇਰੇ ਨਾ ਜਿੰਨਾ ਚਿਰ ਮੈਂ ਬਹੁਤ ਵਧੀਆ ਕੌਡੀਆਂ ਪਾਈਆ ਭਾਈ ਹਾਫ ਟਾਈਮ ਤੱਕ ਸਾਡੇ ਬੰਦਿਆਂ ਨੇ ਜੱਫੇ ਬਹੁਤ ਘੱਟ ਲਾਏ ਇੱਕ ਮੇਰੇ ਨਾਲ ਸਾਡੇ ਪਿੰਡ ਦਾ ਹੀ ਮੁੰਡਾ ਹੁੰਦਾ ਦੀ ਕਾਲਾ ਇਹ ਤੀ ਮੈਂ ਦੀ ਮੱਖਣ ਹੁੰਦਾ ਦੀਗਾ ਇਧਰੋਂ ਅਸੀਂ ਤਿੰਨੇ ਜਾਣੇ ਜਾਂਦੇ ਹੁੰਦੇ ਸੀ ਸਹੀ ਸਹੀ ਤੇ ਉੱਥੇ ਨਾ ਵੀ ਵਧੀਆ ਕੌਡੀਆਂ ਪਾਈਆਂ ਮੈਨੂੰ ਕੋਈ ਜੱਫਾ ਨਾ ਪੂਰਾ ਟਫ ਮੈਚ ਜਣਦੀ ਸੰਦੀਪ ਉਹਨਾਂ ਨੇ ਪੂਰਾ ਜੋਰ ਲਾਇਆ ਤੇ ਹਾਫ ਟਾਈਮ ਤੋਂ ਬਾਅਦ ਮੈਨੂੰ ਪਾਲਾ ਫੜ ਗਿਆ ਇੱਕ ਪਾਲਾ ਫੜ ਗਿਆ ਹਾਂ ਮੈਂ ਕੌਡੀ ਨਹੀਂ ਆਪਦੀ ਛੱਡੀ ਅੱਛਾ ਚਲੋ ਮੈਚ ਉਹਨਾਂ ਦਾ ਕਾਫੀ ਉੱਤੇ ਲੱਗ ਗਿਆ ਸਾਡੇ ਲੱਗੇ ਹੋਏ ਸੀ ਉਸ ਮੈਚ ਸਾਨੂੰ 11 ਜੱਫੇ ਦਿੱਗੇ ਤੇ ਉਧਰ ਸਾਡੇ ਬੰਦਿਆਂ ਨੂੰ ਕੁੱਲ 3 ਜੱਫੇ ਲਏ ਸੀ ਸਾਡੇ ਬੰਦਿਆਂ ਨੇ ਤੇ ਇਦੋਂ ਸੈਟ ਇਹਨਾਂ ਨੇ ਹਲਕਾ ਕਰ ਲਿਆ ਵੀ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਪਾਲੇ ਉਹਨਾਂ ਨੇ ਪਾਲੇ ਉਹਨਾਂ ਨੇ ਉਸ ਤੋਂ ਬਾਅਦ ਮੈਂ ਇੱਕ ਮੈਨੂੰ ਡਬਲ ਦਾ ਜੱਫਾ ਹੀ ਮੰਨੋ ਯਾਰ ਵੀ ਉਹ ਜੱਫੀ ਨੂੰ ਦੇਤਾ ਤੇ ਇੱਕ ਮੈਨੂੰ ਸ਼ੋਰ ਜੱਪਾ ਦੀਗਾ ਉਹ ਮੈਚ ਮੈਨੂੰ ਤਿੰਨ ਜੱਫੇ ਲੱਗੇ ਮੇਰੀਆਂ 16 ਕਾਉਟੀਆਂ ਬਣੀਆਂ ਦੀ ਉਹ ਮੈਚ ਦੇ ਵਿੱਚ ਤੇ ਮੈਨੂੰ 11000 ਨਾਲ ਉੱਥੋਂ ਬੈਸਟ ਨਿਕਲਿਆ ਦੀਗਾ ਉੱਥੋਂ ਵੀ ਸੈਮੀ ਦੇ ਵਿੱਚ ਉਹ ਫਾਈਨਲ ਚ ਨਹੀਂ ਮੈਂ ਬੈਸਟ ਨਿਕਲਿਆ ਸੈਮੀ ਚ ਹਾਂ ਸੈਮੀ ਜ਼ਿਆਦਾਤਰ ਮੈਂ ਬਈ ਖੇਡਾਂ ਜਲੰਧਰ ਏਰੀਆ ਜਲੰਧਰ ਏਰੀਆ ਜ਼ਿਆਦਾਤਰ ਅਸੀਂ ਇਧਰੋਂ ਇਕੱਠੇ ਹੋ ਕੇ ਜਾਂਦੇ ਸੀ ਗੜਸ਼ੰਕਰ ਦੀ ਗਊਸ਼ਾਲਾ ਟੀਮ ਹੁੰਦੀ ਸੀ ਉਧਰ ਜ਼ਿਆਦਾ ਖੇਡੇ ਉਧਰ ਜ਼ਿਆਦਾ ਖੇਡੇ ਜਲੰਧਰ ਹਾਂ ਅਸੀਂ ਯਾਨੀ ਅਸੀਂ ਸਟਾਰਟਿੰ ਚੰਡੀਗੜ੍ਹ ਏਰੀਆ ਤੇ ਥੋੜਾ ਇਧਰਲਾ ਥੋਡੇ ਵਾਲਾ ਥੋਡੇ ਨਾਲ ਦਾ ਜਿਆਦਾ ਜਿਆਦਾ ਪ੍ਰੇਮ ਸੀ ਹਾਂ ਪ੍ਰੇਮ ਪਿਆਰ ਆ। ਵਕਤੀ ਬਾਈ ਫਿਰ ਆਇਆ ਇਹ ਬਾਰੋਂ ਘਰੇ ਵੀ ਆਇਆ ਸਾਰਾ ਕੁਝ ਹੋਇਆ ਤੇ ਮਕਾਨ ਪਾ ਲਿਆ ਬਾਈ ਇਹਦੀ ਵਾਈਫ ਵੀ ਆ ਗਈ। ਅੱਛਾ ਕਰ ਇਹ ਪੂਰਾ ਮਕਾਨ ਪਾਉਣ ਤੋਂ ਬਾਅਦ 3.5 ਲੱਖ ਰੁਪਈਆ ਬਾਈ ਮਕਾਨ ਤੇ ਲੱਗਿਆ। ਅੱਛਾ ਉਹ ਵੀ ਜਾਣਦੀ ਮੈਂ ਇਹਨੂੰ ਨਹੀਂ ਕਿਹਾ ਵੀ ਤੈਨੂੰ ਮੈਂ ਪੈਸੇ ਦਿੱਤੇ ਹੋਏ ਨੇ ਬਾਈ ਮੈਂ ਭਾਈ ਸਮਝ ਕੇ ਲਾ ਲਓ। ਪਰ ਜੋ ਇਹਨੇ ਸਾਡਾ ਤੇਜੀ ਨੇ ਨੌ ਕੀਤਾ ਨਾ ਮੈਂ ਉਹਦੇ ਬੇਸ ਤੇ ਵੀ ਹਰੇਕ ਪਾਸੇ ਝੋਕਿਆ ਸਾਨੂੰ ਕੋਈ ਨਹੀਂ ਦੀ ਜਾਣ ਚਲ ਮੈਂ ਵੀ ਪਲੇਅਰ ਸੀ ਮੈਨੂੰ ਕੋਈ ਨਹੀਂ ਦੀ ਜਾਣ ਤੇਜੀ ਨੂੰ ਜਾਣ ਤੇਜੀ ਦਾ ਨਾਮ ਜੀ ਨੂੰ ਜਾਣਦੇ ਹੁਣ ਵੀ ਕਰਕੇ ਤੁਹਾਡੇ ਘਰ ਦਾ ਨਾਮ ਉੱਚਾ ਹੋਇਆ ਹਾਂ ਮੰਮੀ ਡੈਡੀ ਜਾਣਦੇ ਨੇ ਤੁਸੀਂ ਇੰਨੀ ਕੋ ਰਿਸਪੈਕਟ ਆ ਬਾਈ ਪੰਪ ਤੇ ਵੀ ਤੇਲ ਪਾਉਂਦੇ ਨੇ ਕਿਤੇ ਵੀ ਜਾਣੇ ਤੁਸੀਂ ਤੇਜੀ ਦੇ ਮੰਮੀ ਡੈਡੀ ਹਾਂ ਯਾਰ ਤੂੰ ਤੇਜੀ ਦਾ ਭਾਈਆ ਕਿਉਂ ਫੋਟੋਆਂ ਫੋਟੋਆਂ ਦੇ ਹੁਣ ਫੇਸਬੁੱਕ ਤੇ ਵੀ ਚੱਲ ਮਾਂ ਖੁਸ਼ ਹੁੰਦਾ ਜਦੋਂ ਮਾਂ ਯਾਰ ਰੋਣਾ ਵੀ ਆਉਂਦਾ ਵੀ ਯਾਰ ਮਾਂ ਤਾਂ ਸਾਡੀ ਰੋ ਪੈਂਦੀ ਆ ਵਿਨਾਇਕ ਉਡੀ ਖੇਡਣ ਲੱਗਦਾ ਇੰਨਾ ਤਕੜਾ ਨਾ ਹੁੰਦਾ ਵੀ ਕਿਉਂ ਸਾਡੇ ਇੱਕ ਮੁੰਡਾ ਕਾਲੀਆ ਹੋਇਆ ਜਾਪੀ 62 ਕਿਲੋ ਦਾ ਚੌਂਦੇ ਵਾਲੇ ਸੁੱਖੀ ਨਾਲ ਖੇਡਦਾ ਹੁੰਦਾ ਸੀ ਉਹ ਵੀ ਵਿਚਾਰ ਕੋਈ ਘਰ ਦੀ ਪ੍ਰੋਬਲਮ ਨੂੰ ਉਹਦੇ ਅੰਦਰ ਫੈਕਸ਼ਨ ਫੁਕਸ਼ਨ ਹੋ ਗਈ ਉਹ ਵਿਚਾਰ ਅੱਜ ਹੈ ਠੀਕ ਆ ਵਧੀਆ ਚਲੋ ਉਹਦੇ ਫੈਮਿਲੀ ਬਾਹਰ ਆ ਭਰਾ ਬਾਹਰ ਨੇ ਉਹਦੇ ਹੈਲਪ ਕਰਦੇ ਨੇ ਵਧੀਆ ਤੇ ਉਹ ਕਰ ਬਈ ਅਟੋਂ ਤੋਂ ਬਾਅਦ ਉਹਦਾ ਅਧਿਕਾਰ ਮਕਾਨ ਪੈ ਗਿਆ 11 ਦਿਨ ਬਾਅਦ ਬਈ ਇਥੋਂ ਲਸਾੜੇ ਨੂੰ ਜਾਂਦਾ ਦੀ ਗਾ ਲੇਬਰ ਲੈਣ ਲੇਬਰ ਵੀ ਗਾ ਦੀ ਜਾਰੀ ਦੋਸਤੀ ਚ ਦੀਗੀ ਸਵੇਰੇ 8 ਵਜੇ ਦਾ ਟਾਈਮ ਆ ਅਚਾਨਕ ਐਕਸੀਡੈਂਟ ਹੋ ਗਿਆ ਆਪਣਾ ਨਜਾਮਪੁਰ ਤੋਂ ਜਾਂ ਲਸਾੜੇ ਨੂੰ ਜਾਂਦੇ ਆ ਸਿੱਧਸਾਰ ਕੋਲੇ ਗੁਰਦੁਆਰਾ ਸਾਹਿਬ ਕੋਲ ਨਾ ਪੱਠਾ ਆਉਂਦਾ ਉਥੇ ਗੱਡੀ ਚ ਲੱਗਿਆ ਉਹਦੇ ਕੋਈ ਸੱਟ ਨਹੀਂ ਸਿਰਫ ਲੱਤ ਤੇ ਸੱਟ ਜਦੋਂ ਇਹ ਐਕਸੀਡੈਂਟ ਹੋਇਆ ਤੇਜੀ ਦਾ ਸਵੇਰ ਦਾ ਟਾਈਮ ਸੀ ਹਾਂ ਸਵੇਰੇ 8 ਵਜੇ ਦਾ ਟਾਈਮ ਸੀ ਸਵੇਰ 8 ਵਜੇ ਦਾ ਟਾਈਮ ਸੀ ਇਹ ਸਕੂਟਰ ਤੇ ਇਹ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜੀ ਗੱਡੀ ਪੁੱਜੇ ਉਹਨੇ ਆ ਕੇ ਮੋਟਰਸਾਈਕਲ ਚੋ ਨਾ ਲਿਆ ਦੀਗਾ ਬੋਲਟ ਮੋਟਰਸਾਈਕਲ ਬਾਹਰ ਬੋਲਟ ਸੀ ਹਾਂ ਬੋਲਟ ਦੀ ਇਹਨੇ ਉਹਦੇ ਬਹੁਤ ਚੋ ਨਾ ਲਿਆ ਦੀਗਾ 12 ਕੀ ਉਹ ਮੋਟਰਸਾਈਕਲ ਦੀ ਲੇਬਰ ਲੈਣ ਜਾਂਦਾ ਸੀ ਹਾਂ ਲੇਬਰ ਬੰਦੇ ਬਿਠਾਉਣ ਜਾਂਦਾ ਦੀ ਭਰਤ ਭਾਰ ਰਹੀ ਦੀ ਘਰ ਦੇ ਵਿੱਚ ਇਹ 2012 ਦੀ ਗੱਲ ਹੈ ਨਾ ਹਾਂ ਇਹ ਲੇਬਰ ਨੂੰ ਛੱਡ ਕੇ ਹਾਂ 2012 ਦੀ ਗੱਲ ਹੈ ਰਖੜੀ ਬੰਨਣ ਜਾਣੀ ਸੀ 1 ਅਗਸਤ ਦੀ ਗੱਲ ਹੈ 1 ਅਗਸਤ ਦੀ ਗੱਲ ਹਾਂ 1 ਅਗਸਤ 2012 ਉਦੋਂ ਜਗਦੀਪ ਇਹਦਾ ਵੀਜ਼ਾ ਫੇਰ ਲੱਗਿਆ ਸੀ ਹਾਂ ਵੀਜ਼ਾ ਲੱਗਿਆ ਹੋਇਆ ਸੀਗਾ ਪਰ ਇਹ ਥੋੜਾ ਜਿਹਾ ਘਰ ਦੀ ਕਰਕੇ ਚਲੋ ਪ੍ਰੋਬਲਮ ਦੀ ਹੈ ਕਹਿੰਦੀ ਮੈਂ ਜਾਊਂਗਾ ਪਰ ਟਿਕਟ ਵੀ ਸ਼ਾਇਦ ਹੋਣੀ ਹੋਦੀ ਕਿ ਫਿਰ ਰਿਜੈਕਟ ਕਰਾਈ ਤੀ ਟਿਕਟ ਅੱਛਾ ਹਜੇ ਪਹੁੰਗੀ ਸੀ ਹਾਂ ਟਿਕਟ ਬੱਸ ਵੀ ਕਹਿੰਦੀ ਵੀ ਟਿਕਟ ਲੈ ਲੈ ਵੀਜ਼ਾ ਨੇ ਲੇਟੇ ਲਿਆ ਦੀ ਖੇਡਣਾ ਜੰਗ ਕਰਨੀ ਹੋਈ ਦੀ ਜੰਗ ਵੱਲੋਂ ਹਾਂ ਜੰਗ ਕਰਨੀ ਖੇਡਣਾ ਦੀ ਐ ਤੇ ਐਕਸੀਡੈਂਟ ਹੋ ਗਿਆ ਬਾਜੀ ਜਾਂ ਮੈਨੂੰ ਫੋਨ ਇਹਨੇ ਖੁਦ ਆਪ ਕੀਤਾ ਅੰਮੇਰਾ ਐਕਸੀਡੈਂਟ ਹੋ ਗਿਆ ਹਾਂ ਜਾਨੂ ਮੈਂ ਭੱਜਿਆ ਮੈਂ ਜਿਮ ਜਾਣਾ ਸੀ ਇਹਨੂੰ ਜਿਮ ਜੰਮ ਦਾ ਕੋਈ ਸ਼ੌਂਕ ਨਹੀਂ ਸੀ ਇਹ ਕਰਦਾ ਸੀ ਦੇਸੀ ਮਿਹਨਤ ਨੀਟੂ ਗੋਲੇ ਉਹ ਕਰਾਉਂਦਾ ਸੀ ਦੇਸੀ ਮਿਹਨਤ ਸਪਾਰਟੇ ਦਾ ਦੇਸੀ ਸੀ ਬਿਲਕੁਲ ਦੇਸੀ ਬਾਜੀ ਬਿਲਕੁਲ ਦੇਸੀ ਜਿਮ ਲਾਉਂਦਾ ਸੀ ਨਹੀਂ ਜਿਮ ਨਹੀਂ ਦੀ ਲਾਉਂਦਾ ਜੇ ਮਤ ਮੈਨੂ ਵਾਲਾ ਕੱਢ ਦਉਂਦਾ ਮਿਹਨਤ ਕਿੱਦਾਂ ਨਹੀਂ ਕਰਦਾ ਸੀ ਮਿਹਨਤ ਮੰਨ ਲਓ ਵੀ ਭਾਜੀ ਮਿਹਨਤ ਦਿਖਾ ਕੇ ਤਾਂ ਕੀਤੀ ਨਹੀਂ ਜਾਂਦੀ ਮਿਹਨਤ ਦਾ ਇਹ ਕੰਮ ਦੀ ਕਿਤੇ ਵੀ ਲੱਗ ਜਾਂਦਾ ਸੀ ਦਾ ਉਸਤਾਦ ਕਿਤੇ ਵੀ ਲਾ ਲੈਂਦਾ ਸੀ ਕਿਤੇ ਵੀ ਲਾਉਂਦਾ ਸੀ ਹਾਂ ਮੋਟਰ ਤੇ ਉਹਦੇ ਕੋਲ ਹੀ ਰਹਿੰਦਾ ਸੀਗਾ ਇਹ ਨੀਟੂ ਕੋਲੇ ਨੀਟੂ ਕੋਲੇ ਰਹਿੰਦਾ ਸੀ ਬਈ ਉਹ ਬੰਦੇ ਨੇ ਜਾਦੀ ਦੀ ਖਰਾਕ ਦਾ ਟਾਈਮ ਹੁੰਦਾ ਸੀ ਮੰਨ ਲਓ ਦੁੱਧ ਦਾ ਟਾਈਮ ਦੀ ਸ਼ਾਮ ਨੂੰ ਆਉਂਦਾ ਸੀ ਇਹਦੇ ਆਏ ਤੇ ਚੋਾਈ ਹੁੰਦੀ ਸੀ ਮੈਸ ਦੀ ਦੁੱਧ ਜਿੰਨਾ ਵੀ ਜਨਾ ਕੱਚਾ ਦੁੱਧ ਉਹ ਬੈਸਟ ਮੰਨਦੇ ਦੀ ਸਵੇਰ ਵੇਲੇ ਅੱਧਾ ਇੱਕ ਮਿੰਟ ਦਾਤੀ ਇਹਨੂੰ ਗਰਾਉਂਡ 'ਚ ਉਹੀ ਉੱਥੇ ਮੈਨੂੰ ਨਹੀਂ ਪਤਾ ਵੀ ਸਾਦੀ ਰੋਟੀ ਦੀ ਮੀਟ ਨਾਲ ਰੋਟੀ ਦੀ ਰੋਟੀ ਖਾਂਦੇ ਸੀ ਸਾਦੀ ਖਰਾਬ ਜੋ ਵੀ ਹੁੰਦਾ ਸੀ ਹਾਂ ਫਿਰ 60 ਲੱਗਣ ਤੋਂ ਬਾਅਦ 60 ਕਦੇ ਆਸ ਵੱਜੀ ਕੇ ਦੁਬਾਰਾ ਖੇਡ ਸਕਦਾ ਪਰ ਉਦੋਂ ਨਹੀਂ ਭਾਈ ਜੀ 2 ਇੱਕ ਤਰੀਕ ਨੂੰ ਦੇਖ ਲਓ ਇੱਥੋਂ ਪਹਿਲਾਂ ਮਰੇ ਕੋਲਡੇ ਲੈ ਕੇ ਮਰੇ ਕੋਲਡੇ ਦਾ ਪਰਚਾ ਕੱਟਤਾ ਡੀ ਐਮ ਸੀ ਦਾ 9 ਤਰੀਕ ਤੱਕ ਭਾਈ ਜੀ ਲਾ ਚੱਲਦਾ ਰਿਹਾ ਲੱਤ ਦਾ ਅੱਛਾ ਲੱਤ ਫਿਰ 9 ਤਰੀਕ ਰਾਤ ਨੂੰ ਨਾ ਪੈਰ ਕਾਲਾ ਹੋ ਗਿਆ ਸੀ ਅੱਛਾ ਨਹੀਂ ਚੱਲਿਆ ਖਰਚਾ ਬਹੁਤ ਹੋਇਆ ਪੁੱਛੋ ਨਾ ਵੀ ਇੰਨਾ ਕ ਖਰਚਾ ਹੋਇਆ ਤੈ ਟੁੱਟ ਗਈ ਖਰਚਾ ਉੱਥੇ ਫਿਰ 9 ਤਰੀਕ ਨੂੰ ਮੈਨੂੰ ਡਾਕਟਰ ਕਹਿ ਗਿਆ ਵੀ TCL ਸੀ ਵਧ ਗਈ ਦੀ ਪਾਜੀ 25000 TCL ਹੋ ਗਈ ਦੀ ਇਫੈਕਸ਼ਨ ਹੁੰਦੀ ਆ ਇਫੈਕਸ਼ਨ ਵਧ ਗਈ ਹਾਂ ਉਹ ਕਹਿੰਦਾ ਵੀ ਜੇ ਨਾ ਪੈਰ ਕੱਟਿਆ ਤੇ ਪਰ ਵੈਸੇ ਡਾਕਟਰ ਨੇ ਸਾਨੂੰ ਕਹਿਤਾ ਦੀ ਕਿ ਤੁਸੀਂ ਪੈਰ ਕਟਾ ਲਓ ਸਾਨੂੰ ਇਹਦੀ ਵੀ ਖੇਡੂਗਾ ਅੱਛਾ ਇਹ ਸਾਈਟੋ ਜੂ ਆਸ ਹੁੰਦੀ ਆ ਬਾਈ ਹਰੇ ਕਹਿੰਦਾ ਦੀ ਅਸੀਂ ਖੜੇ ਆ ਤੇਰੇ ਨਾਲ ਹਰੇ ਕਹਿੰਦੀ ਖੜੇ ਆ ਉਹ 9 ਤਰੀਕ ਨੂੰ ਤੁਹਾਡੀ ਫਿਰਸ ਟੁੱਟ ਗਈ। ਹਾਂ 9 ਤਰੀਕ ਨੂੰ ਫਿਰ ਰਾਤ ਨੂੰ ਜਦ ਡਾਕਟਰ ਆਇਆ ਤਾਂ ਅਸੀਂ ਬਾਹਰੋਂ ਵੀ ਡਾਕਟਰ ਵਾਜੀ ਚੋਰੀ ਸੱਦ ਕੇ ਵੀ ਡਾਕਟਰ ਦਿਖਾਇਆ। ਗੱਲ ਨਹੀਂ ਬਣੀ। ਨਹੀਂ ਉਹ ਕਹਿੰਦਾ ਵੀ ਅਸੀਂ ਕਿਹਾ ਵੀ ਚਲੋ ਹਸਪੀਟਲ ਦੇ ਆਪਦੇ ਬੇਸ ਤੇ ਵੀ ਆਪਾਂ ਛੁੱਟੀ ਕਰਾ ਲਾਂਗੇ ਐ ਕਰਾਂਗੇ। 100 ਮਨ ਘੜਤਾ ਹੁੰਦੀਆਂ ਨੇ। ਹੂੰ ਹੂੰ। ਠੀਕ ਆ ਵੀ ਪਰ ਨਹੀਂ ਕੱਟੀ ਗਈ। ਫਿਰ 22 ਤਰੀਕ ਨੂੰ ਛੁੱਟੀ ਮਿਲੀ ਪਰ ਉਹਦੇ ਵਿੱਚ ਬਾਜੀ ਸਾਨ੍ਹਣ ਵਾਲੀ ਗੋਲਟੀ ਦਾ ਫੋਨ ਆਇਆ 3 ਤਰੀਕ ਨੂੰ। ਅੱਛਾ। ਜਦ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਸੇ ਟਾਈਮ ਮੈਨੂੰ ਕਹਿੰਦੇ ਵੀ ਤੇਜ਼ੀ ਨਾਲ ਦੀ ਗੱਲ ਕਰਾ ਮੈਂ ਵੀ ਤੇਜ਼ੀ ਗੱਲ ਕਰ ਲਾ ਵੀ ਹੈ ਔਖੀ ਦੀਗਾ ਕਿਉਂ ਬੇਹੋਸ਼ ਹੋ ਗਿਆ ਦੀ ਜਾਂਦਾ ਜਾਂਦਾ ਹੈ ਅੱਛਾ ਲੁਧਿਆਣਾ ਐਂਟਰ ਹੁੰਦਾ ਉਹਦਾ ਖੂਨ ਸਾਰਾ ਨਿਕਲ ਗਿਆ ਦੀ ਜਾਂ ਤਾਂ ਸਾਨੂੰ ਬਾਅਦ ਚ ਦੱਸਿਆ ਵੀ ਇੱਥੇ ਖੂਨ ਹੈ 3 ਗ੍ਰਾਮ ਰਹਿ ਗਿਆ ਦੀਗਾ ਵੀ ਨਵਾਂ ਖੂਨ ਹੁੰਦਾ ਪਰ ਜੋ ਕੰਪੈਸਟੀ ਹੁੰਦੀ ਆ ਉਹ ਘਟ ਗਈ ਦੀਗੀ ਉਹਨਾਂ ਨੇ ਮੈਨੂੰ ਕਿਹਾ ਵੀ 1 ਲੱਖ ਰੁਪਿਆ ਤੈਨੂੰ ਜਗਦੀਪ ਜਾ ਕੇ ਇੱਥੋਂ ਫੜ ਲੈ ਬਾਜੀ ਜੇ ਮੈਂ ਹਸਪੀਟਲ ਜੀ ਨਿਕਲੇ ਆ ਵਾਪਸ ਫੋਨ ਆ ਗਿਆ ਕਹਿੰਦਾ ਲੱਖ ਨਹੀਂ 2 ਲੱਖ ਰੁਪਿਆ ਲੈ ਲੈ ਤੰਗ ਤਰੀਕ ਨੂੰ ਤੁਹਾਨੂੰ 2 ਲੱਖ ਰੁਪਿਆ 골ਡੀ ਸਾਹਨੇ ਵਾਲਿਆਂ ਨੇ ਹਾਂ ਪੇਜਦਾ ਪੇਜਦਾ ਦੀਆ ਮੈਨੂੰ ਜਾ ਕੇ ਮੈਂ ਕਿਸੇ ਇਲਾਜ ਵਾਸਤੇ ਇਲਾਜ ਵਾਸਤੇ ਬਾਜੀ ਫਿਰ ਉਹ ਜੱਤਾਂ ਨਹੀਂ ਕੋਈ ਹੈਲਪ ਪਾਈ ਉਹ ਕੱਲੇ ਗੋਲਦੀ ਬਾਜੀ ਨੇ ਹਾਂ ਗੋਲਦੀ ਬਾਜੀ ਨੇ ਕੀਤੀ ਆ ਜਾਣਦੀ ਮਿਲ ਕੇ ਬਹੁਤ ਗਏ ਸਭ ਨੇ ਪਿੰਡ ਦੇ ਬੰਦਿਆਂ ਨੇ ਦਿੱਤੀ ਹੈਲਪ ਇਹ ਗੱਲ ਨਹੀਂ ਜਿਹੜਾ ਜੋਗ ਜਾਨਦੀ ਸਾਰੇ ਆਏ ਪਤਾ ਸੁਤਾ ਲਿਆ ਸਭ ਨੇ ਹਾਂ ਪਤਾ ਲਿਆ ਵੀ ਉਦਾਂ ਜਾਣਦੀ ਵੀ ਮੈਂ ਕਹਾ ਵੀ ਕਿਸੇ ਨੇ ਮੈਨੂੰ ਜਿਵੇਂ ਦਿੱਤੀ ਹੈਲਪ ਵਿੱਚੋਂ ਪਿੰਡ ਦੇ 5-4 ਬੰਦੇ ਨੇ ਪਿੰਡੂ ਵੀ ਹੈਲਪ ਹੋਇਆ ਹਾਂ ਮੰਨ ਲਓ ਵੀ ਕੋਈ ਹਜ਼ਾਰ ਦੇ ਆਇਆ 500 ਦੇ ਆਇਆ ਇਹ ਦਾਨ ਜਿਹੜਾ ਇੱਕ ਜਿੰਨਾਂ ਕਿ ਜਦੋਂ ਸਰਿਆ ਕੀਤੀ ਜਣਾਂ ਦੀ ਜਣਾਂ ਦੀ ਉੱਥੇ ਵੀ ਅਗਲਾ ਹਰੇਕ ਸੋਚਿਆ ਵੀ ਅਗਲਾ ਤਾਂ ਪਹਿਲਾਂ ਹੀ ਦੁਖੀ ਆ ਜਾਂ ਕਿ ਹੋਰ ਕਿਉਂ ਦੁਖੀ ਕਰਦੇ ਆ ਹੋਰ ਬਾਹਰੋਂ ਨਹੀਂ ਕੋਈ ਹੈਲਪ ਆਈ ਗੋਲਟੀ ਜੇ ਤੋਂ ਮੇਰਾ ਜਦ ਤੋਂ ਯਾਰ ਦੀ ਹਸਪੀਟਲ ਦੇ ਵਿੱਚ ਗੋਲਟੀ ਭਾਜੀ ਦੀ ਹੈਲਪ ਆਈ ਆ ਫਿਰ ਜਦੋਂ ਲੱਤ ਕੱਟੀ ਫਿਰ ਉਸ ਤੋਂ ਕੱਟਣ ਤੋਂ ਬਾਈ 22 ਤਰੀਕ ਨੂੰ ਸਾਨੂੰ ਛੁੱਟੀ ਮਿਲਦੀ ਆ ਸ਼ਾਮ ਨੂੰ ਘਰੇ ਆ ਗਏ ਉਸ ਤੋਂ ਬਾਅਦ ਪੈਸੇ ਆਏ ਨੇ ਆਪਣਾ ਲਾਲੀ ਬਾਈ ਬੜਾਚੀਆਂ ਵਾਲਾ ਤੇ ਸਰ ਵੀ ਤਰੀਕੇ ਵਾਲਾ ਉਹ 2.5 ਲੱਖ ਰੁਪਇਆ ਬਾਈ ਆਪਣੇ ਘਰੇ ਦੇ ਕੇ ਗਏ ਤੇਜੀ ਆ ਬੈਠਕ ਚ ਪਿਆਦੀਗਾ ਘਰੇ ਦੇ ਕੇ ਗਏ ਤੇ ਇੱਥੇ ਹੀ ਰਿਹਾ ਤੇਜੀ ਛੱਟ ਲੱਗਣ ਤੋਂ ਬਾਅਦ ਸਾਡਾ ਇੱਥੇ ਹੀ ਰਿਹਾ ਹਾਂ ਇੱਥੇ ਹੀ ਰਿਹਾ ਜਦੋਂ 15 20 ਡਾਕਟਰ ਨੇ ਕਿਹਾ ਕਿ ਲਤ ਕੱਟਣੀ ਪੈਣੀ ਆ ਤਾਂ ਉਦੋਂ ਤੇਜੀ ਨੂੰ ਕਿਦਾਂ ਲੱਗਾ ਤੁਹਾਡੇ ਨਾਲ ਕੋਈ ਗੱਲ ਸਾਂਝੀ ਕੀਤੀ ਵੀ ਕੀ ਨਹੀਂ ਬਾਈ ਮੈਂ ਕੁਝ ਨਹੀਂ ਦੀਗਾ ਮੈਂ ਵੀ ਇੱਕ ਵਾਰੀ ਉਹਨੂੰ ਕਿਹਾ ਹਜੇ ਉਹ ਕਹਿੰਦਾ ਵੀ ਹੁਣ ਜਿਹੜਾ ਕੁਝ ਹੋ ਗਿਆ ਉਹ ਹਜੇ ਮੈਨੂੰ ਸਮਝਾਉਂਦਾ ਦੀ ਮੇਰਾ ਦਿਲ ਟੁੱਟ ਜਾਂਦਾ ਤੇਰਾ ਦਿਲ ਟੁੱਟ ਗਿਆ ਉਹਦਾ ਹੀ ਟੁੱਟਿਆ ਉਹਦਾ ਬਾਈ ਉਹ ਕਹਿੰਦੀ ਇੱਕੋ ਹੀ ਗੱਲ ਜਾਣਦੀ ਦੇਹਂਦੇ ਜੀ ਵੀ ਜਗਦੀਪ ਵੀ ਮੈਨੂੰ ਹੈਲਪ ਕਰਨ ਵਾਲੇ ਮੇਰੇ ਬੰਦੇ ਬਹੁਤ ਬੈਠੇ ਅੱਛਾ ਵੀ ਮੇਰੀ ਇੰਨੀ ਕ ਹੈਲਪ ਹੋ ਜੂਗੀ ਵੀ ਮੈਨੂੰ ਲੋਕ ਭਲਾ ਦੇਣਗੇ ਵੀ ਤੇਜੀ ਤੇਰੀ ਲੱਤ ਕੱਟੀ ਹੋਈ ਆ ਅੱਛਾ ਬਾਈ ਭਲਾਇਆ ਵੀ ਆ ਲੋਕਾਂ ਨੇ ਮੈਂ ਨਹੀਂ ਇਹ ਕਹਿੰਦਾ ਭਲਾਇਆ ਚਲੋ ਇੱਕ ਰੇ ਰਹਾ ਮੀਨਾਖੰਡ ਇੱਥੇ ਆਪਣੇ ਤੁਹਾਨੂੰ ਦੱਸਿਆ ਵੀ ਆਪਣੇ ਲਾਲੀ ਬਾਈ ਕਦੇ ਡੋਲਿਆ ਹੋਊ ਵੀ ਮੇਰੀ ਲੱਤ ਕੱਟ ਗਈ ਨਹੀਂ ਭਾਈ ਉਹਦਾ ਨਹੀਂ ਡੋਲਿਆ ਉਦੋਂ ਬਾਅਦ ਤਾਂ ਨਹੀਂ ਪਰ ਰੋ ਪੈਂਦਾ ਪਰਿਵਾਰ ਦਾ ਰੋ ਪੈਂਦਾ ਦੀ ਰੋਂਦਾ ਪਰਿਵਾਰ ਦਾ ਕੀ ਰੈਐਕਸ਼ਨ ਸੀ ਜਦੋਂ ਉਹਦੀ ਗੱਲ ਉਹਦਾ ਤਾਂ ਭਾਈ ਪੁੱਛਣਾ ਬੁਰਾ ਹਾਲ ਬੁਰਾ ਹਾਲ ਇਹ ਬੰਨ ਘਰ ਚ ਜਾਣ ਦੀ ਵੀ ਸੋਗ ਪਿਆ ਪਿਆ ਸੋਗ ਪੈ ਗਿਆ ਬੁਰਾ ਹਾਲ ਦੀ ਸਭ ਦਾ ਵੀ ਸਾਲਾ ਸਾਨੂੰ ਆਸਾਂ ਹੀ ਭਾਈ ਉਹ ਤੇ ਦਿੱਤੀ ਕਿਉਂਕਿ ਇੱਕ ਗੱਬਰ ਦੀ ਐਡੀ ਗੁੱਡੀ ਚੜੀ ਹੋਈ ਲਗਾਤਾਰ ਟੌਪ ਖੇਡ ਰਿਹਾ ਸਾਰੇ ਬਾਰ ਬਾਰ ਬਾਹਰਲੇ ਕੰਟਰੀ ਚ ਕੈਨੇਡਾ ਇੰਗਲੈਂਡ ਖੇਡ ਰਿਹਾ ਤੇ ਉਹ ਸਮੇਂ ਦੇ ਵਿੱਚ ਇੱਕਦਮ ਯੋ ਪਲੇਅਰ ਇੱਕਦਮ ਥੱਲੇ ਆਉਣਾ ਕਿਉਂ ਸਭ ਤੋਂ ਪਾ ਵੀ ਰੁਕੇ ਹੀ ਗਿਆ ਬਸ ਉਹਦੀ ਖੇੜੇ ਖਤਮ ਹੋ ਗਏ ਖਤਮ ਹੋ ਗਿਆ ਦੀ ਹੈ ਜਾਰਾ ਕੁਝ ਫਿਰ ਬਹੁਤ ਵੱਡਾ ਘਾਟਾ ਹਾਂ ਲਾਲੀ ਹੋਣੀ ਬਾਈ ਪੈਸੇ ਦੇ ਗਏ 2.5 ਲੱਖ ਰੁਪਈਆ ਤੇ ਉਸ ਤੋਂ ਬਾਅਦ ਫਿਰ ਪਤਾ ਲੱਗ ਗਿਆ ਸਾਰੇ ਰੋਲਾ ਪੈ ਗਿਆ 15 ਅਗਸਤ ਟੂਰਨਾਮੈਂਟ ਦੇ ਵਿੱਚ ਦੀ 15 ਅਗਸਤ ਟੂਰਨਾਮੈਂਟ ਤੇ ਵੀ ਕਲੈਕਸ਼ਨ ਹੋਈ ਬਾਈ 1700 ਰੁਪਇਆ ਕੱਟਾ ਤੇਜੀ ਵਾਸਤੇ ਤੇਜੀ ਵਾਸਤੇ ਉਹ ਤੇਜੀ ਨੂੰ ਘਰ ਆਏ ਦਿੱਤਾ ਗਿਆ ਸੀਰਾ ਬਾਈ ਨੇ ਕਰਵਾਈ ਤੀਜੀ ਅੱਛਾ ਯਾਰ ਗੜੀਆਲੇ ਸੀਰੇ ਨੇ ਹੋਰ ਵੱਡੀ ਹੈਲਪ ਕਿੱਥੋਂ ਆਈ ਵੱਡੀ ਹੈਲਪ ਬਾਈ ਬਿੱਟੂ ਦਗਾਰ ਨੇ ਕਰਾਈਦੀ ਅਸੀਂ ਪੱਟੀ ਕਰਾਉਣ ਜਾਂਦੇ ਸੀ ਤੇਜੀ ਫੋਨ ਕਰੇ ਭੁੱਲ ਗਿਆ ਦੀਗਾ ਹੂੰ ਉਹ ਅਸੀਂ ਪੱਟੀ ਕਰਾ ਕੇ ਵਾਪਸ ਆ ਗਏ ਤਾਂ ਸਾਡੇ ਨੂੰ ਪਤਾ ਲੱਗ ਗਿਆ ਵੀ ਬਿੱਟੂ ਕਰਨ ਕਮਾਨ ਮਨਜੀਤ ਸਿਉੜਾ ਕਾਫੀ ਬੰਦੇ ਆਏ ਥੀ ਕਿ ਪਰ ਉਸ ਤੋਂ ਫਿਰ ਵਾਈਫ ਤੇਜੀ ਦੀ ਆਪਣੇ ਘਰ ਲੈ ਗਈ ਥੀ ਹੂੰ ਤੇਜੀ ਨੂੰ ਚਲੋ ਮੰਨ ਲਓ ਸਾਡੇ ਤੇ ਬੋਝ ਨਹੀਂ ਦੀ ਬਣਨਾ ਚਾਹੁੰਦੀ ਬਣਾਉਣਾ ਚਾਹੁੰਦੀ ਤੇਜੀ ਨੂੰ ਜੋ ਕੁਝ ਵੀ ਲਾ ਲੋ ਤੁਸੀਂ ਆਪ ਦਾ ਉਹ ਨਹੀਂ ਸੀ ਚਾਹੁੰਦੀ ਵੀ ਮੈਂ ਆਪਣੇ ਹਸਬੰਡ ਦੀ ਹੈਲਪ ਦੇਖਭਾਲ ਮੈਂ ਖੁਦ ਕਰਾਂ ਉਹ ਉਹਦੀ ਇੱਛਾ ଥିਗੀ ਚਲੋ ਮੈਂ ਉਹਨੂੰ ਇਹ ਗੱਲ ਕਹਿ ਦਿੱਤੀ ਕਿ ਵੀ ਮਹਾਤੇਜੀ ਮੈਨੂੰ ਵੀ ਪਤਾ ਸੀ ਵੀ ਮਦਦ ਹੋਣੀ ਆ ਸਾਡੀ ਗੱਲ ਹੋਈ ਦੋਨਾਂ ਦੀ ਮੈਨੂੰ ਇਹ ਤੇਜੀ ਨੇ ਕਿਹਾ ਕਹਿੰਦਾ ਯਾਰ ਆਪਾਂ ਕਿਸੇ ਨੂੰ ਦੱਸਣਾ ਨਹੀਂ ਹੈਗਾ ਵੀ ਮੈਨੂੰ ਪੈਸੇ ਮਿਲਣੇ ਨੇ ਵੀ ਘਰੇ ਨਹੀਂ ਦੱਸਣਾ ਵੀ ਪੈਸਾ ਬਹੁਤ ਖਰਾਬ ਕਰ ਦਿੰਦਾ ਹੁੰਦਾ ਹੁੰਦਾ ਉਹ ਚਲੋ ਫੋਨ ਘਰੇ ਭੁੱਲਣ ਦੇ ਵਜਾ ਨਾ ਘਰੇ ਪਤਾ ਲੱਗ ਗਿਆ ਉਹਦੀ ਵਾਈਫ ਨੂੰ ਪਤਾ ਲੱਗ ਗਿਆ ਸਾਡੇ ਆਉਂਦੇ ਨੂੰ ਕਹਿਤਾ ਵੀ ਜਦ ਅਸੀਂ ਪੱਟੀ ਕਰਾਉਣਾ ਤੇਜੀ ਨੇ ਇੱਕੋ ਹੀ ਗੱਲ ਕਹੀ ਵੀ ਆਪਾਂ ਨੇ ਆਪਦੇ ਘਰੇ ਜਾਣਾ ਅੱਛਾ ਮੈਂ ਵੀ ਸਮਝ ਗਿਆ ਦੀਗਾ ਮੈਂ ਵੀ ਜਾਓ ਵੀ ਕੋਈ ਨਹੀਂ ਤੇਜੀ ਮਾ ਵੀ ਤੇਜੀ ਇਹ ਫਰਕ ਨਾ ਸਮਝੀ ਮਾ ਪਰ ਤੂੰ ਇੱਥੇ ਰਹਿ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਮੈਨੂੰ ਸਾਲ ਦਾ ਤੂੰ ਲੱਖ ਰੁਪਈਆ ਦੇ 50000 ਰੁਪਈਆ ਦੇ ਵੀ ਤੂੰ ਕੋਈ ਕੰਮ ਨਹੀਂ ਕਰਦਾ ਵੀ ਬਸ ਬਹਿ ਜਾ ਮੇਰੇ ਲਈ ਤੂੰ ਮੇਰੇ ਮਾ ਪਿਓ ਲਈ ਤੂੰ ਬੈਠਾ ਹੀ ਇੰਨਾ ਹੀ ਬਹੁਤ ਆ ਤੁਹਾਡੇ ਲਈ ਚਲੋ ਫਿਰ ਮਾਨੂੰ ਸਮਝਾਇਆ ਵੀ ਚਲ ਯਾਰ ਕੋਈ ਨਹੀਂ ਗਿਆ ਤਾਂ ਜਾਣੀ ਜਾਣੀ ਫਿਰ ਉਹ ਆਪਣੇ ਘਰ ਚਲ ਗਏ 12 ਲੱਖ ਰੁਪਇਆ ਬਾਈ ਜੀ ਜਦ ਇਕੱਠਾ ਆਇਆ ਉਹ ਤੁਹਾਡੇ ਕੋਲ ਰਿਹਾ ਜਾਂ ਉਹਨਾਂ ਕੋਲ ਨਹੀਂ ਬਾਈ ਅੱਡ ਤੀਗਾ ਉਹ ਤਾਂ ਫਿਰ ਉਹ ਤੇਜੀ ਕੋਲੇ ਤੇਜੀ ਕੋਲੇ ਗਿਆ ਜਾਣਦੀ 2.5 ਲੱਖ ਵੀ ਤੇਜੀ ਕੋਲ ਦੀਗਾ ਤੇ 12 ਲੱਖ ਵੀ ਤੇਜੀ ਕੋਲ ਉਹ ਵੀ ਤੇਜੀ ਕੋਲ ਜੇ ਕੋਈ ਹੋਰ ਹੈਲਪ ਆਈ ਉਹ ਤੁਹਾਡੇ ਕੋਲ ਵੀ ਉਹ ਵੀ ਤੇਜੀ ਕੋਲ ਨਹੀਂ ਬਾਈ ਦੇਖੋ ਆਪਣੀ ਇਹ ਕੰਮ ਫਿਰ ਤੋਰਿਆ ਹਨੀ ਚਹਿਲ ਨੇ ਅੱਛਾ ਆਪਣੇ ਨਵੇਂ ਪਿੰਡ ਤੋਂ ਆ ਮੁੰਡਾ ਹਨੀ ਚਹਿਲ ਹਾਂ ਉਹਨੇ ਕਿ ਹਾਂ ਵੀ ਯਾਰ ਆਪਣੇ ਏਰੀਏ ਦਾ ਮੁੰਡਾ ਵੀ ਆਪਾਂ ਹੈਲਪ ਕਰਾਈਏ ਜਦ ਪੇਜਾਂ ਦਾ ਕੰਮ ਚੱਲਿਆ ਹੀ ਚੱਲਿਆ ਸੀ ਚੱਲਿਆ ਸੀਗਾ ਤੇ ਇਹਦੀ ਬੜੀ ਹੈਲਪ ਕੀਤੀ ਫੇਰ ਬਾਈ ਮੇਜਰ ਪਲੂਰ ਨੇ ਸਾਨੂੰ ਸੱਦਿਆ ਸਾਢੇ 3 ਲੱਖ ਰੁਪਏ ਤਾਂ ਬਾਈ ਉਹਨੇ ਪਤਾ ਨਹੀਂ ਬਾਹਰੋਂ ਕਲੈਕਸ਼ਨ ਹੋਈ ਸੀ ਜਾਂ ਉਹਨਾਂ ਨੇ ਆਪ ਦੇ ਕੋਲੋਂ ਦਿੱਤੇ ਸਾਨੂੰ ਜੰਗੀਆਂ ਵਾਲੇ ਗੁਰਪ੍ਰੀਤ ਦੇ ਥਰੂ ਸਾਨੂੰ ਸੱਦਿਆ ਗਿਆ ਤੀਆ ਗੁਰਪ੍ਰੀਤ ਜੰਗੀਆਂ ਦੇ ਥਰੂ ਇਹ ਕਿਉਂ ਖੇਡਿਆ ਤੇਜੀ ਖੇਡਦਾ ਰਿਹਾ ਨਾ ਗੁਰਪ੍ਰੀਤ ਜੰਗੀਆਂ ਜੰਗੀਆਂ ਖੁਦ ਵੀ ਪਲੇਅਰਾਂ ਦੀ ਹੈਲਪ ਕਰਦਾ ਵਧੀਆ ਪਲੇਅਰ ਹੈ ਹਾਂ ਉਹ ਹੈਲਪ ਕਰਦਾ ਤੇ ਉਹਦਾ ਸਨਮਾਨ ਸੀ ਉੱਥੇ ਉਹ ਟੂਰਨਾਮੈਂਟ ਦੇ ਉੱਤੇ ਤੇ ਉੱਥੇ ਢੀੜਾ ਦਵਾਇਆ ਫਿਰ ਗੁਰਪ੍ਰੀਤ ਉਹਨਾਂ ਨੇ ਅੱਛਾ 3.5 ਲੱਖ ਤਾਂ ਸਾਨੂੰ ਜਾਂਦਿਆਂ ਨੂੰ ਹੀ ਫੜਾਤਾ ਸੀ ਕਿ ਭਾਜੀ ਮੇਜਰ ਬਾਈ ਨੇ ਹਾਂ ਮੇਜਰ ਬਾਈ ਨੇ ਬਾਈ ਨੇ ਅੱਛਾ ਫਿਰ ਢੀੜਾ ਦਵਾਇਆ ਤੁਹਾਨੂੰ ਪਤਾ ਵੀ ਇਕੱਠ ਐਂਡ ਹੁੰਦਾ ਉਧਰਲੇ ਪਾਸੇ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਤੇ ਤਕਰੀਬਨ ਪੌਣੇ 2 ਲੱਖ ਰੁਪਏ ਜੈਬੀ ਉਸ ਟਾਈਮ ਮੇਰੇ ਨਾਲ ਢੀੜੇ ਤੇ ਢੀੜੇ ਤੇ ਪੌਣੇ 2 ਲੱਖ ਰੁਪਏ ਮੈਂ ਜੈਬੀ ਤੇ ਜਿੱਤਨੇ ਨਾਲ ਪਰ ਭਾਈ ਮੇਰਾ ਇੱਕ ਸੂਲ ਦੀਗਾ ਮੈਨੂੰ ਪਤਾ ਦੀ ਵੀ ਪੈਸਾ ਫਰਕ ਪਾ ਦਿੰਦਾ ਮੈਂ ਇਹਨਾਂ ਨੂੰ ਇਹ ਕਹਿੰਦੀ ਵੀ ਕਮੇਟੀ ਵਾਲਿਓ ਸਾਨੂੰ ਪਰਚੀ ਬਣਾ ਕੇ ਦੇ ਦਿਓ ਲੌਸਮੈਂਟ ਕਰ ਦਿਓ ਵੀ ਐਨੇ ਪੈਸੇ ਇਕੱਠੇ ਹੋ ਗਏ ਇਕੱਠੇ ਹੋ ਗਏ ਵੀ ਦੇਖੋ ਇਹ ਆਡਾ ਕੱਲ ਨੂੰ ਮੇਰੇ ਤੇ ਬਲੇਮ ਲੱਗਿਆ ਭਾਈ ਬਹੁਤ ਐਸੇ ਕਰਕੇ ਮੈਂ ਤੁਹਾਨੂੰ ਵੀ ਕਿਹਾ ਸੀ ਵੀ ਆਪਾਂ ਪੈਸੇ ਦੀ ਗੱਲ ਕਰ ਲਾਂਗੇ ਵੀ ਪੈਸਾ ਲੋਕਾਂ ਨੇ ਕਿਹਾ ਵੀ ਜਗਦੀਪ ਤੁਸੀਂ ਕੋਈ ਪੈਸਾ ਨਹੀਂ ਰੱਖਿਆ ਨਹੀਂ ਭਾਈ ਮੈਂ ਹਸਪੀਟਲ 'ਚ 11,70,000 ਰੁਪਏ ਮੇਰੇ ਕੋਲੋਂ ਲੱਗਿਆ ਤੇ ਜਿਹਦੇ ਵਿੱਚੋਂ 9 ,70 लाख 70000 ਰੁਪਿਆ ਮੇਰੇ ਕੋਲੋਂ ਲੱਗਿਆ 2 ਲੱਖ ਰੁਪਿਆ ਗੋਲਦੀ ਭਾਜੀ ਨੇ ਭੇਜੇ ਅੱਛਾ ਬਈ ਮੈਂ ਸਾਰੇਆਂ ਡੰਗਰ ਮੈਂ ਸਾਮੂ ਸਾਹ ਸਭ ਕੋ ਵੇਚਦਾ ਸੀ ਉਹਦੇ ਲਈ ਸਭ ਕੋ ਵੇਚਦਾ ਸੀ ਉਹਦੇ ਲਾਜ ਵਾਸਤੇ ਲਾਜ ਵਾਸਤੇ ਤੇ ਫਿਰ ਮੇਰੇ ਕੋ ਚੌ ਹਰੇਕ ਨੂੰ ਚੌ ਹੁੰਦਾ ਨਾ ਵੀ ਆਪਦਾ ਚੌ ਪੂਰਾ ਕਰਨਾ ਹੁੰਦਾ ਮੈਂ ਕਿਰਾਏ ਦਾ ਕੰਮ ਕਰਦਾ ਸੀ ਇਹਨੇ ਮੈਨੂੰ ਨੌ ਚ ਜੌਂੜੀਆ ਟਰੈਕਟਰ ਲੈ ਕੇ ਦਿੱਤਾ ਸੀ ਬਈ ਅੱਛਾ ਤੇਜੀ ਨੇ ਗਾਹਾਂ ਜੌਂੜੀਆ ਵਾਲੇ ਵੀ ਇੰਨੇ ਚੰਗੇ ਉਹ ਕਹਿੰਦੇ ਯਾਰ ਕਿਸ਼ਤ ਕਰ ਲਓ ਤੁਸੀਂ ਜਾਂ ਬਾਹਰੋਂ ਬੂਰੋਂ ਆਇਆ ਕਰਾਂਗੇ ਦੇ ਦਿਆ ਕਰਿਓ ਦੇ ਦਿਆ ਕਰਨੇਗੇ ਉਹ ਟਰੈਕਟਰ ਵੀ ਮੇਰੇ ਨਾਂ ਕਰਵਾ ਦੇ ਦੀ ਜੀ ਨੇ ਅੱਛਾ ਹਾਂ ਪਹਿਲਾ ਟਰੈਕਟਰ 735 ਦੀ ਸਾਡੇ ਕੋ ਤੇ ਫਿਰ ਬਾਈ ਮੈਂ ਜਾਂ ਲਾਜ ਬੜੇ ਘਰ ਦੇ ਹਾਲਾਤ ਤੈਨੂੰ ਪਤਾ ਖਰਾਬ ਹੋਗੇ ਤੇ ਮੈਂ ਉਹ ਟਰੈਕਟਰ ਵੀ ਵੇਚਣਾ ਪੈ ਮੈਂ ਟਰੈਕਟਰ ਵੀ ਵੇਚਤਾ ਦੀ ਬਾਈ ਇਹਦੇ ਵਿੱਚੋਂ ਥੋੜੇ ਜਿਹੇ ਪੈਸੇ ਮੇਰੇ ਰੱਖ ਲੈ ਦੀ ਮੈਂ ਫੂੜ ਘਰ ਦਾ ਕੰਮ ਸੀ ਜ਼ਮੀਨ ਠੇਕੇ ਤੇ ਲਈ ਹੋਈ ਦੀ ਥੋੜੀ ਮੋਟੀ ਲੈ ਲੈਂਦੇ ਦੀਗੇ ਫਿਰ ਉਹਦੇ ਖਾਤਰ ਟਰੈਕਟਰ ਚਾਹੀਦਾ ਦੀ ਕੋਸ ਪੈਸੇ ਲੱਖ ਰੁਪਈਏ ਦੇ ਮੈਂ ਟਰੈਕਟਰ ਲੈ ਲਿਆ ਦੀ ਛੋਟਾ ਲੈ ਲਿਆ ਉਹ ਵਿੱਚ ਉਹ ਵੇਚ ਕੇ ਉਹਦੇ ਪੈਸੇ ਤੁਸੀਂ ਤੇਜੀ ਦੀ ਇਲਾਸ ਉਹ ਜੋ ਮਹਿਲ ਫੜੇ ਹੋਏ ਦੀ ਲੋਕਾਂ ਤੋਂ ਉਹ ਮੈਂ ਦੇਣੇ ਦੀ ਕੋ ਉਹ ਤਾਰੇ हां ਮੈਂ ਉਹ ਦਿੱਤੇ ਪਰ ਜਿਵੇਂ ਲੋਕ ਕਹਿੰਦੇ ਨੇ ਮੈਨੂੰ ਵਿਦਾਊਟ ਨੰਬਰ ਤੋਂ ਫੋਨ ਪਹਿਲਾਂ ਬਹੁਤ ਗਾਲਾਂ ਕੱਢੀਆਂ ਨੇ ਲੋਕਾਂ ਨੇ ਮੈਨੂੰ ਵੀ ਦੂ ਆਪਦੇ ਭਾਈ ਨੂੰ ਖਾ ਗਿਆ ਪਰ ਜੇ ਮੈਨੂੰ ਮੌਕਾ ਮਿਲਿਆ ਭਾਈ ਬਹੁਤ ਟਾਈਮ ਬਾਅਦ ਮੌਕਾ ਮਿਲਿਆ ਚਲੋ ਤੁਸੀਂ ਆਇਓ ਮੈਂ ਤੁਹਾਡਾ ਰਿਣੀ ਐ ਇਹ ਗੱਲ ਦਾ ਵੀ ਮੇਰੀ ਵੀ ਲੋਕਾਂ ਮੂਰੇ ਸੰਤੋਸ਼ਟੀ ਰੱਖੀ ਗਈ ਆ ਵੀ ਜੋ ਮੇਰੇ ਤੇ ਬਲੇਮ ਲੱਗਦਾ ਤੀਗਾ ਰੁਪਈਆ ਬਾਈ ਮੈਕਸਿਮਮ 30 ਲੱਖ ਰੁਪਈਆ ਤਾਂ ਮੋਟਾ-ਮੋਟਾ ਆ ਗਿਆ ਸੀ ਆ ਗਿਆ ਜਿਹੜਾ ਬਾਹਰ ਹੀ ਆਇਆ ਕੈਨੇਡਾ ਤੋਂ ਦਾ ਮੇਜਰ ਬਲੂਰ ਨੇ ਦਿੱਤਾ 17 ਲੱਖ ਰੁਪਈਆ ਤਾਂ ਉਦਣ ਹੀ ਹੋ ਗਿਆ ਤੇ 1.5 ਲੱਖ ਲਾ ਲਓ 3.5 ਲੱਖ 17 12 ਲੱਖ 골ਡ ਜਦੋਂ ਤੁਸੀਂ ਆਉਂਦੇ ਸੀ ਹਾਂਜੀ ਜਾ ਕਿਤੇ ਟੂਰਨਾਮੈਂਟ ਦੇ ਜਾਂਦੇ ਜੇ ਕਮੇਟੀ ਬੁਲਾਉਂਦੀ ਸੀ ਤੁਹਾਨੂੰ ਸਾਡਾ ਸਨਮਾਨ ਕਰਦੀ ਸੀ ਘੇੜਾ ਲੱਗਦਾ ਸੀ ਉਹ ਜਿਹੜਾ ਪੈਸਾ ਹੁੰਦਾ ਸੀ ਉਹ ਤੁਸੀਂ ਆਪਣੇ ਕੋਲੇ ਰੱਖਦੇ ਸੀ ਜਾਂ ਉਹ ਫਿਰ ਤੇਜ਼ੀ ਨਾਲ ਘਰੇ ਲੈ ਕੇ ਜਾਂਦਾ ਸੀ ਮੈਨੂੰ ਪਤਾ ਲੱਗ ਗਿਆ ਦੀ ਇਹ ਚੀਜ਼ ਦਾ ਵੀ ਫਰਕ ਪੈ ਸਕਦਾ ਹੈ ਇਹ ਚੀਜ਼ ਦਾ ਅੱਛਾ ਵੀ ਉਹਦੀ ਵਾਈਫ ਦੇ ਮਨ ਚ ਨਾ ਜਾਵੇ ਤੇਜੀ ਦੇ ਮਨ ਚ ਨਾ ਜਾਵੇ ਹਨੀ ਚੈਲ ਹੁੰਦਾ ਸੀ ਅੰਮ੍ਰਿਤ ਬੱਸੀਆਂ ਵਾਲਾ ਇੱਕ ਮੁੰਡਾ ਢੇਸੀ ਹੁੰਦਾ ਦੀ ਆ ਮੈਂ ਪਿੰਡ ਦਾ ਨਾਮ ਨਹੀਂ ਜਾਣਦਾ ਗੁਰਪ੍ਰੀਤ ਦੇ ਪਿੰਡ ਦੇ ਨਾਲ ਆ ਜਿਹੜਾ ਆਪਣਾ ਰੀਡਰ ਗੁਰਪ੍ਰੀਤ ਆ ਅ ਬੁਰਜਾ ਵਾਲਾ ਉਹਦੇ ਪਿੰਡ ਦੇ ਨਾਲ ਆ ਢੇਸੀ ਢੇਸੀ ਆ ਮੁੰਡੇ ਦਾ ਨਾਮ ਉਹ ਬਾਹਰ ਚਲੇ ਗਏ ਅੱਛਾ ਉਹ ਬੰਦੇ ਜਾਂਦੀ ਹਰ ਟਾਈਮ ਮੇਰੇ ਨਾਲ ਹੁੰਦੇ ਸੀ ਅੱਛਾ ਉਹਨਾਂ ਨੇ ਮੈਂ ਕਦੇ ਪੈਸੇ ਨੂੰ ਬਾਜੀ ਹੱਥ ਨਹੀਂ ਲਾਇਆ ਮੈਂ ਜ਼ਰੂਰ ਗੱਡੀ 'ਚ ਲੈ ਕੇ ਜਾਂਦਾ ਦੀਗਾ ਅਸੀਂ ਇਕੱਠੇ ਹੋ ਕੇ ਜਾਂਦੇ ਦੀਗੇ ਜਾਂਦੇ ਇਕੱਠੇ ਸੀ ਤੇ ਪੈਸਾ ਉਹ ਆਪਣੇ ਘਰੇ ਲੈ ਕੇ ਜਾਂਦਾ ਸੀ ਤੇਜੀ ਤੇਜੀ ਆਪਣੇ ਘਰੇ ਲਾ ਕੇ ਆਉਂਦਾ ਦੀਗਾ ਜੈਬੀ ਹੁੰਦਾ ਦੀ ਕਦੇ ਸਾਡੇ ਨਾਲ ਤੇ ਪਿੰਡੋਂ ਕਦੇ ਪੀਤਾ ਹੁੰਦਾ ਦੀਗਾ ਕੋਈ ਨਾ ਕੋਈ ਮੇਰੇ ਨਾਲ ਹੁੰਦਾ ਦੀਗਾ ਇਹ ਨਹੀਂ ਦੀਗਾ ਵੀ ਮੈਂ ਚਾਹਤਾਂ ਨਹੀਂ ਹੋਣੀ ਹੁੰਦੀ ਦੀ ਬਾਈ ਪਰਚੀ ਬਣ ਜਾਂਦੀ ਦੀ ਕਿ ਲੋਕ ਬਣਾ ਕੇ ਦੇ ਦਿੰਦੇ ਸੀ ਅਸੀਂ ਲੋਸਮੈਂਟ ਕਰਾਉਂਦੀ ਸੀ ਬੀ ਐਨੀ ਮਦਦ ਹੋਈ ਆ ਕੁੱਲ ਮਿਲਾ ਕੇ ਜਿਹੜੀ ਉਹ ਪੈਸਾ ਸੀ ਉਹ ਤੁਹਾਡੇ ਕੋਲ ਇੱਕ ਵੀ ਰੁਪਇਆ ਤੁਹਾਡੇ ਕੋਲ ਨਹੀਂ ਸੀ ਬਾਈ ਮੈਂ ਜਿੰਨੇ ਐਕਸੀਡੈਂਟ ਤੋਂ ਬਾਅਦ ਪੈਸੇ ਆਏ ਨੇ ਉਹ ਤੇਜੀ ਕੋਲ ਗਏ ਆ ਆਪਾਂ ਨੂੰ ਕਿਤੇ ਵੀ ਮਰਜ਼ੀ ਪੁੱਛ ਲਵੇ ਜਵਾਨੀ ਜਾਦ ਨੇ ਕਿੱਥੋਂ ਸੰਦੀਪ ਨੰਗਲੰਬੀਆਂ ਦਾ ਪਾ ਧੰਨਵਾਦ ਕਰਦੇ ਆ ਉਹਨੇ ਆਨੰਦਪੁਰ ਸਾਹਿਬ ਚੈਂਪੀਅਨਸ਼ਿਪ ਤੇ ਐਲਾਨ ਕਰਤਾ ਦੀਗਾ ਵੀ ਆਏ ਸਾਲ ਤੇ ਜੀ ਨੂੰ ਲੱਖ ਰੁਪਇਆ ਦਿਆ ਕਰਾਂਗੇ ਸੰਦੀਪ ਨੰਗਲੰਬੀਆਂ ਨੰਗਲੰਬੀਆਂ ਨੇ ਟੋਨੀ ਬਾਜੀ ਨੇ ਵੀ ਸਨਮਾਨ ਕੀਤਾ ਟੂਰਨਾਮੈਂਟ ਤੇ ਕਾਲ ਕਾਲੇ ਤੇ ਤੇ ਇੱਕ ਆਪਣੇ ਚਮਕੀਲਾ ਚਮਕੀਲਾ ਅਸਟਰੀਆ ਅਸਟਰੀਆ ਚਮਕੀਲਾ ਸੀ ਬਾਈ ਉਹਨੇ ਟੂ ਪੈਂਡ ਟੂਰਨਾਮੈਂਟ ਸੱਦ ਕੇ 2.5 ਲੱਖ ਰੁਪਇਆ ਤਾਂ ਉਹਨੇ ਕੈਸ਼ ਕੀਤਾ ਚਮਕੀਲੇ ਬਾਜੀ ਨੇ ਹਾਂ ਉਹ ਉਸ ਟਾਈਮ ਆਇਆ ਹੋਇਆ ଥିਗਾ ਅੱਛਾ ਉਸ ਟਾਈਮ ਆਇਆ ਹੋਇਆ ଥିਗਾ ਮੰਗੀ-ਮੁੰਗੀ ਹੋਣੀ ਉੱਥੇ ਇਹਨੂੰ ਰਾਣਾ ਵਾਂਝਰ ਨੂੰ ਵੀ ਮਿਲਣ ਦੇ ਅੱਛਾ ਤੇ ਫੋਟੋ ਵੀ ਹੋਈ ਆ ਤੇਜੀ ਨਾਲ ਠੀਕ ਹੈ ਤੇ ਬੈਠੇ ਦੀ ਇਕੱਠੇ ਉੱਥੇ 2.5 ਲੱਖ ਰੁਪਇਆ ਉਹਨੇ ਲੱਗ ਦਿੱਤਾ ਗੀੜਾ ਲੱਗ ਦਵਾਇਆ ਉੱਥੇ ਵੀ ਮੈਕਸਿਮਮ ਲੱਖ ਰੁਪਇਆ ਉਤੋਂ ਇਕੱਠਾ ਹੋ ਗਿਆ ਸੀ 2 ਲੱਖ ਰੁਪਇਆ ਲੈਦਾ ਦਿੱਤਾ ਸੀ ਉਹ ਵੀ ਸਣੀ ਹਣੀ ਮੇਰੇ ਨਾਲ ਹੁੰਦੇ ਸੀ ਕੇ ਜਾਂ ਅੰਬਰਤ ਹੁੰਦਾ ਸੀ ਜਾਂ ਟੇਸੀ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਬੰਦਾ ਮੇਰੇ ਨਾਲ ਪੱਕਾ ਹੁੰਦਾ ਦੀਗਾ ਕਿਉਂ ਬਈ ਰਿਸਪੈਕਟ ਕਰਦੇ ਫੇਰ ਬਈ ਸਾਨੂੰ ਸੱਦਿਆ ਸੁਰਖਪੁਰੀਏ ਜਾਦੇ ਉਹਨਾਂ ਨੇ ਦਿੱਲੇ ਉਹਨਾਂ ਨੇ ਇਹਨਾਂ ਨੇ ਲੱਖ ਰੁਪਏ ਨਾਲ ਤਾਂ ਵੈਸੀ ਹੀ ਸਨਮਾਨ ਕੀਤਾ ਤੇ ਜੀ ਨੂੰ ਤੇ ਲੱਖ ਰੁਪਇਆ ਬਈ ਉੱਤੋਂ ਇਕੱਠਾ ਹੋ ਗਿਆ ਸੀ ਬਸ ਜਾਣੀ ਲੋਕਾਂ ਨੇ ਡੋਲਰ ਨਹੀਂ ਦਿੱਤਾ ਕਬੱਡੀ ਨੇ ਡੋਲਰ ਨਹੀਂ ਦਿੱਤਾ ਪਲੇਅਰਾਂ ਨੇ ਪ੍ਰਮੋਟਰਾਂ ਨੇ ਬਹੁਤ ਸਾਥ ਦਿੱਤਾ ਬਹੁਤ ਬਹੁਤ ਸਾਥ ਦਿੱਤਾ ਪੱਪੀ ਖੈਰਾ ਹੋ ਗਿਆ ਬਾਈ ਕਾਲਖ ਦੇ ਵਿੱਚੋਂ ਪੱਪੀ ਖੈਰੇ ਨੇ ਕਿਉਂ ਮੈਂ ਚੈਟ ਦੇਖੀ ਆ ਤੇ ਜੀ ਲੋੜਾ ਅਕਾਊਂਟ ਭੇਜ ਦੇ ਬੱਸ ਇੱਕ ਬਾਈ ਆਪਣਾ ਜੀਤ ਢਾਲੀ ਵਾਲਾ ਮੁੰਡਾ ਕਬੂਤਰ ਬਾਜ਼ ਆ ਮੁੰਡਾ ਪਰ ਕੌਡੀ ਨੂੰ ਬਹੁਤ ਕਬੂਤਰ ਬਾਜ਼ੀ ਨੂੰ ਬੱਚਿਆਂ ਮੋਛਿਆਂ ਦਾ ਵੀ ਸਕੀਨ ਆ ਉਹਨੇ ਬਹੁਤ ਹੈਲਪ ਕੀਤੀ ਉਹਨੇ ਵੀ ਹੈਲਪ ਕੀਤੀ ਬਹੁਤ ਹੈਲਪ ਕੀਤੀ ਆ ਕਮੈਂਟ ਚੈਟ ਦੇਖ हां भाई कनाडा ਮੈਨੇ ਦਾ ਸ਼ਾਇਦ ਜਾਂ ਕੈਨੇਡਾ ਉਹ ਮੈਂ ਕਦੇ ਪੁੱਛਿਆ ਨਹੀਂ ਗਾ ਗੱਲ ਹੋ ਜਾਂਦੀ ਆ ਡੇਲੀ ਗੁੱਡ ਮਾਰਨਿੰਗ ਹੁੰਦੀ ਆ ਉਹਦੇ ਨਾਲ ਜੀ ਢਾਲੀ ਵਾਲਾ हां ਜੀ ਢਾਲੀ ਵਾਲਾ ਉਹਨੇ ਬਹੁਤ ਹੈਲਪ ਕੀਤੀ ਹਾਂ ਬਹੁਤ ਉਹਨੇ ਕਦੇ ਵੀ ਲੋੜ ਪਈ ਉਹ ਮੈਂ ਉਹਨਾਂ ਨੂੰ ਇੱਕ ਵਾਰੀ ਉਹ ਮਿਲਿਆ ਫੱਲੇ ਵਾਲ ਟੂਰਨਾਮੈਂਟ ਤੇ ਤੇਜੀ ਦਾ ਸਨਮਾਨ ਦਿੱਤਾ ਅੱਛਾ ਉਹਨੇ ਤੇ ਜਗਦੀਪ ਫਿਰ ਜਦੋਂ ਅਲੱਗ ਸੀ ਉਹ ਅਲੱਗ ਹੀ ਰਹਿੰਦੇ ਰਹੇ ਫਿਰ ਹਾਂ ਭਾਈ ਲੱਗੇ ਰਹਿੰਦੇ ਆਉਂਦਾ ਜਾਂਦਾ ਸੀ ਇੱਧਰ ਜਨਰੇਟਰ ਦੀ ਤਾਰ ਇੱਧਰੋਂ ਪਾਈ ਹੋਈ ਸੀ ਕੋਲੋਂ ਜੀ ਰਹਿੰਦੇ ਨੇੜੇ ਹਾਂ ਨੇੜੇ ਹੀ ਆ ਬਸ ਇੱਥੋਂ ਤੋਂ ਲਾਈਟ ਇੱਥੋਂ ਹੀ ਜਾਂਦੀ ਸੀ ਜਾਨੀ ਹਾਂ ਜਿਹੜੀ ਜਨਰੇਟਰ ਦੀ ਜਨਰੇਟਰ ਵਾਲੀ ਹਾਂ ਜਨਰੇਟਰ ਦੀ ਲਾਈਟ ਇੱਥੋਂ ਜਾਂਦੀ ਸੀ ਤੁਹਾਡਾ ਦੋਹਾਂ ਭਰਾਵਾਂ ਦਾ ਪਿਆਰ ਪੂਰਾ ਸੀ ਪੂਰਾ ਪਿਆਰ ਦੀ ਬਾਜੀ ਕੋਈ ਚੱਕਰ ਨਹੀਂ ਸੀ ਨਹੀਂ ਜਮੇ ਨਹੀਂ ਸੀ ਕੋਈ ਚੱਕਰ ਵੀ ਕਹਿਣ ਨੂੰ ਲੋਕ ਉਸ ਕਹੀ ਜਾਣਾ ਤੇ ਸਾਹਮਣੇ ਮੇਰੇ ਲਈ ਉਹਦੇ ਲਈ ਘਰ ਵਾਲੀ ਦੇ ਸਾਹਮਣੇ ਬਈ ਝੂਠ ਨਹੀਂ ਬੋਲਣਾ ਹੈਗਾ ਥੋੜਾ ਜਿਆ ਕਿਰਸਾ ਜਾਂਦਾ ਦੀਆ ਜਿਵੇਂ ਮੰਨ ਲਓ ਵੀ ਕੋਈ ਉਹਨੂੰ ਡਰਾਬਾ ਦਿੱਤਾ ਹੋਵੇ ਬਾਤੋ ਗੱਲਾਂ ਸਾਹਮਣੇ ਆਈਆਂ ਨੇ ਪਰ ਚਲੋ ਕਰਦੇ ਵਧੀਆ ਨਹੀਂ ਲੱਗਦੇ ਵੀ ਠਿਕਾਇਆ ਜਾਂਦਾ ਦੀਗਾ ਵੀ ਜਗਦੀਪਰੇ ਸਾਰੇ ਪਰਿਵਾਰ ਨੂੰ ਫਸਾ ਦੂੰ ਇਦਾਂ ਕਰਦੇ ਉਹਦੀ ਮੌਤ ਦਾ ਕੀ ਕਰਨਾ ਹੋਇਆ ਮੌਤ ਦਾ ਆਪਾ ਜੀ ਉਹ ਜਦ 17 ਚ ਉਹਦੀ 22 5 2017 ਨੂੰ ਡੈਥ ਹੋਈ ਆ 22 5 2017 ਨੂੰ ਡੈਥ ਹੋਈ ਆ ਉਹ 5 6 ਮਹੀਨੇ ਪਹਿਲਾਂ ਨਾ ਆਪਣੇ ਦਰਾਹੇ ਪਿੰਡ ਕੋਲੇ ਉਹਦੀ ਘਰ ਵਾਲੀ ਕੱਪੜੇ ਦਾ ਕੰਮ ਕਰਦੀ ਦੀ ਬਈ ਵਾਕਿਆ ਮਸ਼ੀਨਾ ਮਸੂਨਾ ਦਾ ਸਭ ਤੇਜ਼ੀ ਨੇ ਲੈਤੀਆਂ ਦੀ ਕਿਉਂ ਹੈਲਪ ਬਹੁਤ ਹੋਈ ਸੀ ਕਿੰਨੇ ਕ ਬੰਦੇ ਪੈਸੇ ਖਰਾਬ ਕਰ ਦੂਗਾ ਯਾਰ 5 ਲੱਖ ਖਾਜੂ 10 ਲੱਖ ਖਾਜੂ ਡੇਲੀ 50 50 ਹਜ਼ਾਰ ਦਾ ਸਨਮਾਨ ਹੁੰਦਾ ਤੀਆ ਡੇਲੀ ਸਨਮਾਨ ਹੁੰਦਾ ਤੀ ਡੇਲੀ ਕੋਈ ਐਡਾ ਟੂਰਨਾਮੈਂਟ ਚੱਲ ਪੇ ਨਾ ਸੀਜ਼ਨ ਚੱਲ ਪਿਆ ਚਲੋ 365 ਦਿਨ ਤਾਂ ਆਪਾਂ ਕਹਿੰਦੇ ਨਹੀਂਗੇ ਮੰਨ ਲਓ ਵੀ ਵਧੀਆ ਮੇਲਿਆਂ ਤੇ 50 ਸੀਜ਼ਨ ਚ ਸਨਮਾਨ ਹੋ ਜਾਂਦਾ ਦੀ ਉਹਦਾ ਜਣਦੀ ਦਾ ਜਿਹੜੇ ਪੈਸੇ ਇਕੱਠੇ ਆਏ ਸੀ ਤੇ ਉਹਦੇ ਪੈਸੇ ਤੀਗੇ ਉਹਦੇ ਕੋਲੇ ਘਰ ਦਾ ਖਰਚਾ ਤਾਂ ਉਹਦਾ ਮੈਂ ਸਾਂਭੀ ਰੱਖੀ ਹਾਂ ਜਿੰਦੀ ਕੰਮ ਨੂੰ ਬਹੁਤ ਬਾਈ ਦਰੇਰ ਬਹੁਤ ਲੱਤ ਵੱਡੀ ਦੇ ਵੀ ਠੋਕਰ ਪਜਾ ਲਈਦੀ ਉਹਨੇ ਬੰਦੇ ਨੇ ਅੱਛਾ ਠੋਕਰ ਤੇ ਘੋੜੀ ਦਾ ਵੀ ਯਕੀਨ ਦੀ ਤੇ ਮੱਜਾਂ ਵੀ ਰੱਖੀਆਂ ਹੋਈਆਂ ਦੀਆਂ ਹਰਾ ਵੀ ਰੱਖਿਆ ਸੀ ਹਾਂ ਘੋੜੀ ਵੀ ਲੱਤ ਕੱਟਣ ਦੇ ਬਾਵਜੂਦ ਬਾਵਜੂਦ ਪਹਿਲਾਂ ਵੀ ਰੱਖੀਆਂ ਜਾਂਦੀ ਘੋੜੀਆਂ ਤਾਂ ਉਹਨੂੰ ਸ਼ੌਂਕ ਦੀਗਾ ਤੇ ਬਾਅਦ ਵਿੱਚ ਇੱਕ ਬੱਚਾ ਰੱਖਿਆ ਰੱਖਿਆ ਉਹਨੇ ਤੇ ਮੱਜਾਂ ਰੱਖੀਆਂ ਦੀ ਪੰਜ ਛੇ ਤੇ ਬਸ ਹਰਾਚਾਰਾ ਮੈਂ ਲਿਆ ਦਿੰਦਾ ਸੀ ਬਾਈ ਉਹਨੂੰ ਬਾਕੀ ਉਹ ਕੰਮ ਸਾਰਾ ਆਪ ਕਰ ਦਤੂ ਇਹ ਨਹੀਂ ਵੀ ਉਹਦੀ ਵਾਈਫ ਨਾਲ ਕਰਦੀ ਵਾਈਫ ਕੱਲਾ ਕੱਪੜੇ ਸਿਉਂਦੀ ਸੀ ਉਹਦੀ ਟੋਕਾ ਵੀ ਆਪ ਕਰ ਦਿੰਦੀ ਜੈਬੀ ਬਹੁਤ ਹੈਲਪਫੁਲ ਕਿਤੇ ਨਾ ਕਿਤੇ ਲੱਗਦਾ ਸੀ ਉਹਨੂੰ ਉਹਦੀ ਲਤ ਕੱਟੇ ਜਾਣ ਦੇ ਕਾਰਨ ਵੀ ਉਹਨੂੰ ਕੋਈ ਦੁੱਖ ਹੋਵੇ ਅੰਦਰੋਂ ਅੰਦਰ ਹੀ ਜਾਂ ਵੀ ਮੈਂ ਇੱਕ ਇੰਨਾ ਵਧੀਆ ਖਿਡਾਰੀ ਹੋਣ ਦੇ ਬਾਵਜੂਦ ਲਾਚਾਰ ਹੋ ਗਿਆ ਮੈਂ ਭਾਈ ਉਹ ਕੁਰਸੀ ਤੇ ਉਹਦਾ ਦੁੱਖ ਸੀ ਉਹਨੂੰ ਕੁਰਸੀ ਤੋਂ ਡਿੱਗਦਾ ਦੇਖਿਆ ਮੈਂ ਉਹ ਆਪ ਅਸੀਂ ਖੇਡਦੇ ਸੀ ਦਿੱਤੂਪੁਰ ਜੱਟਾਂ ਟੂਰਨਾਮੈਂਟ ਮੈਂ ਖੁਦ ਕੌਡੀਆਂ ਪਾਉਂਦਾ ਸੀਗਾ ਤੇ ਉਹ ਕੁਰਸੀ ਤੋਂ ਡੇਪਿਆ ਦੀਗਾ ਮੈਚ ਦੇ ਮੈਚ ਦੇਖਦਾ ਉਹ ਵੀ ਫਲੋਰ ਆ ਗਿਆ ਉਹਨੂੰ ਫਲੋਰ ਆ ਗਿਆ ਵੀ ਜਾਣਦੀ ਉਹ ਫਿਰ ਰੋਇਆ ਵੀ ਹਾਂ ਮੈਂ ਉਹਦਨੇ ਰੋਂਦਾ ਹੋਊਗਾ ਬਾਈ ਮੈਂ ਨਹੀਂ ਕਹਿੰਦਾ ਮੇਰੇ ਸਾਹਮਣੇ ਨਹੀਂ ਰੋਇਆ ਉਹਦਨੇ ਮੈਂ ਸਾਹਮਣੇ ਰੋਂਦਾ ਦੇਖਿਆ ਜੇ ਮੈਂ ਹਾਂ ਮੈਨੂੰ ਦੱਸਦਾ ਦੀ ਜਿੰਨੇ ਹੁਣ ਬੱਦਾ ਪੁੱਠੀ ਮਾਰਦਾ ਮੈਂ ਇੱਕ ਲੱਤ ਸਿੰਗਲ ਹੱਥ ਚੱਕਦਾ ਦੀਗਾ ਉਹ ਕਹਿੰਦੀ ਛਾਲ ਮਾਰ ਬੁਥੇਰੇ ਟੂਰਨਾਮੈਂਟ ਦੇ ਵਿੱਚ ਗਰਾਊਂਡ ਦੇ ਵਿੱਚ ਜਾਂਦਾ ਰਿਹਾ ਮੇਰੇ ਨਾਲ ਜਿੱਥੇ ਸਨਮਾਨ ਹੁੰਦਾ ਦੀਗਾ ਮੈਂ ਖੇਡਦਾ ਦੀਗਾ ਕਿਉਂਕਿ ਚਲੇ ਜਾਂਦੇ ਦੀ ਕਿ ਵੀ ਦਾ ਸਨਮਾਨ ਹੁੰਦਾ ਦੀ ਸਾਡੀ ਟੀਮ ਵੀ ਚਲੀ ਜਾਂਦੀ ਤੇਜ ਦੀ ਮੌ ਜਿਹੜੀ ਉਹ ਨਿਜ਼ਾਮਪੁਰ ਹੋਈ ਜਾ ਕਿਸੇ ਹੋਰ ਨਹੀਂ ਦਰਾਹੇ ਕੋਲੇ ਸੁਲਤਾਨਪੁਰ ਪਿੰਡ ਆ ਸੁਲਤਾਨਪੁਰ ਇਹ ਸਰਦਾਰ ਕੀ ਕਾਰਨ ਹੋ ਜਾਂਦੀ ਮੌਤ ਦਾ ਕਾਰਨ ਬਾਜੀ ਸਰਦਾਰਨੀ ਬੁਟੀਕ ਦੇ ਲੱਗੇ ਹੇਤੀ ਉੱਥੇ ਦੇ ਡੰਗਰ ਬੱਚਾ ਸਾਰਾ ਕੁਝ ਉੱਥੇ ਦੀਗਾ ਰੱਖਿਆ ਹੋ ਗਿਆ ਲੈ ਗਿਆ ਦੀ ਘਰ ਚੋਂ ਖਾਲੀ ਘਰ ਗਿਆ ਦੀ ਘਰ ਨੂੰ ਜਿੰਦਾ ਲਾ ਗਿਆ ਦੀ ਆਪਦੇ ਨੂੰ ਇੱਥੋਂ ਖਾਲੀ ਕਰ ਗਿਆ ਹਾਂ ਆਉਂਦਾ ਦੀ 25-27 ਦਿਨੀ 10ਵਾਂ ਦਿਨ ਢੇੜਾ ਮਾਰਦਦੀ ਪਰ ਕੱਲਾ ਆਪ ਆਉਂਦਾ ਦੀਗਾ 22 ਨੇ ਦੀ ਉਹਦੀ ਕਦੇ ਆਈ ਜਾਣ ਦੀ ਜਾਣ ਤੋਂ ਬਾਅਦ ਕੱਲਾ ਹੀ ਆਉਂਦਾ ਦੀਗਾ ਤੇ ਮਰ ਜਾਂਦਾ ਦੀ ਰਹਿ ਵੀ ਜਾਂਦਾ ਦੀਗਾ ਤੇ ਉਸ ਤੋਂ ਬਾਅਦ ਬਾਈ ਮੈਨੂੰ ਤਾਂ ਰਾਤ ਨੂੰ 12:30 ਵਜੇ ਫੋਨ ਆਇਆ 21 ਤਰੀਕ ਦੀ ਰਾਤ ਸੀ 22 ਤਰੀਕ ਦੀ ਮਾਰਨਿੰਗ ਦੀ ਰਾਤ ਦੇ 12:30 ਵਜੇ ਚਲੋ ਮਾਰਨਿੰਗ ਹੋ ਜਾਂਦੀ ਆ ਤੇ ਕਹਿੰਦੇ ਵੀ ਮੈਂ ਇਹ ਰਾ ਦਿਖੋ ਰਾਤ ਨੂੰ ਉੱਠਿਆ ਇੱਕ ਲਖ ਤੇਜੀ ਦਾ ਫੋਨ ਆਇਆ ਮੈਨੂੰ ਮਾ ਵੀ ਕੋਈ ਗੱਲ ਹੋਊਗੀ ਮਨ ਚ ਆਇਆ ਮੈਂ ਆ ਫੋਨ ਚੱਕਿਆ ਉਹ ਕਹਿੰਦੀ ਤੇਜੀ ਨੇ ਸੁਸਾਈਡ ਕਰ ਲਿਆ ਅੱਛਾ ਸੁਸਾਈਡ ਕੀਤਾ ਹੈ ਉਹ ਕਹਿੰਦੀ ਵੀ ਸੁਸਾਈਡ ਕੀਤਾ ਸਾਡੇ ਲਈ ਤਾਂ ਜਦ ਤੱਕ ਕੁਝ ਵੀ ਨਹੀਂ ਦੀਗਾ ਮੈਂ ਗੱਡੀ ਚੱਕੀਏ ਮੈਨੂੰ ਕੁਛ ਨਹੀਂ ਹੋੜਿਆ ਮੈਂ ਆਪਦੀ ਭੂਆ ਜੀ ਦੇ ਮੁੰਡੇ ਕੋਲੇ ਗਿਆ ਉੱਥੋਂ ਉਹ ਨਾਲ ਲਿਆ ਪੱਪੜ ਜੀ ਮੇਰੇ ਨਾਲ ਉਹ ਪੁਲਿਸ ਜੀ ਦੀਗੇ ਜਦੋਂ ਉੱਥੇ ਗਏ ਸਾਨੂੰ ਸਮਰਾਲੇ ਦੀ ਪਹਿਲਾਂ ਕਦੇ ਕਹੇ ਕਾਰਨ ਦਰਾਹੀ ਫਿਰਦੇ ਆ ਕਦੇ ਅਸੀਂ ਇੱਥੇ ਆਂ ਇਹਦੇ ਸਾਹ ਚੱਲਦੇ ਨੇ ਜਦ ਬਈ ਮੰਨ ਲਓ ਅਸੀਂ ਘੰਟੇ ਦੇ ਵਿੱਚ ਵਿੱਚ ਅਸੀਂ ਸਮਰਾਲੇ ਚਲੇ ਗਏ ਉਹਨਾਂ ਨੂੰ ਸਮਰਾਲਾ ਪਹੁੰਚਦੀ ਹਸਪੀਟਲ ਸਮਰਾਲੇ ਲੈ ਗਏ ਤੁਸੀਂ ਉਹ ਮੈਂ ਨਹੀਂ ਉਹ ਲੈ ਗਏ ਉਹ ਮੈਂ ਤਾਂ ਸਿੱਧਾ ਇਹ ਆਇਆ ਵੀ ਇਹਨੇ ਸੁਸਾਈਡ ਕਰ ਲਿਆ ਵੀ ਅਸੀਂ ਰਾਹ ਚ ਲਈ ਫਿਰਦੇ ਆ ਮਾ ਤੁਸੀਂ ਮੈਨੂੰ ਦੱਸੋ ਤਾਂ ਸਹੀ ਮਿਲਦੇ ਕਿੱਥੋਂ ਕੁਛ ਨਹੀਂ ਦੱਸਿਆ ਫਿਰ ਤਾਂ ਮੈਨੂੰ ਥੋੜਾ ਜਿਹਾ ਬਾਅਦ ਫੋਨ ਆ ਗਿਆ ਵੀ ਸਮਰਾਲੇ ਨੂੰ ਆਜੋ ਸਮਰਾਲੇ ਹਸਪੀਟਲ ਚ ਵੀ ਤੁਹਾਡੇ ਆਏ ਤੇ ਜਮਾ ਹੋਣਾ ਵੀ ਡਾਕਟਰਾਂ ਨੇ ਜਮਾ ਨਹੀਂ ਦਿੱ ਕੀਤਾ ਉਹ ਬਲਕੇ ਬੰਦੇ ਦੀ 12:30 ਵਜੇ ਤਾਂ ਉਹ ਕਹਿੰਦੇ ਨੇ ਸਾਹ ਚੱਲਦੇ ਨੇ ਮੇਰੇ ਜਾਂਦੇ ਨੂੰ ਬਈ ਉਹ ਆਕੜਿਆ ਪਿਆ ਦੀਆਂ ਠੰਡਾ ਅੱਛਾ ਬਾਜੋ ਭਾਈ ਆਪਾਂ ਨੂੰ ਨਹੀਂ ਕੋ ਸਮਝਿਆ ਮੈਂ ਉਹਨੂੰ ਆਉਣ ਲੱਗੀ ਮੇਰੇ ਕੋ ਤੇਜ਼ੀ ਕਰ ਲਈ ਮੈਂ ਮੇਤੋਂ ਪਰੇ ਰਹਿ ਵੀ ਮੇਰੇ ਕੋਲੇ ਨਹੀਂ ਫੋਨ ਵੀ ਉਹਨਾਂ ਕੋਲੇ ਦੀ ਤੇਜ਼ੀ ਦਾ ਸਾਰਾ ਕੁਝ ਤੇ ਫੋਨ ਮੈਨੂੰ ਕਾਫੀ ਟਾਈਮ ਬਾਅਦ ਦਿੱਤਾ ਮੈਂ 2017 ਚ ਡੈਥ ਹੋ ਗਈ ਜਾਨੀ ਕਿ ਉਹਨਾਂ ਦੇ ਤੁਹਾਡੇ ਪਿੰਡ ਤੋਂ ਇਲਾਵਾ ਅਲੱਗ ਲਾਗੂ ਹੀ ਸੁਲਤਾਨਪੁਰ ਪਿੰਡ ਸੁਲਤਾਨਪੁਰ ਬਹੁਤ ਵੱਡਾ ਘਾਟਾ ਤੁਹਾਨੂੰ ਕੱਲਿਆਂ ਨੂੰ ਨਹੀਂ ਪੂਰੇ ਕਬੱਡੀ ਜਲਤੋਂ ਪਿਆ ਨਾ ਬਈ ਮੇਰੇ ਮਾਤਾ ਦਾ ਬਹੁਤ ਬੁਰਾ ਹਾਲ ਹੋ ਗਿਆ ਜਿਹੜਾ ਬੰਦਾ ਸੰਭਲ ਜਾਂਦਾ ਬਹੁਤ ਵੱਡਾ ਦੁੱਖ ਪੂਰੇ ਪਰਿਵਾਰ ਦਿੱਤੇ ਸਾਨੂੰ ਸਾਰਿਆਂ ਨਾਲ ਬੜਾ ਮੇਰੇ ਲਈ ਤਾਂ ਹੁਣ ਫੀਲਡਾਂ ਪਈਆਂ ਨੇ ਬਾਈ ਇਹਦੀ ਇਹ ਹੀ ਉਹਦੇ ਪੁੱਤ ਨੇ ਇਹ ਹੀ ਸਾਡੇ ਲਈ ਤੇਜੀ ਆ ਕਿਉਂ ਬੱਚਾ ਕੋਈ ਨਹੀਂ ਥੀ ਉਹਦੇ ਜੇ ਮੈਂ ਬੱਚਾ ਕੋਈ ਨਹੀਂ ਸੀ ਦਿੱਤਾ ਨਹੀਂ ਮੈਂ ਇਹ ਕਹਿ ਵੀ ਦੇਣਾ ਵੀ ਤੇਜੀ ਚਲੋ ਬੱਚਾ ਉਹ ਕਹਿੰਦੀ ਮੇਰੇ ਤਾਂ ਕੁੱਤੇ ਬਿੱਲੇ ਹੀ ਬੱਚੇ ਨੇ ਆਹ ਮੁੰਡਾ ਇੱਕ ਮੇਰੇ ਲੜਕਾ ਇੱਕ ਕਹਿੰਦਾ ਇੱਕ ਕੀਲਾ ਕਹਿੰਦਾ ਜ਼ਰੂਰੀ ਬੱਟ ਪਾਉਣੀ ਆ ਇਹ ਗੱਲ ਕਹਿਣ ਦਾ ਦੀ ਕਹਿੰਦਾ ਇਹਦਾ ਹੀ ਆ ਸਾਰਾ ਤੁਹਾਡੇ ਬੇਟੇ ਨੂੰ ਬਹੁਤ ਜ਼ਿਆਦਾ ਤਿਆਰ ਕਰਦਾ ਮੈਂ ਕਹਿੰਦਾ ਹਰ ਟਾਈਮ ਨਾਲ ਇਹਦੀ ਕਰਦਾ ਰਹਿੰਦਾ ਕਿ ਤੇ ਆਪ ਜੇ ਆਪ ਜਿਹੇ ਜੀ ਕੱਪੜੇ ਪਾਏ ਉਹਦੇ ਵੀ ਇਹਦੀ ਵੀ ਐਹ ਜੀ ਬੋਨ ਆਪ ਜਿਹੇ ਜੀ ਕਟਿੰਗ ਕਰਨੀ ਇਹਦੀ ਵੀ ਐਹ ਜੀ ਕਟਿੰਗ ਕਰਵਾ ਕੇ ਲੈ ਕੇ ਆਉਣੀ ਅੱਛਾ ਸਾਲ ਚ ਤਿੰਨ ਚਾਰ ਵਾਰੀ ਤਾਂ ਜਨਮ ਦਿਨ ਮਨਾਉਂਦਾ ਦੀ ਗਾਇਦਾ ਐਨਾ ਪਿਆਰ ਦੀ ਇਹਨਾਂ ਦਾ ਆ ਦੋਵਾਂ ਦਾ ਐਨਾ ਪਿਆਰ ਆ ਚਾਚੇ ਭਤੀਜੇ ਦਾ ਹਾਂ ਬਈ ਫਿਰ ਜਦ ਡੈਥ ਤੋਂ ਬਾਅਦ ਮੈਂ ਨਹੀਂ ਖੇਡਿਆ ਫਿਰ ਤੁਸੀਂ ਨਹੀਂ ਖੇਡਿਆ ਦੋਵਾਂ ਨਹੀਂ ਮੈਂ ਸਾਲ ਨਹੀਂ ਖੇਡਿਆ ਬਈ ਫਿਰ ਘਰ ਦੇ ਹਾਲਾਤ ਦੇਖ ਕੇ ਨਾ ਥੋੜੇ ਜਿਆਦਾ ਖਰਾਬ ਹੋ ਅੱਛਾ ਠੀਕ ਆ ਫਾਦਰ ਸਾਹਿਬ ਵੀ ਤਨਖਾਹ ਲੈਣ ਦੇਤੀ ਕਿ ਫਿਰ ਡੰਗਰ ਵੀ ਰੱਖੇ ਹੋਏ ਦੀਗੇ ਦੰਗਰ 2-3 ਵਾਰੀ ਵਿੱਚ ਲੈ ਦੁਬਾਰਾ ਉਹ ਜੁਗਾੜ ਨਹੀਂ ਬਣਿਆ ਹੈ ਬਣੀ ਨਹੀਂ ਗੱਲ ਫਿਰ ਮੈਂ ਬਾਈ ਕਿਸੇ ਤੇ ਕੰਮ ਤੇ ਲੱਗ ਗਿਆ ਦਰਾਹੇ ਅੱਛਾ ਉਹ ਬੰਦਾ ਚਲੋ ਕੰਮ ਕਰਨ ਉਹਨੇ ਮੈਨੂੰ ਦੇਖਿਆ ਵੀ ਬੰਦਾ ਖੇਡਦਾ ਖੂੜਦਾ ਵੀ ਆ ਚਲੋ ਮੈਂ ਖੇਡਣ ਲੱਗ ਗਿਆ ਇੱਕ ਦਿਨ ਮੈਂ ਉੱਥੇ ਨਹਾਉਂਦਾ ਦੀਗਾ ਆਪਣੇ ਦਬਈ ਵਾਲੇ ਲੱਕੀ ਹੁਣੀ ਨੇ ਲੱਕੀ ਬਾਸੀ ਹੁਣੀ ਨੇ ਜਿਹੜਾ ਸਾਰਜਾ ਕੱਪ ਨਹੀਂ ਹਾਂ ਸਾਡਾ ਆਪਣਾ ਕੱਪ ਹੁੰਦਾ ਹੁਣ ਸਾਰਜਾ ਨਹੀਂ ਕਹਿੰਦੇ ਹੁਣ ਤਾਂ ਨਾਰਮਲ ਇੱਕ ਕੱਪ ਆ ਉਹ ਹਾਂ ਦਬਈ ਕੱਪ ਉਹ ਉੱਥੇ ਆ ਕਿਤੇ ਉਹਨਾਂ ਦੇ ਰਿਸ਼ਤੇਦਾਰਤੀ ਦਰਾਹੇ ਕੋਲੇ ਮੈਂ ਉੱਥੇ ਨਹਾਉਂਦਾ ਸੀ ਮੈਂ ਉਹ ਜੋ ਬਾਹਰ ਨਿਕਲੇ ਨਾ ਮੇਰੇ ਉਰੇ ਤੇਜੀ ਲਿਖਾਇਆ ਹੋਇਆ ਹਾਂ ਬਾਲ ਤੇ ਪਿੰਡੇ ਤੇ ਕਟਿੰਗ-ਕਟਿੰਗ ਕੀਤੀ ਸੀ ਉਹ ਕਹਿੰਦੇ ਆ ਕੀ ਲਿਖਾਇਆ ਮੈਂ ਤੇਜੀ ਮੈਂ ਰੋੜੇ ਇੱਕ ਤੇਜੀ ਨਿਜਾਮਪੁਰ ਵਾਲਾ ਵੀ ਤੁਹਾਡੇ ਏਰੀਆ ਜਮਾਈ ਮੇਰਾ ਭਰਾ ਹਾਂ ਚਲੋ ਗੱਲਾਂ ਗੱਲਾਂ ਉਹਨਾਂ ਨੇ ਵੀ ਵਧੀਆ ਕੀਤੀਆਂ ਤੇ ਮੈਨੂੰ ਕਹਿੰਦੇ ਯਾਰ ਤੂੰ ਬਾਹਰ ਬੂਰ ਨਹੀਂ ਖੇਡਿਆ ਮੈਂ ਨਹੀਂ ਮੈਂ ਨਹੀਂ ਖੇਡਿਆ ਪਰ ਵੀ ਮੈਂ ਤੇ ਤੇਜੀ ਦੇ ਨਾਲ ਵੀ ਚਲੋ ਚੱਲੇ ਜਾਂਦਾ ਸੀ ਮੇਰੇ ਤੇ ਉਦੋਂ ਬਾਅਦ ਉਹਨਾਂ ਨੇ ਮੈਨੂੰ ਕਹਿੰਦੇ ਨੂੰ ਸਾਨੂੰ ਪਾਸਪੋਰਟ ਦੀ ਕਾਪੀ ਭੇਜ ਦੇ ਮੈਂ ਭੇਜਤੀ ਮੈਨੂੰ ਵੀ ਚੋਅ ਹੋਇਆ ਬਈ ਕਦੇ ਪਾਸਪੋਰਟ ਚੱਕਿਆ ਵੀ ਨਹੀਂ ਦੀਗਾ ਬਣਾਇਆ ਜ਼ਰੂਰ ਹੋਇਆ ਦੀ ਚੱਕਿਆ ਵੀ ਨਹੀਂਗਾ ਤੇ ਮੈਂ ਘਰੇ ਫੋਨ ਕੀਤਾ ਮਾਂ ਵੀ ਮੇਰੀ ਡੇਡ ਡੂਟ ਹੈਗੀ ਪਾਸਪੋਰਟ ਦੀ ਦੇਖ ਕੇ ਦੇਸੀਓ ਕਹਿੰਦੇ ਹੈਗੀ ਸਾਲ ਕਦੀ ਠੀਕ ਹੈ ਚਲ ਉਹਨਾਂ ਦਾ ਦੋ ਦਿਨ ਬਾਅਦ ਫੋਨ ਆ ਗਿਆ ਕਹਿੰਦੇ ਜਗਦੀਪ ਟੀਮੇ ਬਣਾ ਲਓ ਅੱਛਾ ਫਿਰ ਮੇਰੀ ਹੈਲਪ ਕੀਤੀ ਦੀ ਜੱਗੀ ਆਸਟ੍ਰੇਲੀਆ ਨੇ ਤੇ ਟੋਨੀ ਕੋਚ ਨੇ ਮਾਚੂਆਰ ਦੇ ਟੀਮ ਬਣਾ ਕੇ ਦਿੱਤੀ। ਟੋਨੀ ਮਾਛੀਵਾੜਾ। ਹਾਂ ਟੀਮ ਬਣਾਈ ਦੀ ਆਪਣੇ ਨਾਲ ਖੇਡੇ ਦੀ ਕਿ ਬਚੀ ਨੂੰ ਜਾਣਦੇ ਹੋ ਤੁਸੀਂ ਝਨੇਰ ਵਾਲਾ ਤੇ ਜੱਗੀ ਉਹਨਾਂ ਦੇ ਭਰਾ ਤੀਆ। ਤੇ ਜੱਜ ਮੰਡੀਆਂ ਵਾਲਾ, ਗਰਮੀਤ ਮੰਡੀਆਂ ਵਾਲਾ, ਕਾਲਾ ਹਰੀ ਗਿੰਗਨ ਵਾਲਾ ਜਾਫੀ ਦੀ ਆਸ਼ੂ ਝਨੇਰ ਇਹ ਬੰਦੇ ਫੇਰ ਉਹ ਤੁਸੀਂ ਟੀਮ ਲੈ ਕੇ ਗਏ ਦੋ। ਅਸੀਂ ਟੀਮ ਲੈ ਕੇ ਗਏ ਸਾਡੇ ਦੋ ਮੈਚ ਲੱਗੇ। ਸਾਡਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ। ਅੱਛਾ। ਅਸੀਂ ਉੱਥੇ ਵੀ ਜਾਣ ਦੀ ਤੁਸੀਂ ਅੱਜ ਵੀ ਸ਼ਾਇਦ ਲਾਈਵ ਕੱਢ ਕੇ ਦੇਖ ਲਓ ਚਲੋ ਠੀਕ ਹੈ ਮੇਰੀਆਂ ਕੌਡੀਆਂ ਠੀਕੇ ਪਈਆਂ ਕਿਉਂ ਮੈਂ ਤਾਂ ਕੰਮ ਕਰਦਾ ਗਿਆ ਦੀ ਸਿਰਫ ਆਪਾਂ ਦੋਨੋਂ ਨੇ ਤੇ ਇੱਕ ਬਿਤੌਰ ਅਚਾਨਕ ਸਵੱਬ ਬਣ ਗਿਆ ਆਪਣਾ ਦਾ ਅਚਾਨਕ ਸਵੱਬ ਬਣਿਆ ਤੇ ਚਲੋ ਚਲੇ ਗਏ ਵਧੀਆ ਟੀਮ ਨੇ ਪ੍ਰਦਰਸ਼ਨ ਕੀਤਾ ਤੇ ਜੱਫਾ ਲੈਣ ਕੰਨੀਓ ਸਾਡੇ ਜੱਫੇ ਘਟੇ ਪਰ ਜੱਫੇ ਬਹੁਤ ਸਾਰਨੋਂ ਘਟੇ ਤੁਸੀਂ ਅੱਜ ਵੀ ਕੱਢ ਕੇ ਦੇਖ ਲਿਓ ਸਾਡੇ ਸਾਰੇ ਮੈਚਾਂ ਨਾਲੋਂ ਜਿਹਦੇ ਵਿੱਚ 15 ਜੱਫੇ ਲਾ ਕੇ ਟੀਮ ਜਿੱਤਦੀ ਰਹੀ ਹੈ ਨਾ ਸਾਡੇ ਇੱਕ ਮੈਚ ਚ 9 ਕ ਜੱਫੇ ਖਾਦੇ ਹੋਏ ਨੇ ਇੱਕ ਚ 11 ਕ ਜੱਫੇ ਖਾਦੇ ਹੋਏ ਵਧੀਆ ਖੇਡੇ ਤੁਸੀਂ ਪੂਰਾ ਵਧੀਆ ਸਾਡੀ ਰੀਡ ਲੈਂਡ ਪੂਰੀ ਵਧੀਆ ਖੇਡੀ ਜਾਨੀ ਕਿ ਜੱਜ ਨੇ ਤਾਂ ਜੱਫੇ ਨਹੀਂ ਦੀ ਬਾਈ ਜੱਜ ਨੂੰ ਤਾਂ ਕੋਈ ਦੋਨੇ ਮੈਚਾਂ ਚ ਜੱਜ ਨੂੰ ਜੱਫਾ ਨਹੀਂ ਦੀਗਾ ਜਾਂਦੇ ਨਾਲ ਵੀ ਮੈਚ ਲੱਗਿਆ ਪਾਲੇ ਉਹਨਾਂ ਨਾਲ ਵੀ ਮੈਚ ਤੁਸੀਂ ਰੈਡਾਂ ਪਾਈਆਂ ਨਾ ਹਾਂ ਮੈਂ ਮੈਨੂੰ ਜੱਫੇ ਦੀ ਲੱਗੇ ਸਾ ਮੈਂ ਦੋਨੇ ਮੈਚਾਂ ਚ ਹਾਫ ਟਾਈਮ ਤੋਂ ਬਾਅਦ ਚਲੋ ਕਹਿਣ ਤੋਂ ਭਾਵ ਕਿ ਪਹਿਲਾਂ ਤੁਸੀਂ ਤੇਜ਼ੀ ਕਰਕੇ ਇਗਨੋਰ ਕੀਤਾ ਬਾਹਰ ਜਾਣ ਵਾਲੀ ਵੀ ਘਰੇ ਵੀ ਇੱਕ ਭਰਾ ਜ਼ਰੂਰੀ ਸੀ ਹਾਂ ਜ਼ਰੂਰੀ ਤੇ ਉਸ ਤੇ ਜਾਣ ਤੋਂ ਬਾਅਦ ਤੁਸੀਂ ਇੱਕ ਸਾਲ ਡ੍ਰੌਪ ਕੀਤਾ ਕਬੱਡੀ ਨਹੀਂ ਖੇਡੀ ਅਚਾਨਕ ਹੀ ਸਭ ਬਣ ਤਾਡੇ ਪਿੱਛੇ ਵੀ ਹੁਣ ਇੰਟਰਨੈਸ਼ਨਲ ਹਾਂ ਲੱਗ ਗਿਆ ਲੱਗ ਗਿਆ ਵੀ ਮੋਟਰ ਤੇ ਨਹਾਉਂਦੇ ਨਹਾਉਦੇ ਦੇ ਇੰਟਰਨੈਸ਼ਨਲ ਥੋੜਾ ਮਨ ਨੂੰ ਸੰਤੋਸ਼ਟੀ ਹੋ ਗਿਆ ਮਨ ਨੂੰ ਵੀ ਹਾਂ ਯਾਰ ਵੀ ਇੰਟਰਨੈਸ਼ਨਲ ਬਣ ਗਏ ਇੰਟਰਨੈਸ਼ਨਲ ਬਣ ਜਹਾਜ਼ ਚੜਿਆ ਤੇ ਹੁਣ ਖੇਡਦੇ ਹੋ ਕਿ ਨਹੀਂ ਨਹੀਂ ਬਈ ਹੁਣ ਮੈਚ ਖੇਡਿਆ ਮੈਂ 5 40 ਸਾਲਿਆਂ ਤੇ ਅੱਜ ਹੁਣ 40 ਸਾਲ ਬਿਨਾ ਮਿਹਨਤ ਤੋਂ ਵਿਦਾਊਟ ਮਿਹਨਤ ਖੇਡੇ ਹਾਂ ਮੈਨੂੰ ਫੋਨ ਆਇਆ ਦੀ ਵੀ ਮੈਚ ਖੇਡਣਾ ਮਾ ਵੀ ਖੇਡ ਲਾਂਗੇ ਚਲੋ ਉਹਨਾਂ ਕੋ ਪਲੇਅਰ ਓਵਰ ਹੋ ਗਏ ਮੈਂ ਬਾਬੇ ਮੱਥਾ ਟੇਕਦਾ ਦੀ ਗਾਜੀ ਦਾਸ ਦੇ ਵੀ ਮੈਚ ਖੇਡਣ ਜਾਣਾ ਮੈਨੂੰ ਮੱਖਣ ਮਿਲ ਪਿਆ ਉੱਥੇ ਭੰਡਾਰਾ ਦੀਗਾ ਉਹਦਨੇ ਐਤਵਾਰ ਦਾ ਹੀ ਦਿਨ ਦੀਗਾ ਕਹਿੰਦਾ ਯਾਰ ਬੇਰ ਵਾਲੇ ਨੂੰ ਰੀਡਰ ਨਹੀਂ ਮਰਦਾ ਕਹਾਰਿਆਂ ਉਹ ਗਵੰਦਾ ਮੂਹਰਲਾ ਮੇਰਾ ਫੋਨ ਨਾ ਚੱਕ ਰਹੇ ਕਿਉਂ ਬੰਦੇ ਓਵਰ ਹੋ ਗਏ ਉਹਨਾਂ ਕੋਲੇ ਤੇ ਮੈਂ ਕਰ ਇਹਨੂੰ ਫੋਨ ਲਾ ਲਿਆ ਮੈਂ ਸਾਧ ਕਿਵੇਂ ਆ ਕਹਦਾ ਠੀਕ ਹੈ ਕਹਿੰਦਾ ਵੀ ਯਾਰ ਮਹਾਬਾਈ ਸਾਥ ਮੈਚ ਖੇਡਣਾ ਦੀਆ ਉਹ ਯਾਰ ਕਹਿੰਦਾ ਸੰਤਾ ਰੀਡਰ ਨੇ ਜੀ ਮਰਦਾ ਇਸਦਾ ਤੇਰਾ ਨੰਬਰ ਲੈਂਦੇ ਸੀ ਕਹਿੰਦਾ ਅਸੀਂ ਮੱਖਣ ਨੂੰ ਵੀ ਗਿਆ ਦੀਗਾ ਫਿਰ ਮੇਰੇ ਵਿੱਚ ਮੱਖਣ ਆਇਆ ਗਿਆ ਦੁਬਾਰਾ ਖੜਾਉਣ ਮੱਖਣ ਮੇਰੀ ਜ਼ਿੰਦਗੀ ਚ ਦੋ ਤਿੰਨ ਵਾਰੀ ਆ ਦੋ ਤਿੰਨ ਵਾਰ ਯਾਨੀ ਕਿ ਤੁਹਾਡੇ ਸਹਾਰਾ ਬਣ ਕੇ ਆਇਆ ਉਹ ਪਤਾ ਨਹੀਂ ਜਿੱਦਾਂ ਵੀ ਲਾ ਲੋ ਵੀ ਅਕੈਡਮੀ ਦੇ ਮੈਚ ਵੀ ਲੈ ਗਿਆ ਪਿੰਡਵਾਰ ਵੀ ਕਾਫੀ ਮੈਚਾਂ ਚ ਮੈਨੂੰ ਖੜਾਉਂਦਾ ਰਿਹਾ ਪਿੰਡਵਾਰ ਚ ਵੀ ਵਧੀਆ ਜਿੱਤਦੇ ਰਹੇ ਵਧੀਆ ਆ ਜਾਂਦੇ ਮੱਖਣ ਨੇ ਬਹੁਤ ਸਹਾ ਦਿੱਤਾ ਕਾਰੇ ਨੇ ਬਹੁਤ ਸਹਾ ਦਿੱਤਾ ਕਾਰੇ ਨੇ ਬਈ ਹੁਣ ਵੀ ਦੇਖੋ ਤੇਜ਼ੀ ਨਾਲ ਉਹ ਟੂਰਨਾਮੈਂਟ ਕਰਾ ਰਹੇ बस एक ਘਾਟ ਮਹਿਸੂਸ ਹੁੰਦੀ ਆ ਬਾਈ ਦੇਖੋ ਹੁਣ ਪਲੇਅਰ ਬਹੁਤ ਹੀ ਡੈਥ ਹੋਈ ਆ ਹਾਂ ਡੈਥ ਵੀ ਉਹਨਾਂ ਦੀ ਹੋਈ ਆ ਵੀ ਜੋ 30 ਵਾਲਿਆਂ ਦੀ ਪੂਰੇ 30 ਵਾਲੇ ਬਿੱਟੂ ਦਗਾਲ ਹੋ ਗਿਆ ਬਿੱਟੂ ਸੁਖਮਨ ਹੋ ਗਿਆ ਆਪਣਾ ਤੇਜੀ ਗਗਨ ਜਲਦ ਹੋ ਗਿਆ ਬਨ ਗਿਆ ਠੀਕ ਆ ਪਰ ਸੁਖਮਨ ਕਿਤੇ ਕਿਤੇ ਆਏ ਹੁੰਦਾ ਵੀ ਯਾਰ ਲੋਕ ਤੇਜੀ ਨੂੰ ਭੁੱਲੇ ਵੀ ਨਹੀਂ ਨੰਦਪੁਰ ਸਾਹਿਬ ਚੈਂਪੀਅਨਸ਼ਿਪ ਹੁੰਦੀ ਆ ਉੱਥੇ ਇਹਨਾਂ ਦੀਆਂ ਫੋਟੋਆਂ ਲੱਗ ਲੱਗੀਆਂ ਜਗਦੀਪ ਤੇਜੀ ਨੂੰ ਕੋਈ ਨਹੀਂ ਪੁੱਲ ਸਕਦਾ ਪਰ ਯਾਰ ਇੱਕ ਘਾਟ ਆ ਵੀ ਜਿਵੇਂ ਹੁਣ ਮੰਨ ਲਓ ਵੀ ਮੈਂ ਨਹੀਂ ਕਹਿੰਦਾ ਵੀ ਪੈਸੇ ਨਾਲ ਹੀ ਨੀਰਾਪੁਰਾ ਬਾਈ ਹਰ ਇੱਕ ਜਗ੍ਹਾ ਤੇ ਹੈਲਪ ਹੁੰਦੀ ਹੈਗੀ ਉਹ ਮਾਣ ਤਾਣੇ ਹੁੰਦਾ ਵੀ ਮੰਮੀ ਡੈਡੀ ਦਾ ਮਾਣ ਤਾਣ ਹੋਵੇ ਕਿਤੇ ਯਾਰ ਵੀ ਤੇਜੀ ਨੂੰ ਯਾਦ ਕੀਤਾ ਜਾਵੇ ਪਰ ਮਾਤਾ ਸਾਡੀ ਕਹਿਣਦੀ ਹੈ ਵੀ ਮੇਰੇ ਤੋਂ ਜਾ ਨਹੀਂ ਹੁੰਦਾ ਜਦੋਂ ਹੁਣ ਚਲੋ ਦੇਖੋ ਬਹੁਤ ਵੱਡੀ ਘਾਟ ਤੁਹਾਡੇ ਸਾਰੇ ਪਰਿਵਾਰ ਦੇ ਲਈ ਹੈ ਤੇਜੀ ਦੀ ਤੇ ਜਦੋਂ ਉਹਨੂੰ ਲੋਕ ਯਾਦ ਕਰਦੇ ਆ ਕਬੱਡੀ ਦੇ ਗਰਾਊਂਡ 'ਚ ਅੱਜ ਵੀ ਤਾਂ ਨਾਮ ਲਿਆ ਜਾਂਦਾ ਹੈ ਹਨਾ ਕੱਲ ਵੀ ਨਾ ਲਿਆ ਅੱਲ ਮੈਂ ਲਾਈਵ ਦੇਖਿਆ ਬਹੁਤ ਟਾਈਮ ਬਾਅਦ ਲਾਈਵ ਦੇਖਿਆ ਰਹਿ ਸਰਦਾ 2115 ਨਾਮ ਚਲੋ ਮੈਂ ਦੇਖਦਾ ਸੀ ਵੀ ਆਪਣਾ ਟੂਰਨਾਮੈਂਟ ਕਰਾਉਣਾ ਵੀ ਦੇਖੀ ਕਿ ਟੀਮਾਂ ਕਿੱਦਾਂ ਚਲੋ ਅਚਾਨਕ ਤੁਸੀਂ ਦੇਖਦੇ ਹੋ ਗਰਾਊਂਡ 'ਚ ਨਾਂ ਲਿਆ ਜਾਂਦਾ ਉਦੋਂ ਤੁਹਾਨੂੰ ਇਦਾਂ ਲੱਗਦਾ ਵੀ ਤੇਜ਼ੀ ਸਾਡੇ ਵਿੱਚ ਹੀ ਆ ਤੇਜੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਖੇਡਿਆ ਤੇਜੀ ਦੀ ਰੈਕਸ ਤੋਂ ਥੋੜਾ ਜਰ ਬਾਅਦ ਤੇ ਜਦੋਂ ਮੈਂ ਬਾਹਰ ਗਿਆ 18 'ਚ ਮੈਂ ਫਿਰ ਬਸ ਸਟਾਰਟਿੰਗ ਕਰ ਲਈਦੀ ਕਦੇ ਕਦੇ ਤਾਂ ਬਾਈ ਆਇਆ ਹੁੰਦਾ ਦੀ ਵੀ ਜ ਤੇਜੀ ਦਾ ਨੌ ਬੋਲ ਦੇ ਵੀ ਉਹੀ ਫੇਰ ਜਾਣਾ ਵੀ ਵਧੀਆ ਕੋਡੀਆਂ ਪਾ ਦੇਣਾ ਚਲੋ ਲੂਜ਼ ਹੋ ਜਾਂਦੀ ਦੀ ਟੀਮ ਸਾਡੀ ਠੀਕ ਹੈ ਮੀਡੀਅਮ ਲੂਜ ਹੋ ਜਾਂਦੀ ਦੀਗੀ ਜੈਬੀ ਹੁੰਦਾ ਦੀਗਾ ਜੋਤ ਹੁੰਦਾ ਦੀ ਕਾਲਾ ਹੁੰਦਾ ਦੀ ਪੀਤਾ ਹੁੰਦਾ ਦੀ ਝੁਰ ਲੋਦੀ ਆਪਣਾ ਬਿੱਲੀ ਦੀਗਾ ਇਹ ਪਲੇਅਰ ਹੁੰਦੇ ਦੀਗੇ ਤੇ ਚਲੋ ਜਿੱਤ ਵੀ ਜਾਂਦੇ ਦੀ ਸੈਵੇਂ ਵੀ ਜਿੱਤ ਹਾਰ ਜਾਂਦੇ ਦੀਗੇ ਸੈਕੰਡ ਵੀ ਰਹਿ ਜਾਂਦੇ ਦੀਗੇ ਚਾਹ ਨਾਲ ਚੱਲ ਮੈਸੇਜ ਆ ਚੱਲੀ ਜਾਂਦੇ ਦੀਗੇ ਸਾਡਾ ਚਲੋ ਸੀਜ਼ਨ ਜਿੰਨੀ ਤੁਸੀਂ ਜਗਦੀਪ ਕਬੱਡੀ ਖੇਡੀ ਆ ਉਹ ਤੋਂ ਤੁਸੀਂ ਸੰਤੁਸ਼ਟ ਹੋ ਹਾਂ ਬਾਈ ਸੰਤੁਸ਼ਟ ਹੁਣ ਅੱਗੇ ਤਾਂ ਨਹੀਂ ਖੇਡਣਾ ਚਾਹੁੰਦੇ ਨਹੀਂ ਬਾਈ ਕਰਦੇ ਹਾਲਾਤ ਦੇਖ ਕੇ ਤਾਂ ਥੋੜਾ ਜਿਹਾ ਚਲੋ ਟਿਕ ਜਾਈਦਾ ਪਰ ਜਿਹੜਾ ਕੀੜਾ ਨਾ ਅੰਦਰ ਅੰਦਰ ਲਾ ਜੋ ਮਾਰਾ ਉਹ ਆਇਆ ਵੀ ਕੋਸ ਤਾਂ 50% ਕੌਡੀ ਤੇ ਯਾਰ ਮੈਂ ਤੇਜੀ ਦੇ ਨਾਂ ਤੇ ਖੇਢੀ ਜਾਣਾ ਉਹਦੇ ਨਾਂ ਤੇ ਖੇਢੀਆ ਕਿਉਂ ਹੁਣ ਵੀ ਮੈਨੂੰ ਕੋਈ ਨਹੀਂ ਕਹਿੰਦਾ ਵੀ ਜਗਦੀਪ ਆ ਗਿਆ ਕੌਡੀ ਤੇਜੀ ਦਾ ਪ੍ਰੋਬਲਮ ਤੇਜੀ ਦਾ ਪ੍ਰਾ ਤੇਜੀ ਦਾ ਪ੍ਰਾ ਆ ਗਿਆ ਆਪਾਂ ਵੀ ਕਹਿੰਨੇ ਆ ਵੀ ਯਾਰ ਵੀ ਉਹਦੇ ਕਰਕੇ ਆ ਸਾਰਾ ਕੁਝ ਠੀਕ ਆ ਪਰ ਹੁਣ ਨਾ ਤਿਆਰੀ ਕਰਾਂਗੇ 40 ਸਾਲਿਆਂ ਦੀ 40 ਸਾਲ ਦੀ ਕਰੋਗੇ ਜਣ ਹਾਂ ਤਿਆਰੀ ਹੈ ਮੈਂ ਵੈਸੇ ਕੀ ਕਰਦੇ ਹਾਂ ਅੱਜ ਕੱਲ ਤੁਸੀਂ ਮੈਂ ਤਾਂ ਬਾਈ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਜੋਬ ਕਰਦਾ ਜੋਬ ਪ੍ਰਾਈਵੇਟ ਹੈ ਮੇਰੀ ਕਰਦੇ ਹਾਲਾਤ ਕਰਕੇ ਕਰਨੀ ਪਈ ਆ ਵੀ ਮੈਂ ਕਦੇ ਜ਼ਿੰਦਗੀ ਚ ਸੋਚਿਆ ਨਹੀਂ ਦੀਗਾ ਵੀ ਜੋਬ ਵੀ ਕਰਨੀ ਕੋਈ ਜੋਬ ਪਹਿਨੀ ਪਹਿਲਾਂ ਆਪਣੇ ਮੱਜਾਂ ਦਾ ਆਪਦਾ ਦੀਗਾ ਛੋਟਾ ਜਿਹਾ ਫਾਰਮ ਦੀਗਾ ਅਸੀਂ ਆਪਦਾ ਕਰਦੇ ਦੀਏ ਪਰ ਨਹੀਂ ਠੀਕ ਆਇਆ ਭਾਜੀ ਵੀ ਹੁਣ ਦੁੱਧ ਦੀ ਵੈਲਿਊ ਹੈ ਨਹੀਂ ਉਹਨਾਂ ਪੈਸਾ ਨਹੀਂ ਕਿਉਂ ਘਰ ਦੇ ਖਰਚ ਤੁਹਾਨੂੰ ਪਤਾ ਵੀ ਜਗਦੀਪ ਭਾਈ ਤੁਸੀਂ ਆਪਣੇ ਸਫਰ ਦੀਆਂ ਤੇ ਤੇਜ਼ੀ ਦੇ ਜ਼ਿੰਦਗੀ ਦੇ ਸਫਰ ਦੀਆਂ ਕਬੱਡੀ ਦੇ ਸਾਰੇ ਸਫਰ ਦੀਆਂ ਗੱਲਾਂ ਬਾਤਾਂ ਖੁੱਲ ਗਿਆ ਸਾਡੇ ਸੁਣਨਤਾ ਨਾ ਕੀਤੀਆਂ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦਿੱਤਾ ਨਾ ਤੇ ਬਹੁਤ ਕੁਝ ਸਾਨੂੰ ਤੁਹਾਡੀਆਂ ਗੱਲਾਂ ਚ ਜਿਹੜਾ ਸਿੱਖਣ ਨੂੰ ਵੀ ਮਿਲਿਆ ਤੇ ਬਹੁਤ ਕੁਝ ਸਚਾਈਆਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਤੇ ਤੁਹਾਡਾ ਅਸੀਂ ਥੈਂਕ ਯੂ ਕਰਦੇ ਆ ਤੇ ਕੁਝ ਗੱਲਾਂ ਮੱਤਾ ਅਸੀਂ ਚਾਹਣਗੇ ਮੰਮੀ ਡੈਡੀ ਨਾਲ ਵੀ 2 ਮਿੰਟ ਅਸੀਂ ਜਲ ਲੈ ਲਈਏ ਠੀਕ ਆ ਜਰੂਰ ਭਾਜੀ ਪਰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜੋ ਮੇਰੇ ਬੰਦੇ ਜਮੇ ਜੱਗੀ ਆਸਟ੍ਰੇਲੀਆ ਹੋ ਗਿਆ ਤੁਸੀਂ ਮੇਰੀ ਆਈ ਆ ਸੁਣੀ ਆ ਤੇਜੀ ਲਸੋਈ ਹੋ ਗਿਆ ਤੇਜੀ ਨਾਲ ਕਾਫੀ ਪਿਆਰ ਦੀ ਗੱਲ ਤੇਜੀ ਲਸੋਈ ਦਾ ਤੇ ਇਹ ਉਸਤਾਦ ਮਾਨਦਾ ਦੀ ਤੇਜੀ ਲਸੋਈ ਵਾਲਾ ਤੇਜੀ ਨੂੰ ਆਪਣੇ ਤੇ ਜੱਗੀ ਹੋਣੀ ਹੋਗੇ ਵਧੀਆ ਜਾਣ ਦੀ ਬੰਦਿਆਂ ਨੇ ਮੇਰੀ ਹੈਲਪ ਕੋ ਇਹ ਨਹੀਂ ਹੈਗਾ ਅੱਜ ਵੀ ਖੜੇ ਨੇ ਖੜੇ ਨੇ ਨਾਲ ਹਾਂ ਖੜੇ ਨੇ ਬਾਈ ਅੱਜ ਵੀ ਕਿਸੇ ਨੂੰ ਵੀ ਕਹਿ ਦਈਏ ਮੰਨ ਲਓ ਵੀ ਪੱਪੀ ਉਹਨਾਂ ਨਾਲ ਵੀ ਹੈਲੋ ਹਾਈ ਹੋ ਜਾਂਦੀ ਆ ਤੇ ਹੋਰਾਂ ਨਾਲ ਵੀ ਹੋ ਜਾਂਦੀ ਆ ਤੇ ਜੇ ਕਈਏ ਤਾਂ ਵੀ ਹੈਲਪ ਕਰਨ ਨੂੰ ਤਿਆਰ ਨੇ ਪਰ ਆਪਾਂ ਕਹਿੰਦੇ ਆ ਵੀ ਰੱਬ ਨੇ ਭਾਵ ਨੂੰ ਹੈਲਪ ਕਰੋ ਪਰ ਇੱਕ ਆ ਬਈ ਮੈਂ ਲਾਸਟ ਤੇ ਇਹ ਗੱਲ ਕਹਿਣਾ ਚਾਹਣਾ ਵੀ ਚਾਹੇ ਤਾਂ ਪਲੇਅਰਾਂ ਖਾਤਰ ਤੁਸੀਂ ਆਪ ਦੀ ਕੋਈ ਟੀਮ ਬਣਾ ਲਓ ਪਰ ਪਲੇਅਰ ਨੂੰ ਇਕੱਠੇ ਪੈਸੇ ਨਾ ਦੋ ਜਿਵੇਂ ਤੇਜੀ ਨੂੰ ਇਕੱਠੇ ਪੈਸੇ ਮਿਲੇ ਨੇ ਉਹਦੀ ਫੈਮਿਲੀ ਦਾ ਮੈਂ ਤਾਂ ਸਿੱਧਾ ਕਹੂੰਗਾ ਵੀ ਦਿਮਾਗ ਖਰਾਬ ਹੋਇਆ ਮਿਲਾ ਲਓ ਵੀ ਤੇਜੀ ਦਾ ਵੀ ਇਕੱਠਾ ਪੈਸਾ ਦੇਖ ਲੈਂਦਾ ਭਾਜੀ ਮੈਂ ਵੀ ਆ ਤੁਸੀਂ ਵੀ ਆ ਪਰ ਬੰਦੇ ਦੀ ਨਾ ਦੇਖੋ ਵੀ ਬੰਦੇ ਨੂੰ ਲੌਂਗ ਟਾਈਮ ਜੇ ਕੋਈ ਮਿਸ ਹੈਪਨਿੰਗ ਹੁੰਦੀ ਹੈ ਕਿਸੇ ਪਲੇਅਰ ਦੇ ਨਾਲ ਤਾਂ ਉਹਦੇ ਜਿਹੜੇ ਪ੍ਰਮੋਟਰ ਭਾਵਕ ਹੋ ਜਾਂਦੇ ਨੇ ਵੀ ਇਹ ਸਾਡਾ ਹਾਂ ਨਹੀਂ ਤੇਜੀ ਖੇਡੇ ਹੀ ਬਹੁਤ ਤਕੜਾ ਬਈ ਤੀਨੇ ਨਹੀਂ ਹੈਲਪ ਕੀਤੀ ਹਰੇ ਵੀ ਬਈ ਕਰਦਾ ਹਰੇ ਕਰਦਾ ਪਰ ਪਰਮੋਟਰਾਂ ਨੇ ਵੀ ਕੀਤੀ ਆ ਪ੍ਰਮੋਟਰਾਂ ਨੂੰ ਚਾਹੀਦਾ ਕਿ ਉਹਦੇ ਸਾਰੇ ਪਰਿਵਾਰ ਦੇ ਨਾਲ ਰਾਬਤਾ ਕੀਤਾ ਜਾਵੇ ਹਾਂ ਰਾਬਤਾ ਕੀਤਾ ਜਾਵੇ ਹੁਣ ਮੰਨ ਲਓ ਵੀ ਪਰਿਵਾਰ ਨੂੰ ਦੇਖ ਕੇ ਵੀ ਜਿੱਥੇ ਨਾ ਸਾਰੇ ਪੈਸੇ ਜਿੱਦਾਂ ਲਾ ਲਓ ਵੀ ਮੇਰੇ ਤੇ ਲੱਗੇ ਵੀ ਜਗਦੀਪ ਖਾ ਗਿਆ ਹੁਣ ਮੈਂ ਤੁਹਾਨੂੰ ਅੱਜ ਮੈਂ ਸੱਚਾਈ ਆ ਕਿਸੇ ਵੀ ਪੁੱਛ ਲਿਓ ਮੈਨੂੰ ਆਪਾਂ ਤਾਂ ਮੂੰਹ ਤੇ ਕਹਿਣ ਨੂੰ ਤਿਆਰ ਆ ਹਰੇ ਵੀ ਆਪਾਂ ਚਾਹਣਾ ਵੀ ਇਦਾਂ ਦੀ ਕੋਈ ਮਿਸ ਹੈਪਨਿੰਗ ਨਾ ਹੋਵੇ ਜੇ ਹੋ ਜਾਂਦੀ ਆ ਤਾਂ ਵੀ ਇੱਕ ਨੂੰ ਤਾਂ ਲੈ ਕੇ ਸਾਰੇ ਪੈਸੇ ਬੰਦਾ ਸਾਈਡ ਤੇ ਹੋ ਗਿਆ ਉਹਦੇ ਤਾਂ ਪੱਲੇ ਤੇਜੀ ਦੀ ਤੇ ਪੱਲੇ ਪੈਸੇ ਪਿਆ ਹੀ ਨਹੀਂ ਤੁਹਾਡੇ ਮਾਤਾ ਪਿਤਾ ਤੇ ਤੁਸੀਂ ਉੱਦਾਂ ਰਹਿ ਗਏ ਹਾਂ ਵੀ ਚਲੋ ਸਾਡਾ ਜਵਾਕ ਨਾ ਕਿ ਇਹ ਮੈਂ ਸੌਰੀ ਮਾਫੀ ਚਾਹਣਾ ਤੁਹਾਡਾ ਬੇਟਾ ਜਿਹੜਾ ਉਹ ਵੀ ਕੋਈ ਗੇਮ ਖੇਡਦਾ ਉਹ ਬੌਕਸਿੰਗ ਕਰਾਉਂਦੇ ਆਂ ਸੀ ਉਹਨੂੰ ਕਿਉਂ ਮੇਰੇ ਫਾਦਰ ਸਾਹਿਬ ਬੌਕਸਿੰਗ ਕਰਦੇ ਸੀ ਪਰ ਉਹ ਕਹਿੰਦਾ ਵੀ ਮੈਂ ਤਾਂ ਚਾਚੂ ਵਾਂਗ ਤੁਸੀਂ ਕੋਸ਼ ਕਰ ਲੋ ਵੀ ਕਬੱਡੀ ਦਾ ਹੀ ਚਾਹਵਾਨ ਮੈਨੂੰ ਲੱਗਦਾ ਵੀ ਅਸੀਂ ਚਾਚੂ ਕਬੱਡੀ ਖੇਡਣਾ ਚਾਹੁੰਦਾ ਕਬੱਡੀ ਖੇਡਣਾ ਚਾਹੁੰਦਾ ਹਾਂ ਤੁਸੀਂ ਦੇਖਿਆ ਹੀ ਆ ਵੀ ਹੱਡਾ ਪੈਰਾਂ ਦਾ ਖੁੱਲਾ ਖੁੱਲਾ ਵਧੀਆ ਹਾਂ 13 ਸਾਲ ਦੀ ਉਮਰ ਹੈ ਇਹਦੀ ਠੀਕ ਹੈ ਬਈ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਪਰਵਾਰ ਨੌਰ ਬਾਜੀ ਸਮਰੱਥ ਬਖਸ਼ੇ ਸਾਰੇ ਪ੍ਰੋਮੋਟਰ ਭਰਾਵਾਂ ਨੂੰ ਹਨ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਹੈ ਨਾ ਤੁਹਾਡੇ ਉਸ ਮਾੜੇ ਟਾਈਮ 'ਚ ਤੇਜੀ ਨਾਲ ਖੜੇ ਤੁਹਾਡੇ ਨਾਲ ਖੜੇ ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਖੁੱਲ੍ਹ ਕੇ ਤੁਸੀਂ ਗੱਲਾਂ ਵਰਤਾ ਕੀਤੀਆਂ ਜਗਦੀਪਰੇ ਧੰਨਵਾਦ ਥੈਂਕ ਯੂ ਤੁਹਾਡਾ ਸਤਿ ਸ਼੍ਰੀ ਅਕਾਲ ਬਾਜੀ ਹਾਂਜੀ ਦੋਸਤੋ ਸਾਡੇ ਨਾਲ ਨੇ ਤੇਜੀ ਨਿਜ਼ਾਮਪੁਰ ਜੀ ਯਾਨਕਿ ਤੇਜ ਪ੍ਰਕਾਸ਼ ਸਿੰਘ ਗਿੱਲ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਸਰਦਾਰ ਸੁਖਵੀਰ ਸਿੰਘ ਜੀ ਗਿੱਲ ਸਾਹਿਬ ਸਾਡੇ ਫੌਜੀ ਸਾ ਤੇ ਨਾਲ ਸਾਡੇ ਸਤਕਾ ਜੋ ਮਾਤਾ ਜੀ ਸਰਦਾਰਨੀ ਨਿਰਮਲਜੀਤ ਕੌਰ ਜੀ ਤੇਜੀ ਦੇ ਮਾਤਾ ਜੀ ਉਹ ਵੀ ਸਾਡੇ ਨਾਲ ਨੇ ਤੇ ਤੇਜੀ ਦੇ ਭਤੀਜਾ ਜੀ ਤੇ ਤਾਇਆ ਜੀ ਉਹ ਸਾਡੇ ਨਾਲ ਨੇ ਬਾਪੂ ਜੀ ਸੱਸੀ ਘਾਲ ਪਹਿਲਾਂ ਤਾਂ ਸੱਸੀ ਘਾਲ ਜੀ ਹੋਰ ਠੀਕ ਠਾਕ ਹੋ ਜੀ ਹਾਂ ਜੀ ਠੀਕ ਠਾਕ ਤੇ ਤੇਜ਼ੀ ਦੀ ਘਾਟ ਹੈ ਜਿਹੜੀ ਉਹ ਤੁਹਾਨੂੰ ਕੱਲਿਆਂ ਨੂੰ ਨਹੀਂ ਪੂਰੇ ਕਬੱਡੀ ਜੱਤ ਨੂੰ ਬਹੁਤ ਵੱਡਾ ਤੇਜ਼ੀ ਦੀ ਮੌਤ ਦਾ ਜਿਹੜਾ ਘਾਟ ਆ ਪਿਆ ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਤੇਜ਼ੀ ਦੀ ਮੌਤ ਨੂੰ ਲੈ ਕੇ ਤੁਹਾਡੇ ਤੇ ਕੀ ਬੀਤ ਰਹੀ ਹੈ ਤੁਹਾਨੂੰ ਤਾਂ ਜੋ ਪਾਲ ਪਾਲ ਯਾਦ ਆ ਰਹੀ ਆ ਸਕੈਂਟੋ ਸਕੈਂਟ ਜਣੇ ਜਿਹਦਾ ਵੀ ਕਿਤੇ ਮੈਚ ਚੱਲਦਾ ਜਾਗਦੇ 9 ਵਜੇ ਦਾ ਜਾਗਦੇ YouTube ਤੇ ਮੈਂ ਕਹਿੰਦਾ ਤੇ ਸਾਨੂੰ ਐ ਲੱਗਦਾ ਵੀ ਸਾਡਾ ਪੁੱਤ ਗਰਾਊਂਡ ਤੇ ਖੇល ਰਿਹਾ ਇਥੇ ਜਿੰਦਾ ਹੋਇਆ ਇਸ ਟਾਈਮ ਪਰ ਉਹ ਦਿਖਾਇਆ ਨਹੀਂ ਦੇ ਰਿਹਾ ਸਾਨੂੰ ਜਣੀ ਕਿਤੇ ਨਾ ਕਿਤੇ ਇਹ ਤੇ ਮਨ ਨੂੰ ਸੰਤੁਸ਼ਟੀ ਹੈ ਵੀ ਤੁਹਾਡਾ ਬੇਟਾ ਜਦੋਂ ਤੁਸੀਂ ਨਾ ਸੁਣਦੇ ਹੋ ਅਚਾਨਕ ਜਦੋਂ ਗਰਾਊਂਡਾਂ 'ਚ ਮੈਚ ਹੁੰਦੇ ਆ ਤੁਸੀਂ ਮੈਚ ਦੇਖਦੇ ਜਦੋਂ ਤੇਜ਼ੀ ਦਾ ਕਿਤੇ ਨਾਂ ਬੋਲਿਆ ਜਾਂਦਾ ਓਦੋਂ ਮਨ ਨੂੰ ਤਾਂ ਥੋੜੀ ਸੰਤੁਸ਼ਟੀ ਮਿਲਦੀ ਹੋਣੀ ਆ ਵੀ ਸਾਡਾ ਪੁੱਤ ਤੇ ਸਾਡਾ ਪੁੱਤ ਗਰਾਊਂਡ ਵਿੱਚ ਖੇਡ ਰਿਹਾ ਹੈ ਬੈਟਮ ਹਾਜਰੇ ਖੇਡ ਰਿਹਾ ਹਾਜਰੇ ਖੇਡਦਾ ਵੀ ਸਾਡੇ ਪੁੱਤ ਦਾ ਨਾਂ ਬੋਲਿਆ ਜਾ ਰਿਹਾ ਅਸੀਂ ਵੀ ਇਹ ਦੁਨੀਆ ਨੂੰ ਯਾਦ ਕਰ ਰਹੀ ਆ ਅਸੀਂ ਯਾਦ ਕਰ ਰਹੇ ਆ ਰਾਤ ਨੂੰ ਜਦੋਂ ਕਿਤੇ ਯਾਦ ਆਉਂਦੀ ਆ ਉਹਦੇ ਯਾਦ ਜ਼ਰੂਰ ਆਉਂਦੀ ਆ ਤੇ ਬਾਕੀ ਹੋਰ ਇਹ ਆ ਵੀ ਜਨ ਕੇ ਜੇ ਕੋਈ ਦੁਨੀਆ ਦੇ ਵਿੱਚ ਉਹਦਾ ਨਾਂ ਰੋਸ਼ਨ ਸੀਗਾ ਉਹਨੂੰ ਉਹਦੇ ਪੁਰਾਣੇ ਪ੍ਰੇਰ ਉਹਦੇ ਜੋ ਵੀ ਹੈਗੇ ਰੈਫਰੀ ਜਾਂ ਉਹ ਸਭ ਨੂੰ ਯਾਦ ਕਰਦੇ ਆ ਨੌ ਬੋਲਦੇ ਆ ਜਾਂ ਇਹ ਲੈਫ ਚਾਲੀਆ ਲੈਪ ਦੇ ਵਿੱਚ ਅਸੀਂ ਦੇਖਦੇ ਆ ਵੀ ਨੌ ਚੱਲ ਰਿਹਾ ਕਿਤੇ ਉਹਦਾ ਜਰੂਰ ਨੌ ਨੂੰ ਆਇਆ ਤਾਂ ਸਾਡਾ ਪੁੱਤ ਖੇਡਦਾ ਮੈਂ ਵੀ ਲਾ ਰਿਹਾ ਵੀ ਹੁਣ ਆਇਟਮ ਆਇਆ ਉਹ ਸਾਨੂੰ ਯਾਨੀ ਉਹਦੀ ਘਾਟ ਪੂਰੀ ਜ਼ਿੰਦਗੀ ਨਹੀਂ ਹੋ ਸਕਦੀ ਜਨਰੇ ਸਮਰਦੇਗੀ ਮਾਤਾ ਜੀ ਤੁਹਾਨੂੰ ਵੀ ਲੱਗਦਾ ਜਦੋਂ ਤੁਸੀਂ ਸੁਣਦੇ ਹੋ ਵੀ ਸਾਡਾ ਬੇਟਾ ਹੀ ਖੇਡਦਾ ਗਰਾਊਂਡ ਤੇ ਜਦੋਂ ਨਾ ਹੁੰਦਾ ਤੇਜੀ ਕੋਈ ਗੱਲ ਨਹੀਂ ਮਾਤਾ ਜੀ ਦੇਖੋ ਪੂਰਾ ਕਬੱਡੀ ਜਗ ਤੁਹਾਡੇ ਨਾਲ ਆ ਹਨਾ ਸਾਰੇ ਨਾਲ ਨੇ ਤੁਹਾਨੂੰ ਕੁਝ ਸੱਜਣ ਮਿੱਤਰ ਆਉਂਦੇ ਵੀ ਹੋਣ ਜਿਹੜੇ ਤੁਹਾਨੂੰ ਹੌਸਲਾ ਦਿੰਦੇ ਹੋਣ ਆਉਂਦੇ ਜੀ ਕੋਈ ਆਉਂਦੇ ਜੀ ਆਉਂਦੇ ਫਿਰ ਉਦੋਂ ਮਾਨਟਿਕ ਦਾ ਕਿਉਂਕਿ ਪੁੱਤ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਹਨਾ ਉਹ ਵੀ ਆਂ ਦੇਖਦਾ ਜੀ ਜ਼ਰੂਰ ਪਰ ਮਾਨਟਿਕ ਦਾ ਪਰ ਉਹ ਨਹੀਂ ਦਿੰਦਾ ਉਹ ਨਹੀਂ ਦਿੰਦਾ ਕੀ ਤੁਸੀਂ ਚਾਹੁੰਦੇ ਹੋ ਕਿ ਸਾਡਾ ਜਿਹੜਾ ਪੁੱਤ ਹੈ ਜਗਦੀਪ ਦਾ ਬੇਟਾ ਇਹ ਵੀ ਤੇਜ਼ੀ ਬਾਗ ਬਣੇ ਕਬੱਡੀ ਖੇਡੇ ਹਾ ਜੇ ਹੀ ਚਾਹਣਾ ਵੀ ਇਹ ਵੀ ਉਕੜਾ ਸਟਾਰ ਬਣੇ ਲਾਉਂਗੇ ਇਹਨੂੰ ਕਿੱਦੂ ਸਟਾਰ ਜੀ ਉਹਨਾਂ ਅਸੀਂ ਇਹਨੂੰ ਕਬੱਡੀ ਦਾ ਮੈਚ ਦੇਖੋ ਹੁਣ ਉਹਨਾਂ ਨੂੰ ਬਾਕਸਿੰਗ ਅਸੀਂ ਕੋਚਿੰਗ ਦੇ ਰਹੇ ਹਾਂ ਅੱਛਾ ਜੀ ਤੇ ਕੋਚਿੰਗ ਤੇ ਮੈਂ ਵੀ ਮਾੜਾ ਮੋਟਾ ਖੇលਿਆ ਮੈਂ ਇਹਨੂੰ ਘਰੇ ਵੀ ਕੋਚਿੰਗ ਦੇ ਦਿੰਨਾ ਕਿੱਟ ਬਣਾ ਕੇ ਰੱਖਦਾ ਤੇ ਫਿਰ ਬਾਕੀ ਹੋਰ ਸਕੂਲ ਦੇ ਵਿੱਚ ਵੀ ਸਾਨੂੰ ਤੇਜ਼ੀ ਹੋਵੇਗਾ ਵੀ ਇਹਨੂੰ ਐ ਸਕੂਲ ਚਲਾ ਦਿਓ ਇੱਥੇ ਬਾਕਸਿੰਗ ਚੱਲਦੀ ਐ ਇਹਦਾ ਨਾਂ ਕੀ ਰੱਖਿਆ ਬੇਟੇ ਦਾ ਤਨਵੀਰ ਸਿੰਘ ਗੱਲ ਤਨਵੀਰ ਗੱਲ ਠੀਕ ਐ ਤੱਤੇ ਦੀ ਨਾਂ ਐ ਤੱਤੇ ਦੇ ਆਪਾਂ ਨੂੰ ਛੋਟਾ ਤੇਜ਼ੀ ਕਰਦਿਆ ਕਰਾਂਗੇ ਮਾਤਾ ਤੁਹਾਨੂੰ ਜੇ ਬੇਟਾ ਜਦੋਂ ਕਬੱਡੀ ਖੇਡੂਗਾ ਤੁਹਾਡਾ ਪੋਤਾ ਤੁਸੀਂ ਤੁਹਾਡੀ ਲੰਮੀ ਉਮਰ ਹੋਣ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਆਪਣੇ ਪੋਤੇ ਨੂੰ ਵੀ ਤੇਜ਼ੀ ਨਾਲ ਖੇਡਦਾ ਦੇਖੋ ਤੇ ਉਦੋਂ ਤੁਹਾਡੇ ਮਨ ਨੂੰ ਥੋੜਾ ਦਲਾਸਾ ਮਿਲੇ ਹੌਸਲਾ ਮਿਲੇ ਕਿ ਸਾਡਾ ਤੇਜ਼ੀ ਦੁਆਰੇ ਸਾਡੇ ਕੋਲ ਆ ਹਨ ਤੇ ਤੁਹਾਨੂੰ ਖੁਸ਼ੀ ਹੋ ਜਦੋਂ ਇਹ ਖੇਡੂਗਾ ਚਾਹੀ ਜਾਈ ਤੁਸੀਂ ਤਿਆਰ ਨੂੰ ਕਬੱਡੀ ਖੜਾਉਣ ਲਈ ਕਿਉਂ ਤਨਵੀਰ ਹਾਂਜੀ ਕਬੱਡੀ ਖੇਡੇਗਾ ਹਾਂਜੀ ਚਾਚੇ ਵਾਂਗੂੰ ਵੱਡਣਾ ਚਾਹੇਗਾ ਹਾਂਜੀ ਤੇਰੇ ਲਈ ਸਾਡੇ ਵੱਲੋਂ ਸ਼ੁਭ ਦੁਆਵਾਂ ਨੇ ਬੈਸਟ ਆਫ ਇਲਾਕਾ ਕਿ ਤੂੰ ਜਿਹੜੀ ਤੇਜ਼ੀ ਵਾਲੀ ਘਾਟ ਆਪਾਂ ਨੂੰ ਸਾਰੇ ਪਰਿਵਾਰ ਨੂੰ ਕਬੱਡੀ ਜਗਤ ਨੂੰ ਰੜਕ ਰਹੀ ਹੈ ਉਹ ਤੁਸੀਂ ਜਾ ਕੇ ਅੱਗੇ ਉਸ ਘਾਟ ਨੂੰ ਪੂਰਾ ਕਰੋ ਹਾਂ ਜੀ ਆਹ ਸਾਨੂੰ ਕਾਕਾ ਪੂਰੀ ਕਰਦਾ ਘਾਟ ਹੈ ਇਹ ਗੇਮ ਵਾਲੀ ਕਰੂਗਾ ਹਾਂ ਜੀ ਜਦੋਂ ਤੁਹਾਡੇ ਹੌਸਲੇ ਨੇ ਕਬੱਡੀ ਜਗਦੇ ਹੌਸਲੇ ਨੇ ਜਿਵੇਂ ਜਗਦੀਪ ਨੇ ਦੱਸਿਆ ਹੀ ਬਹੁਤ ਸਾਰੇ ਪ੍ਰਮੋਟਰ ਅੱਜ ਵੀ ਖੜੇ ਨੇ ਸਾਡੇ ਖੜੇ ਨੇ ਸਾਡਾ ਸਾਥ ਦੇਣੇ ਨੇ ਤੇ ਇਹਦਾ ਵੀ ਦੇਣਗੇ ਇਸ ਪੁੱਤ ਲਈ ਸਾਡੇ ਵੱਲੋਂ ਦੁਆਵਾ ਕਿ ਇਹਦੀਆਂ ਲੰਮੀ ਉਮਰਾਂ ਹੋਣ ਮਾ ਆਉਣ ਵਾਲੇ ਦਿਨਾਂ ਚ ਇਹ ਵੀ ਕਬੱਡੀ ਖੇਡੇ ਤੇ ਤੇਜੀ ਦੁਆਰਾ ਇਸ ਘਰ ਦੇ ਵਿੱਚ ਤੁਹਾਨੂੰ ਦਿਖੇ ਇਹਦੇ ਇਹ ਰੂਪ ਚ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਭਾਵਕੋਂ ਮੈਂ ਤੁਹਾਡਾ ਵੀ ਜਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ ਤੁਸੀਂ ਕੈਮਰੇ ਅੱਗੇ ਆਏ ਕਿਉਂਕਿ ਅਸੀਂ ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਮਿਲਾਉਣਾ ਚਾਹੁੰਦੇ ਸੀ ਕਿ ਆਪਾਂ ਤੇਜੀ ਦੇ ਮੰਮੀ ਡੈਡੀ ਜੀ ਤਾਇਆ ਜੀ ਉਹਨਾਂ ਦੇ ਪਰਿਵਾਰ ਨੂੰ ਜਰੂਰ ਮਲਾਈਏ ਇਹ ਸੀ ਜਗਦੀਪ ਸਿੰਘ ਤੇ ਤੇਜੀ ਨਿਜ਼ਾਮਪੁਰ ਦਾ ਪਰਿਵਾਰ ਜਿੰਨਾਂ ਨੇ ਸਾਨੂੰ ਟਾਈਮ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਤੁਸੀਂ ਲੈਬ ਦੇ ਉੱਪਰ ਲੈ ਕੇ ਆਇਆ ਹੋ ਮੂਰੇ ਤੁਹਾਡੇ ਵਾਸਤੇ ਜੀ ਬਹੁਤ ਵਧੀਆ ਥੈਂਕ ਯੂ